as councillors. ਆਪਣੀ ਸ਼ਖਸੀਅਤ ਨੂੰ ਸਵਾਰਨ, ਆਪਣੀ ਜ਼ਿੰਦਗੀ ਨੂੰ ਸੌਖੀ ਅਤੇ ਮਕਸਦ ਭਰਪੂਰ ਬਣਵਾਉਣ ਲਈ ਅਰਥ ਭਰਪੂਰ ਜ਼ਿੰਦਗੀ ਜਿਉਣ ਲਈ ਵੀ ਯਾਦ ਸਿੱਖਣ ਲਈ ਇਕੱਠੇ ਹੋਏ ਸਾਰੇ ਵੀਰ ਭੈਣੋ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ। ਜ਼ਿੰਦਗੀ ਕੀ ਹੈ? ਇੱਕ ਸਿੰਪਲ ਜਿਹਾ ਸਵਾਲ ਹੈ ਨਾ, ਜ਼ਿੰਦਗੀ ਕੀ ਹੈ? ਵਾਟ ਇਜ਼ ਲਾਈਫ? ਹੁਣ ਜੇ ਤੁਸੀਂ ਇਹਦਾ ਸਵਾਲ ਪੁੱਛੋਗੇ, ਇਹ ਜਵਾਬ ਆਪਦੇ ਆਪ ਚੋਂ ਭਾਲੋਗੇ ਤਾਂ ਹਰੇਕ ਕੋਲ ਅਲੱਗ ਅਲੱਗ ਜਵਾਬ ਆਉਣਗੇ। ਪਰ ਪਹਿਲੀ ਸਿੱਟੇ ਤਾਂ ਜਵਾਬ ਆਉਂਦਾ ਹੀ ਨਹੀਂ, ਕਿਉਂਕਿ ਅਸੀਂ ਕਦੇ ਇਹੋ ਜਿਹਾ ਸਵਾਲ ਪੁੱਛਿਆ ਹੀ ਨਹੀਂ। ਇਹ ਕੋਈ ਸਵਾਲ ਹੈਗੀ ਹੈ ਤਾਂ ਹੈਗੀ ਹੈ ਬਸ। ਹੋਰ ਜੀ ਅੱਜ ਕੱਲ੍ਹ ਕੀ ਚੱਲ ਰਿਹਾ ਭਾਜੀ? ਟਾਈਮ ਪਾਸ ਹੋ ਰਿਹਾ, ਵੇਲਾ ਟੱਪੀ ਜਾਂਦਾ ਬਸ ਤੁਹਾਡੇ ਰਾਜ 'ਚ। ਇਸ ਤਰ੍ਹਾਂ ਦੇ ਆਪਣੇ ਆਮ ਧੱਕਿਆ ਕਲਾਮ ਹੁੰਦੇ। ਹੋਰ ਕੀ ਚੱਲ ਰਿਹਾ? ਬਸ ਟਾਈਮ ਪਾਸ ਹੋ ਰਿਹਾ। ਹੁਣ ਟਾਈਮ ਕਿੰਨਾ ਕੁ ਪਾਸ ਹੋਣਾ ਇਹ ਆਪਾਂ ਨੂੰ ਕਿਸੇ ਨੂੰ ਹੀ ਨਹੀਂ ਪਤਾ। ਹੋ ਸਕਦਾ ਕਿਸੇ ਦਾ ਹੋਇਆ ਹੀ ਪਿਆ ਹੋਵੇ, ਬਸ ਇੰਨਾ ਹੀ ਆਖਣਾ ਬਾਕੀ ਹੋਵੇ ਕਿ ਉਸ ਤੋਂ ਬਾਅਦ ਪਤਾ ਲੱਗੇ ਵੀ ਤਾਂ ਹੋ ਗਿਆ ਟਾਈਮ ਪਾਸ। ਚਲੋ ਕਿੰਨਾ ਵੀ ਹੋਵੇ, ਹੁਣ ਇਹ ਹੈ ਜ਼ਿੰਦਗੀ ਹੈ ਤਾਂ ਹੈ ਨਾ, ਅਤੇ ਜਿੰਨਾ ਚਿਰ ਟਾਈਮ ਪਾਸ ਹੁੰਦਾ ਨਹੀਂ ਉਹਨਾਂ ਚਿਰ ਜਿਉਣੀ ਵੀ ਪੈਣੀ ਹੈ। ਅਤੇ ਜਦੋਂ ਜਿਉਣੀ ਪੈਣੀ ਹੈ, ਜਿਹੜਾ ਕੰਮ ਕਰਨਾ ਹੀ ਪੈਣਾ, ਫਿਰ ਉਹ ਕਿਉਂ ਨਾ ਚੱਜ ਨਾ ਕਰ ਲਈਏ? ਜਿਹੜਾ ਕੰਮ ਕਰਨਾ ਹੀ ਪੈਣਾ ਹੈ, ਅਤੇ ਜੇ ਕੁਛ ਵੀ ਚੱਜ ਨਾਲ ਕਰਨਾ ਤੇ ਫਿਰ ਉਹਨੂੰ ਸਮਝਣਾ ਪਊਗਾ। ਮੇਰੀ ਭਾਸ਼ਾ ਕੋਈ ਔਖੀ ਤਾਂ ਨਹੀਂ ਜੋ ਗੱਲਾਂ ਮੈਂ ਕਰੀ ਜਾਂਦਾ, ਜਿਹੜੀ ਜੋ ਵੀ ਕੰਮ ਕੋਈ ਆਪਾਂ ਚੱਜ ਨਾਲ ਕਰਨਾ ਚਾਹੁੰਦੇ ਹਾਂ ਯਾਰ, ਚਲੋ ਜਦੋਂ ਕਰਨਾ ਹੀ ਹੈ ਫਿਰ ਇਹਨੂੰ ਹੁਣ ਚੱਜ ਨਾਲ ਹੀ। ਤੁਸੀਂ ਕਹਿ ਲਓ ਕਿ ਹੁਣ ਆਪਣੇ ਕੋਲ ਕੱਪੜਾ ਪਿਆ, ਹੁਣ ਇਹਦਾ ਕੁੜਤਾ ਪਜਾਮਾ ਬਣਾਉਣਾ ਹੈ। ਜਦੋਂ ਕੁੜਤਾ ਪਜਾਮਾ ਬਣਾਉਣਾ ਹੀ ਹੈ ਫਿਰ ਕਿਸੇ ਚੰਗੇ ਟੇਲਰ ਤੋਂ ਬਣਵਾ ਲਈ। ਹੁਣ ਇਹਦੀ ਪੈਂਟ ਸ਼ਰਟ ਤਾਂ ਬਣ ਨਹੀਂ ਸਕਦੀ, ਚਲੋ ਕੁੜਤਾ ਪਜਾਮਾ ਹੀ ਬਣਨਾ। ਪਰ ਚੱਲ ਜੇ ਕੁੜਤਾ ਪਜਾਮਾ ਹੀ ਬਣਨਾ ਤਾਂ ਕਿਸੇ ਚਾਹੀਦੇ ਟੇਲਰ ਤੋਂ ਬਣਾਉਣਾ, ਜਿਹੜਾ ਨੂੰ ਵਧੀਆ ਡਿਜ਼ਾਈਨ ਕਰਕੇ ਤੇ ਆਪਣੇ ਪਾਇਆ ਚੰਗਾ ਲੱਗੇ। ਜਦੋਂ ਪਾਉਣਾ ਤਾਂ ਕੁੜਤਾ ਪਜਾਮਾ ਵੈਸੇ ਮੈਂ ਇਹ ਨਹੀਂ ਕਹਿਣਾ, ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜ਼ਿੰਦਗੀ ਇੱਕ ਮਜ਼ਬੂਰੀ ਹੈ, ਪਰ ਮੈਂ ਕਹਿੰਦਾ ਵੀ ਇਨ ਕੇਸ ਜੇ ਇਹ ਵੀ ਸਮਝ ਲਈਏ ਨਾ ਜਿਹੜੇ ਇੱਕ ਮਜ਼ਬੂਰੀ ਹੈ, ਸਟਿਲ ਮਜ਼ਬੂਰੀਆਂ ਵੀ ਤਾਂ ਝੱਲਣੀਆਂ ਪੈਣੀਆਂ, ਫਿਰ ਉਹੀ ਚੱਜ ਨਾਲ ਝੱਲ ਲਈਏ। ਕਹਿੰਦੇ ਤੁਸੀਂ ਪਹਿਲੀ ਸਮਝ ਕੁਛ ਕੁਛ ਇੱਕ ਹਕੀਕਤਾਂ ਹੈ ਜੋ ਮੈਂ ਵੱਖੋ ਵੱਖਰੇ ਸੋਰਸਿਸ 'ਚ ਇਕੱਠੀਆਂ ਕੀਤੀਆਂ। ਇੱਕ ਥਾਂ ਇੱਕ ਕਿਤਾਬ 'ਚ ਲਿਖਿਆ ਸੀ, ਕਹਿੰਦੇ ਇਫ ਨੈਸੈਸਿਟੀ ਇਜ਼ ਦ ਮਦਰ ਆਫ ਇਨਵੈਂਸ਼ਨ ਦੈਨ ਡਿਜ਼ਾਇਰ ਇਜ਼ ਦ ਮਦਰ ਆਫ ਐਕਸ਼ਨ। ਇਹ ਤਾਂ ਆਪਾਂ ਆਮ ਪੜ੍ਹੇ ਵੀ ਨੈਸੈਸਿਟੀ ਇਜ਼ ਦ ਮਦਰ ਆਫ ਇਨਵੈਂਸ਼ਨ, ਲੋੜ ਕਾਢ ਦੀ ਮਾਂ ਹੈ, ਕਾਢ ਬਾਅਦ 'ਚ ਨਿਕਲਦੀ ਹੈ, ਪਹਿਲਾਂ ਉਹਦੀ ਲੋੜ ਹੁੰਦੀ ਹੈ, ਲੋੜ 'ਚੋਂ ਕਾਢ ਉਪਜਦੀ ਹੈ। ਸੋ ਇਫ ਨੈਸੈਸਿਟੀ ਇਜ਼ ਦ ਮਦਰ ਆਫ ਇਨਵੈਂਸ਼ਨ ਦੈਨ ਡਿਜ਼ਾਇਰ ਇਜ਼ ਦ ਮਦਰ ਆਫ ਐਕਸ਼ਨ। ਅੰਦਰੋਂ ਚਿੱਤ ਕਰਦਾ ਹੈ ਪਹਿਲਾਂ, ਕੁਛ ਮੰਗਦਾ ਹੈ ਅੰਦਰ ਆਪਣਾ ਮਨ, ਤਾਂ ਆਪਾਂ ਉੱਠ ਕੇ ਕੁਛ ਕਰਦੇ ਹਾਂ। ਜੇ ਅੰਦਰ ਡਿਜ਼ਾਇਰ ਨਾ ਹੋਵੇ ਐਕਸ਼ਨ ਹੋ ਨਹੀਂ ਸਕਦਾ। ਬੜੀ ਸਿੰਪਲ ਜੀ ਗੱਲ ਹੈ। ਦੈਨ ਵੀ ਆਰ ਅਕਾਊਂਟੇਬਲ ਫਾਰ ਹਾਊ ਵੀ ਲਿਵ, ਅਸੀਂ ਆਪਦੀ ਲੇਖਾ ਦੇਣਾ ਅਸੀਂ ਸਾਰਿਆਂ ਨੇ।
ਹਰੇਕ ਧਰਮ ਗ੍ਰੰਥ ਚ ਲਿਖਿਆ ਹੋਇਆ, ਸਾਰੇ ਧਰਮ ਹੀ ਕਹਿੰਦੇ ਭਾਈ ਲੇਖਾ ਤਾਂ ਦੇਣਾ ਪਊ, ਹੈ ਨਾ। ਪਹਿਲਾਂ ਮਨੌਤਾਂ ਹੁੰਦੀਆਂ ਸੀ, ਧਰਮ ਰਾਜ ਬੈਠਾ ਕੋਈ ਤੇ ਉਹ ਸਭ ਕੁਛ ਲੋਡ ਕਰੀ ਜਾਂਦਾ ਤੇ ਫਿਰ ਲੇਖਾ ਹੋਊ। ਕ੍ਰਿਸਚੈਨਿਟੀ ਚ ਕਹਿੰਦੇ ਹੈ ਤੁਹਾਡਾ ਜਿਹੜਾ ਉਹ ਸਾਰਾ ਕੁਛ ਲੋਡ ਹੋ ਰਿਹਾ, ਡੇ ਆਫ ਜਜਮੈਂਟ ਤੇ ਆ ਕੇ ਉਹ ਸਾਰਾ ਲੇਖਾ ਹੋਣਾ। ਪਰ ਜਿਹੜੇ ਜਿਹੜੇ ਕ੍ਰਾਈਸਟ ਨੂੰ ਮੰਨਦੇ ਆ ਉਹਨਾਂ ਨੂੰ ਕ੍ਰਾਈਸਟ ਜਿਹੜਾ ਉਹ ਹੈਵਨ ਦੀ ਟਿਕਟ ਦੇ ਦੂਗਾ, ਬਾਕੀ ਆਪ ਤਾਂ ਸਕਦੇ ਰਹੋ। ਇਵੇਂ ਹੀ ਇਸਲਾਮ ਚ ਹੈ ਲੇਖਾ ਹੋਣਾ, ਪਰ ਜਿਹੜੇ ਜਿਹੜੇ ਪ੍ਰੋਫੈਟ ਮੁਹੰਮਦ ਦੇ ਕਹਿਣੇ ਚ ਆ ਜਾਣਗੇ ਕਿਆਮਤ ਦੇ ਦਿਨ ਉਹ ਤਰ ਜਾਣਗੇ, ਬਾਕੀ ਸਾਰੇ ਦੋਜਖ ਚ ਤੇ ਉਹ ਜੰਨਤ ਚ। ਅਗਾਂਹ ਜੰਨਤ ਦਾ ਸੀਨ ਵੀ ਬਣਿਆ ਸੀ ਤੇ ਦੋਜਖ ਦਾ ਵੀ ਬਣਿਆ ਸੀ, ਤੇ ਜੰਨਤ ਚ ਕੀ ਕੁਛ ਮਿਲੂਗਾ ਤੇ ਦੋਜਖ ਚ ਕੀ ਕੁਛ ਹੋਊਗਾ। ਪਰ ਉਹ ਇੰਨਾ ਹਾਸੋ ਜੀਣਾ ਹੈ, ਕਿਸੇ ਨੇ ਸੋਸ਼ਲ ਮੀਡੀਆ ਦੀ ਗੱਲ ਚੱਲੀ ਤੇ ਸ਼ੇਅਰ ਕਰ ਲਿਆ। ਇੱਕ ਲੇਡੀ ਆਪਦੇ ਹਸਬੈਂਡ ਨੂੰ ਪੁੱਛਦੀ ਹੈ, ਕਹਿੰਦੀ ਜੇ ਸੁਣਿਆ ਜੰਨਤ ਜਾ ਕੇ ਪੂਰਾ ਮਿਲਦੀ ਹੈ? ਕਹਿੰਦਾ ਹਾਂ। ਤੇ ਕਹਿੰਦੀ ਚਲੋ ਬੰਦਿਆਂ ਨੂੰ ਤਾਂ ਹੂਰਾ ਮਿਲਦੀ, ਸਾਨੂੰ ਕੀ ਮਿਲੂ? ਤੁਹਾਨੂੰ ਮਿਲੂ ਬਾਂਦਰ। ਲੈ ਇਹ ਵੀ ਗੱਲ ਹੋਈ, ਇੱਥੇ ਵੀ ਬਾਂਦਰ ਉੱਥੇ ਵੀ ਬਾਂਦਰ। ਮਤਲਬ ਇਹ ਸਾਰੇ ਕਨਸੈਪਟ ਹੀ ਮਤਲਬ ਬੇਸਲੈਸ ਸੀਗੇ ਇਹ, ਹੈ ਨਾ। ਬਟ ਸਟਿਲ ਅਕਾਊਂਟੇਬਲ ਅਸੀਂ ਹੈਗੇ ਹਾਂ, ਇਹ ਅਸੀਂ ਕੋਈ ਸ਼ੱਕ ਨਹੀਂ। ਲੇਖਾ ਸਾਨੂੰ ਦੇਣਾ ਪਊ। ਕਿਹਨੂੰ ਦੇਣਾ ਪਊ? ਇੱਥੇ ਹੀ ਨਾਲ ਦੀ ਨਾਲ ਔਨ ਦਾ ਸਪੋਟ। ਯਾਦ ਰੱਖਿਆ ਜੀ, ਜਸਟਿਸ ਡਿਲੇਡ ਇਜ ਜਸਟਿਸ ਡਿਨਾਈਡ। ਤੇ ਇਨਸਾਨੀ ਕੋਰਟਾਂ 'ਚ ਜਸਟਿਸ ਮਤਲਬ ਕੁਛ ਵੀ ਕੀਤਾ ਜਾ ਸਕਦਾ, ਡਿਨਾਈਡ ਕੈਨ ਬੀ ਹਾਈਜੈਕਡ। ਲੇਕਿਨ ਰੱਬ ਦੀ ਕੋਰਟ ਦੇ ਵਿੱਚ ਨਾ ਜਸਟਿਸ ਡਿਲੇ ਹੁੰਦੀ ਹੈ, ਡਿਨਾਈ ਤਾਂ ਹੁੰਦੀ ਤੇ ਨਾ ਡਿਲੇ ਹੁੰਦੀ ਹੈ, ਇਮੀਡੀਏਟ ਇੰਸਟੈਂਟ ਜਸਟਿਸ ਹੁੰਦੀ ਹੈ। ਪਰ ਨਾਲ ਇੱਥੇ ਇੱਕ ਗੱਲ ਹੋਰ ਯਾਦ ਰੱਖਿਆ ਜੇ, ਰੱਬ ਜਸਟਿਸ ਕਰਦਾ ਨਹੀਂ, ਗੋਡ ਇਜ਼ ਨਾਟ ਫੇਅਰ। ਫਿਰ ਉਹ ਕੀ ਕਰਦਾ? ਉਹ ਰਹਿਮ ਕਰਦਾ। ਉਹ ਜਸਟਿਸ ਕਰਨ ਤੇ ਆ ਜੇ ਆਪਣਾ ਵੱਡੇ ਹੀ ਪੁੱਛਣਾ ਜਾਵੇ, ਕਿਉਂਕਿ ਉਹ ਤਾਂ ਅੰਦਰ ਦੀਆਂ ਵੀ ਸਾਰੀਆਂ ਜਾਣਦਾ ਤੇ ਅੰਦਰ ਆਪਾਂ ਕੀ ਆਪਾਂ ਨੂੰ ਸਾਰਿਆਂ ਨੂੰ ਪਤਾ। ਮੈਂ ਇੱਥੇ ਬਹੁਤ ਸਿਆਣੀਆਂ ਸਿਆਣੀਆਂ ਗੱਲਾਂ ਕਰਕੇ ਜਾਊਂਗਾ, ਪਰ ਮੈਨੂੰ ਆਪਦੇ ਅੰਦਰਲੇ ਦਾ ਤਾਂ ਪਤਾ ਨਾ, ਤੁਹਾਨੂੰ ਆਪਦੇ ਦਾ ਪਤਾ, ਹਰੇਕ ਨੂੰ ਆਪਦੇ ਦਾ ਪਤਾ। ਤੇ ਰੱਬ ਮੂਹਰੇ ਖੜ ਕੇ ਤਾਂ ਅਸੀਂ 40% ਨੰਬਰ ਵੀ ਨਹੀਂ ਆਉਂਦੇ ਜੇ ਉਹ ਚੈੱਕ ਕਰਨ ਲੱਗੇ ਪੇਪਰ ਲੱਗਦਾ। ਇਸ ਕਰਕੇ ਉਹ ਜਸਟਿਸ ਨਹੀਂ, ਉਹ ਮਰਸੀ ਕਰਦਾ, ਉਹ ਸਾਡੇ ਤੇ ਦਇਆ ਕਰਦਾ, ਉਹ ਸਾਨੂੰ ਮਾਫ ਕਰਦਾ, ਬਖਸ਼ਣਹਾਰ ਹੈ। ਬਹੁਤ ਸਾਰੇ ਸਾਡੇ ਉਹ ਸਾਨੂੰ ਅਗਾਂਹ ਮੌਕੇ ਦਿੰਦਾ, ਕੋਈ ਨੀ ਹੁਣ ਸੁਧਰਦੀ, ਕੋਈ ਨੀ ਅਗਾਂਹ ਸੁਧਰਦੀ, ਫਿਰ ਵੀ ਕੋਈ ਨਾ ਸੁਧਰੇ ਫਿਰ ਉਹ ਸੁਧਾਰ ਲੈਂਦਾ। ਤੇ ਮੈਨੂੰ ਉਹ ਵੀ ਗੱਲ ਹੈਗਾ, ਪਰ ਉਹ ਮਤਲਬ ਡਰਾਉਣੀ ਕੋਈ ਚੀਜ਼ ਨਹੀਂ ਹੈ, ਮਾੜੀਆਂ ਗੱਲਾਂ ਤੇ ਹੀ ਹੈ। ਪਹਿਲਾਂ ਬੁਲਾ ਕੇ ਸਮਝਾ ਲੈਂਦੀ ਹੈ, ਜੇ ਨਾ ਸਮਝੇ ਫਿਰ ਉਹ ਦੂਜਾ ਤਰੀਕਾ ਵੀ ਵਰਤ ਲੈਂਦੀ ਤੇ ਫਿਰ ਬੰਦਾ ਬਣਾ ਕੇ ਛੱਡਦੀ। ਉਹ ਤਾਂ ਹਜੇ ਮਾਂ ਜਿਹੜੀ ਆਪਣੀ ਇੱਥੇ ਫਿਜ਼ੀਕਲ ਉਹਦੀਆਂ ਆਪਣੀਆਂ ਲਿਮਿਟੇਸ਼ਨਸ ਹੁੰਦੀਆਂ, ਫਿਰ ਵੀ ਬੱਚੇ ਨੂੰ ਕਈ ਵਾਰੀ ਉਹ ਨਹੀਂ ਬਣਾ ਸਕਦੀ ਬੰਦਾ ਜਿਵੇਂ ਉਹ ਬਣਾਉਣਾ ਚਾਹੁੰਦੀ ਹੈ, ਲੇਕਿਨ ਉਹ ਬਹੁਤ ਪਾਵਰਫੁਲ ਹੈ, ਉਹ ਕਰ ਦਿੰਦਾ ਜਿਵੇਂ ਉਹਨੇ ਕਰਨਾ ਹੁੰਦਾ। ਬੜੀ ਪਾਵਰਫੁਲ ਆਹ ਚੀਜ਼ ਹੈ, ਵੀ ਆਰ ਫ੍ਰੀ ਟੂ ਚੂਜ਼। ਹੈਰੀ ਪੋਟਰ ਦੀ ਫਿਲਮ ਵੇਖ ਰਿਹਾ ਸੀ ਮੈਂ, ਕਿ ਹੁਣ ਹਰੇਕ ਇੱਕ ਚੀਜ਼ ਨੂੰ ਆਪਾਂ ਵੇਖਦੇ ਹਾਂ ਨਾ, ਕੋਈ ਕਿਸੇ ਐਂਗਲ ਤੋਂ ਵੇਖ ਰਿਹਾ ਹੁੰਦਾ, ਚੀਜ਼ ਹੋ ਰਹੀ ਹੈ, ਕੋਈ ਉਹਨੂੰ ਕਿਸੇ ਐਂਗਲ ਤੋਂ ਵੇਖ ਰਿਹਾ, ਕੋਈ ਕਿਸੇ ਐਂਗਲ ਤੋਂ ਵੇਖ ਰਿਹਾ, ਹਰੇਕ ਦਾ ਆਪਦਾ ਆਪਦਾ ਨਜ਼ਰੀਆ ਹੁੰਦਾ। ਜਿਵੇਂ ਇੱਕ ਰੁੱਖ ਹੈ, ਕੋਈ ਬੱਚਾ ਜਾਊ ਉਹ ਵੇਖੋ ਵੀ ਇਸ 'ਤੇ ਕਿੰਨੀਆਂ ਚਿੜੀਆਂ ਬੈਠੀਆਂ, ਇਹਨੂੰ ਫਲ ਕਿਹੜੇ ਲੱਗੇ ਹੈ। ਪਰ ਜੇ ਕੋਈ ਲੱਕੜਹਾਰਾ ਜਾਊ ਤਾਂ ਉਹ ਕੀ ਵੇਖੂ ਵੀ ਇਸ 'ਚੋਂ ਕਿੰਨੇ ਫੁੱਟ ਲੱਕੜ ਨਿਕਲੂ ਅਤੇ ਕੀ ਭਾਅ ਮਿਲੂ, ਹੈ ਨਾ। ਦੋਵਾਂ ਦਾ ਇੱਕ ਰੁੱਖ ਨੂੰ ਵੇਖਣ ਦਾ ਨਜ਼ਰੀਆ ਅਲੱਗ ਲੱਗ ਗਿਆ। ਜੋ ਉਹ ਫਿਲਮ ਦੇਖ ਰਹੇ ਸੀ ਹੈਰੀ ਪੋਟਰ, ਉੱਥੇ ਇੱਕ ਥਾਂ ਉਹਦਾ ਜਿਹੜਾ ਹੈੱਡ ਮਾਸਟਰ ਹੈ ਨਾ ਉਹਦੇ ਸਕੂਲ, ਹੈਰੀ ਪੋਟਰ ਬਾਰੇ ਜਾਣਦੇ ਹੋ ਤੁਸੀਂ? ਫਿਲਮਾਂ ਨਹੀਂ ਵੀ ਵੇਖੀਆਂ, ਕੋਈ ਗੱਲ ਨਹੀਂ, ਕੋਈ ਆਏ ਨਹੀਂ ਹੁੰਦਾ ਵੀ ਜ਼ਰੂਰੀ ਹੈ ਜਿਹੜੀਆਂ ਗੱਲਾਂ ਮੈਂ ਕਰ ਰਿਹਾ, ਬਟ ਆਹ ਗੱਲ ਜ਼ਰੂਰੀ ਹੈ ਜਿਹੜੀ ਉਸ ਤੋਂ ਸਿੱਖੀ। ਉਸ ਸਕੂਲ ਦਾ ਇੱਕ ਹੈੱਡ ਮਾਸਟਰ ਹੈ ਪ੍ਰੋਫੈਸਰ ਡੰਬਲਡੋਰ, ਉਹ ਹੈਰੀ ਪੋਟਰ ਨੂੰ ਸਮਝਾ ਰਿਹਾ, ਕਹਿੰਦਾ ਮਿਸਟਰ ਪੋਟਰ we are free to choose but we are not free from the consequences of our choice.
ਤੇ ਦੂਜੀ ਗੱਲ ਨਾਲ ਹੀ ਕਹਿੰਦਾ ਇਟ ਇਜ਼ ਨਾਟ ਦ ਐਬਿਲਿਟੀਜ਼ ਆਰ ਦ ਓਪਰਚੁਨਿਟੀਜ਼ ਬਟ ਇਟ ਇਜ਼ ਦੀ ਚੋਇਸ ਦੈਟ ਸ਼ੇਪਸ ਯੋਰ ਡੈਸਟੀਨੀ। ਹੁਣ ਇਹਨਾਂ ਦੋਵਾਂ ਗੱਲਾਂ ਦਾ ਮਤਲਬ ਕੀ ਹੈ? ਇੱਕ ਤਾਂ ਇਹ ਕਿ ਅਸੀਂ ਤੁਸੀਂ ਸੋਚੋ ਹੈ ਨਾ ਕਿ ਕਿਵੇਂ ਸਾਨੂੰ ਰੱਬ ਨੇ ਇੱਕ ਫਰੀਡਮ ਦਿੱਤਾ ਹੈ। ਇੱਕ ਪਾਸੇ ਇਹ ਵੀ ਮਨੌਤ ਹੈ ਕਿ ਮੈਂ ਜਿਹੜਾ ਬੰਦਾ ਹੈ, ਜਿਹੜਾ ਇਨਸਾਨ ਹੈ ਨਾ, ਜਿਹੜਾ ਹਿਊਮਨ ਬੀਇੰਗ ਹੈ ਨਾ, ਇਹ ਕੰਡੀਸ਼ਨਸ ਦਾ ਬਚਿਆ ਹੋਇਆ, ਇਹ ਹਾਲਾਤਾਂ ਨਾਲ ਜਕੜਿਆ ਹੋਇਆ। ਇਹ ਵੀ ਗੱਲ ਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ ਕਿ ਅਸੀਂ ਹਾਲਾਤਾਂ ਨਾਲ ਵੀ ਕੁਛ ਹੱਦ ਤੱਕ, ਕਾਫੀ ਹੱਦ ਤੱਕ ਜਕੜੇ ਹੋਏ ਹਾਂ, ਹਾਲਾਤਾਂ ਦੇ ਹਿਸਾਬ ਨਾਲ ਢਲ ਜਾਂਦੇ ਹਾਂ। ਪਰ ਇਹ ਗੱਲ ਵੀ ਜਾਇਜ਼ ਹੈ ਕਿ ਵੀ ਆਰ ਫਰੀ ਟੂ ਚੂਜ਼। ਇਸ ਟਾਈਮ ਤੁਸੀਂ ਇੱਥੇ ਬਹਿਣਾ ਚਾਹੋ ਜਾਂ ਉੱਠ ਕੇ ਬਾਹਰ ਜਾਣਾ ਚਾਹੋ, ਤੁਹਾਡੀ ਚੋਇਸ ਹੈ। ਹੋਰ ਸਿੰਪਲ ਗੱਲ, ਤੁਸੀਂ ਕੋਈ ਗੱਲ ਸੁਣਨਾ ਚਾਹੋ ਜਾਂ ਨਾ ਸੁਣਨਾ ਚਾਹੋ, ਇਹ ਵੀ ਤੁਹਾਡੀ ਚੋਇਸ ਹੈ। ਹੈ ਕਿ ਨਹੀਂ ਹੈ? ਇੱਥੇ ਆ ਕੇ ਜਿਹੜਾ ਬੋਲੀ ਜਾਂਦਾ ਬੋਲੀ ਜਾਵੇ, ਧੱਕੇ ਨਾ ਕੰਨ 'ਚ, ਤਾਂ ਚਲੋ ਜੇ ਖੜਕਾ ਹੋਈ ਵੀ ਜਾਊ, ਜੇ ਆਪਾਂ ਆਪਦਾ ਧਿਆਨ ਕਿਸੇ ਪਾਸੇ ਹੋਰ ਲਾ ਲਾਂਗੇ, ਧੱਕੇ ਨਾਲ ਥੋੜ੍ਹਾ ਕੋਈ ਸੁਣਾ ਜੂ। ਕਿੰਨੇ ਵਾਰੀ ਆਪਣੇ ਨਾਲ ਹੁੰਦਾ ਕਿ ਕੋਈ ਗੱਲ ਕਹਿੰਦਾ ਅਧਿਆਪਕ ਕਹਿੰਦੇ ਦੁਬਾਰਾ ਲੱਸੀ ਸੁਣੀ ਨਹੀਂ, ਕੰਨ ਤਾਂ ਖੁੱਲੇ ਸੀ। ਸੋ ਸੁਣਨਾ ਨਾ ਸੁਣਨਾ ਸਾਡੀ ਚੋਇਸ ਹੈ, ਬੈਠਣਾ ਨਾ ਬੈਠਣਾ ਸਾਡੀ ਚੋਇਸ ਹੈ, ਇੱਥੇ ਆਉਣਾ ਜਾਂ ਘਰੇ ਬੈਠ ਆਰਾਮ ਕਰਨਾ, ਛੁੱਟੀ ਮਨਾਉਣੀ ਸਾਡੀ ਚੋਇਸ ਹੈ। ਕਈਆਂ ਨੇ ਉਹ ਚੋਇਸ ਕਰ ਲਈ, ਕਈਆਂ ਨੇ ਆਹ ਚੋਇਸ ਕਰ ਲਈ। ਵੀ ਆਰ ਫਰੀ ਟੂ ਚੂਜ਼, ਬਟ ਵੀ ਆਰ ਨਾਟ ਫਰੀ ਫਰੋਮ ਦ ਕੰਸੀਕੁਐਂਸ ਆਫ ਅਵਰ ਚੋਇਸ। ਮਤਲਬ ਕਿ ਅੱਗ 'ਚ ਹੱਥ ਪਾਉਣਾ ਤੁਹਾਡੀ ਚੋਇਸ ਹੈ, ਤੁਸੀਂ ਪਾ ਸਕਦੇ ਹੋ, ਤੁਹਾਡੀ ਚੋਇਸ ਹੈ, ਯੂ ਕੈਨ ਚੂਜ਼। ਲੇਕਿਨ ਮੱਚੇ ਨਾ, ਇਸ ਤੋਂ ਫਰੀ ਨਹੀਂ ਹੈ, ਕੰਸੀਕੁਐਂਸ ਤੋਂ ਤੁਸੀਂ ਆਜ਼ਾਦ ਨਹੀਂ ਹੋ। ਚੁਣਨ ਦੀ ਆਜ਼ਾਦੀ ਤੁਹਾਡੇ ਕੋਲ ਹੈਗੀ ਹੈ, ਲੇਕਿਨ ਜੋ ਚੁਣਿਆ ਉਸ ਦੇ ਪ੍ਰਭਾਵ ਤੋਂ ਆਜ਼ਾਦ ਨਹੀਂ ਹਾਂ ਅਸੀਂ। ਕੋਠੇ ਤੋਂ ਛਾਲ ਮਾਰਨੀ ਹੈ, ਸਾਡੀ ਚੋਇਸ ਹੈ, ਅਸੀਂ ਕਰ ਸਕਦੇ ਹਾਂ, ਆਜ਼ਾਦ ਹਾਂ ਅਸੀਂ। ਪਰ ਥੱਲੇ ਡਿੱਗ ਕੇ ਸਾਨੂੰ ਕਸੂਰੇ ਵੀ ਨਾ, ਇਹਦੀ ਕੋਈ ਗਰੰਟੀ ਨਹੀਂ ਹੈ। ਕੰਸੀਕੁਐਂਸਿਸ ਜੋ ਇਹਦੇ ਹੋਣਗੇ ਉਹ ਵੀ ਹੋਣਗੇ। ਸੋ ਇੰਨੀ ਕੁ ਫਰੀਡਮ ਵੀ ਸਾਡੇ ਕੋਲ ਹੈ ਚੋਇਸ ਦੀ, ਅਤੇ ਤਾਂ ਹੀ ਉਹ ਕਹਿੰਦਾ ਇਟ ਇਜ਼ ਨਾਟ ਦ ਐਬਿਲਿਟੀ, ਤੁਹਾਡੀ ਕਾਬਲੀਅਤ ਜਾਂ ਤੁਹਾਨੂੰ ਮਿਲਣ ਵਾਲੇ ਇੰਨੇ ਸਾਰੇ ਮੌਕੇ, ਇਹਨਾਂ 'ਤੇ ਨਹੀਂ ਤੁਹਾਡਾ ਭਵਿੱਖ ਨਿਰਭਰ ਕਰਦਾ। ਤੁਹਾਡਾ ਭਵਿੱਖ ਨਿਰਭਰ ਕਰਦਾ ਤੁਹਾਡੀ ਚੋਣ 'ਤੇ, ਤੁਹਾਡੀ ਚੋਇਸ 'ਤੇ। ਜੇ ਤੁਸੀਂ ਉਹ ਰਾਹ ਚੁਣਿਆ ਹੀ ਨਾ, ਤੁਹਾਡੀ ਕਾਬਲੀਅਤ ਧਰੀ ਧਰਾਈ ਰਹਿ ਜੂਗੀ। ਮੌਕੇ ਆਏ, ਤੁਸੀਂ ਚੁਣੇ ਹੀ ਨਾ। ਹੁਣ ਚੋਇਸ ਹੈ, ਕੁਛ ਗੱਲਾਂ ਆਪਾਂ ਇੱਥੇ ਸ਼ੇਅਰ ਕਰ ਰਹੇ ਹਾਂ, ਹੋ ਸਕਦਾ ਕੋਈ ਇੱਕ ਅੱਧੀ ਗੱਲ ਤੁਹਾਨੂੰ ਜ਼ਿੰਦਗੀ 'ਚ ਕੰਮ ਆ ਜੇ, ਵਧੀਆ ਲੱਗੇ, ਅਤੇ ਗੱਲਾਂ ਵਰਤ ਵੀ ਲਾਓ ਜ਼ਿੰਦਗੀ 'ਚ, ਉਹਦਾ ਫਾਇਦਾ ਵੀ ਹੋ ਜੇ। ਲੇਕਿਨ ਇਹ ਉਹਨਾਂ ਦਾ ਹੀ ਹੋਊ ਨਾ ਜਿਨ੍ਹਾਂ ਨੇ ਚੁਣਿਆ ਕਿ ਆਪਾਂ ਉੱਥੇ ਚੱਲਦੇ ਹਾਂ ਅਤੇ ਗੱਲ ਸੁਣਾਂਗੇ, ਅਤੇ ਜਿਨ੍ਹਾਂ ਨੇ ਚੁਣਿਆ ਹੀ ਨਹੀਂ ਉਹ ਹੁਣ ਕਿੰਨੇ ਹੀ ਕਾਬਲ ਹੋਣ ਅਤੇ ਕਿੰਨੇ ਮੌਕਾ ਉਹਨਾਂ ਨੇ ਅਗਵਾ ਲਿਆ, ਅਤੇ ਜੇ ਉਹ ਇੱਥੇ ਆ ਜਾਂਦੇ ਅਤੇ ਜੇ ਉਹਨਾਂ ਦੀ ਗ੍ਰਾਸਪਿੰਗ ਅਤੇ ਉਹਨਾਂ ਦੀ ਪਿਕਅਪ ਬਹੁਤ ਵਧੀਆ ਹੁੰਦੀ, ਬੜੇ ਡੈਡੀਕੇਟਡ ਹੁੰਦੇ, ਯਾਨੀ ਕਿ ਉਹਨਾਂ 'ਚ ਐਬਿਲਿਟੀਜ਼ ਵੀ ਹੁੰਦੀਆਂ ਅਤੇ ਮੌਕਾ ਵੀ ਉਹਨਾਂ ਨੇ ਚੁਣਿਆ ਹੁੰਦਾ, ਤਾਂ ਫਿਰ ਇਹ ਜਿਹੜੀ ਚੋਇਸ ਹੈ ਨਾ, ਇਹਨੇ ਓਪਰਚੁਨਿਟੀਜ਼ ਅਤੇ ਕੈਪੇਬਿਲਿਟੀਜ਼ ਨਾਲ ਕੰਬਾਈਨ ਹੋ ਕੇ ਕਿਹਦਾ ਕੀ ਬਣ ਜਾਣਾ ਸੀ। ਪਰ ਜੇ ਚੋਇਸ ਨਹੀਂ ਹੈ ਤਾਂ ਬਾਕੀ ਕੁਛ ਵੀ ਨਹੀਂ। ਸੋ ਇਟ ਇਜ਼ ਦ ਚੋਇਸ। ਤੁਸੀਂ ਚੋਣ ਕਰਨ ਲਈ ਆਜ਼ਾਦ ਹੋ, ਤੁਸੀਂ ਚੁਣ ਸਕਦੇ ਹੋ ਆਪਦੇ ਰਾਹ, ਆਪਦੀ ਆਪਦਾ ਵਤੀਰਾ, ਆਪਦਾ ਐਨੀਥਿੰਗ ਹੈ ਨਾ, ਤੁਸੀਂ ਚੁਣ ਸਕਦੇ ਹੋ। ਸਵੇਰੇ ਮਾਂ ਪਿਓ ਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਕਿ ਨਹੀਂ ਬੁਲਾਉਣੀ, ਤੁਸੀਂ ਚੁਣ ਸਕਦੇ ਹੋ। ਟੀਚਰ ਨੂੰ ਆ ਕੇ ਕਿਵੇਂ ਬੋਲਣਾ, ਤੁਸੀਂ ਚੁਣ ਸਕਦੇ ਹੋ, ਲੇਕਿਨ ਉਸ ਚੋਣ ਦਾ ਜਿਹੜਾ ਪ੍ਰਭਾਵ ਹੈ ਉਸ ਤੋਂ ਆਜ਼ਾਦ ਨਹੀਂ ਹੋ। ਮੈਂ ਫਿਰ ਉਹੀ ਚੀਜ਼ ਦੁਹਰਾ ਰਿਹਾ ਵੀ ਅੱਗ 'ਚ ਹੱਥ ਪਾਉਣਾ, ਪਾ ਲਓ, ਤੁਸੀਂ ਪਾ ਸਕਦੇ ਹੋ। ਤੁਸੀਂ ਬੋਲ ਜੀ ਅਸੀਂ ਆਜ਼ਾਦ ਹੈ, ਅਸੀਂ ਇਹ ਚੋਇਸ ਕੀਤੀ ਹੈ, ਹਾਂ ਡਿਸੀਜਨ ਇਜ਼ ਯੂਅਰਸ ਟੂ ਡੂ ਇਟ, ਬਟ
उस डिसीजन दे कॉन्सीक्वेंसेस तो तुसी आजाद नहीं हो। हुण एक मैनूं कई वारी ना इन्नी हुंदी है हैरानी, मैनूं कई गल्लां सिद्धियां गुरबाणी चों नहीं समझ आईआं, पर मैं अंग्रेजी किताबां ते होर राइटरां दीआं ते उधरों कोई यहूदियां दीआं ट्रांसलेशन्स, कोई रशियन दीआं ट्रांसलेशन्स, इंग्लिश दे विच कोई चंगीआं इहो किताबां पढ़ीआं, जदों मैं उहनां दीआं गल्लां पढ़ीआं, जदों मैं इहो जिहीआं गल्लां पढ़ीआं, फिर पता लगा ऐसा काम मूले ना कीचै खजाना है। ਪਰ ਅੱਜ ਦਾ ਨੌਜਵਾਨ ਜਿਹੜਾ, ਮੈਨੂੰ ਲੱਗਦਾ ਕਿ ਮੈਂ ਹੋ ਸਕਦਾ ਵਿਸ਼ੇ ਨੂੰ ਪੂਰਾ ਵੀ ਨਾ ਲੈ ਸਕਾਂ ਕਿਉਂਕਿ ਗੱਲਾਂ ਨਾਲ ਕਈ ਕਨੈਕਟ ਹੋ ਜਾਂਦੀਆਂ ਨਾ, ਤਾਂ ਆਈ ਥਿੰਕ ਦੈਟ ਉਹ ਰੈਲੇਵੈਂਟ ਜ਼ਿਆਦਾ ਹੈ। ਤੁਸੀਂ ਦੇਖੋ ਅੱਜ ਪੰਜਾਬ ਦਾ ਨੌਜਵਾਨ ਕੀ ਕਰ ਰਿਹਾ, ਕਹਿੰਦਾ ਜੀ ਲਿਖਤੀ ਨਹੀਂ, ਤੁਸੀਂ ਐਂ ਕਰੋ ਆਡੀਓ ਭੇਜ ਦਿਓ, ਆਡੀਓ ਭੇਜ ਦਿਓ ਜਾਂ ਵੀਡੀਓ ਭੇਜ ਦਿਓ, ਅਸੀਂ ਪੜ੍ਹਨਾ ਨਹੀਂ, ਅਸੀਂ ਵੀਡੀਓ ਤੇ ਵੀ ਦੇਖਣਾ ਪੈਂਦਾ। चलो वीडियो फिर भी इंटरेस्टिंग बनी हो तो बंदा देख लेंदा, ऑडियो बस ला लांगे जिन्नी कि समझे समझे ठीक है, बाकी कहां नहीं सुननी। तुसी ट्रैक्टरां ते ओ पेन ड्राइव दे थ्रू गाने लगे, कारां दे विच ऑडियो चली जांदा, मतलब असी एफर्ट नहीं करना चाहुंदे, क्योंकि पढ़ाई वेले की हुंदा है, जदों असी किताब पढ़दे उदों की होया हुंदा है, उदों साडी अटेंशन टोटली फोकस हुंदी है, मतलब असी कुछ होर सुन भी नहीं रहे होंगे, असी देख भी उठे रहे होंगे हैं ते नाल नाल समझ भी रहे होंगे, क्योंकि जे असी समझ ना रहे होइए असी अगा नहीं जा सकते। ते रीडिंग जेड़ी है ना, क्योंकि वो हौली हौली चब चब के लाइन बाय लाइन करनी पैंदी है, पिछली लाइन नाल अगली लाइन कनेक्ट होगी नहीं तां अगली पता लगनी, वो चित चित के खानी पैंदी है, वो बहुत ज्यादा फायदेमंद है पर औखी लगती है। गन्ना नहीं चुपना, जूस का गिलास देंगे, मतलब यह हो जिन्ना चर अस रीडिंग नहीं आपकी करा। और रीडिंग कभी एक लाइन दी, मैं तो कुछ बुक्स भी मैं जस्ट फॉर सैंपल थोड़े हरेक के घर एक लाइब्रेरी होनी चाहिए है, अज तो ही शुरू कर लो, कोई एक अलमारी उस अज तो एक किताब रख दो, 6 महीनों की दूजी किताब एड कर लो, साल चे को 4 किताबा हो जानी चाहिए, 4 साल 16 हो गई ना, बहुत है, मतलब आई बड़ी चलो। हरेक घरे लाइब्रेरी, जेड़ा बच्चा स्कूल जाता है उसके घरे एक लाइब्रेरी होनी चाहिए है, उस किताब मैं नहीं कहना कहो जी होनी चाहिए है, जिहो जी थोड़ी चंगी लगती वह जी होनी चाहिए है, क्योंकि टेस्ट भी हौली हौली डेवलप होंगे है। जो गल्ला मैं इतने कर रहा हैं, इतने दुनिया कोई भी चीज ओरिजिनल नहीं गई, सारिया कट पेस्ट है, नथिंग इज ओरिजिनल, क्योंकि ओरिजिनल तो एक नहीं बना दी सारिया, उतों बाद बाकी ने तो कॉपी की है, किसी ने फलाने थान तो फलानी चीज कॉपी कर ली, किसी ने हाँ वो आपका आपका टेस्ट है, किने कितों की चक्या, हरेक आपका आपका गुलदस्ता बनाई पता है, किसी ने किहो जिहे फुलां का बना लिया, किसी ने किहो जिहे चीजा का बना लिया, वो आपकी अपनी चॉइस है, यू आर फ्री टू चूज, ਪਿਆ ਸਾਰਾ ਕੁਝ ਹੈ ਬਾਗ ਚ। ਸੋ ਗਿਆਨ ਕੁਦਰਤ ਨੇ ਜਾਂ ਸਭ ਕੁਝ ਜੋ ਹੈ ਸਾਡੇ ਕੋਲ, ਪੇਂਟਰ ਹੈ ਕੋਈ ਕਵੇ ਨਾ ਜੀ ਇਹਦੀ ਓਰੀਜਨਲ ਪੇਂਟਿੰਗ ਹੈ, ਆਈ ਡੋਂਟ ਬਿਲੀਵ ਇਟ, ਓਰੀਜਨਲ ਨਹੀਂ, ਓਰੀਜਨਲ ਤਾਂ ਸੀ ਵੀ ਬਣੀ ਕੋਈ, ਇਹਨੇ ਉਹਦੀ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਹੈ ਬਸ, ਹਾਂ ਤੇ ਪਹਿਲੀ ਕਾਪੀ ਇਹਨੇ ਕੀਤੀ ਹੈ ਤਾਂ ਕਹਿ ਸਕਦੇ ਹਾਂ ਬਸ, ਵੀ ਇਹੋ ਜਿਹੀ ਕਾਪੀ ਕਿਸੇ ਹੋਰ ਨੇ ਨਹੀਂ ਕੀਤੀ, ਇੰਨਾ ਓਰੀਜਨਲ ਕਹਿ ਸਕਦੇ ਹੋ, ਹੋਰ ਕਿਆ ਕੁਝ ਵੀ ਓਰੀਜਨਲ ਨਹੀਂ ਹੈ। ਕੁਝ ਜਿਹੜੀਆਂ ਗੱਲਾਂ ਮੈਂ ਅੱਜ ਇੱਥੇ ਤੁਹਾਡੇ ਨਾਲ ਸ਼ੇਅਰ ਕਰੂੰਗਾ, ਪ੍ਰੋਫੈਸਰ ਪੂਰਨ ਸਿੰਘ ਦੀ ਕਿਤਾਬ ਹੈ ਖਾਲਸੇ ਦਾ ਆਦਰਸ਼, ਮੈਂ ਕਹਿੰਦਾ ਵੀ ਇੱਕ ਇੱਕ ਲਫ਼ਜ਼ ਇਹਦਾ ਪੜ੍ਹਨਾ ਹੈ, ਹੁਣ ਇਹ ਆ ਗਿਆ ਵੀ ਟੇਸਟ ਦੀ ਗੱਲ ਹੈ, ਅਗਰ ਟੇਸਟ ਦੀ ਗੱਲ ਹੈ ਮੈਨੂੰ ਇਹ ਲੱਗਦਾ, ਮੈਂ ਤੁਹਾਨੂੰ ਨਹੀਂ ਕਹਿੰਦਾ ਵੀ ਤੁਸੀਂ ਵੀ ਜ਼ਰੂਰ ਪੜ੍ਹਿਓ, ਬਟ ਇੱਕ ਇੱਕ ਲਫ਼ਜ਼ ਮਤਲਬ ਇੰਨਾ ਵਧੀਆ ਲਿਖਿਆ, ਪ੍ਰੋਫੈਸਰ ਪੂਰਨ ਸਿੰਘ ਸੀ ਕੌਣ, ਥੋੜ੍ਹਾ ਜਿਹਾ ਇਹ ਵੀ ਦੱਸ ਦਿਆਂ ਵਿੱਚ, ਇਹ ਬੰਦਾ
ਅੰਮ੍ਰਿਤਸਰ ਤੋਂ ਲਾਗੇ ਹੁਣ ਅੱਜ ਕੱਲ੍ਹ ਪਾਕਿਸਤਾਨ 'ਚ ਏਰੀਆ ਉਹ ਪੈਂਦਾ ਉੱਥੇ ਉੱਥੋਂ ਦਾ ਜੰਮਪਲ ਸੀ ਪੜ੍ਹਾਈ 'ਚ ਬਹੁਤ ਬ੍ਰਿਲੀਅੰਟ ਸੀ ਇਹਨੂੰ ਸਕਾਲਰਸ਼ਿਪ ਮਿਲੀ ਸਕਾਲਰਸ਼ਿਪ 'ਤੇ ਕੈਮਿਸਟਰੀ ਦੀ ਫਰਦਰ ਸਟੱਡੀ ਵਾਸਤੇ ਐਡਵਾਂਸ ਸਟੱਡੀ ਵਾਸਤੇ ਇਹ ਜਪਾਨ ਚਲਾ ਗਿਆ ਸਕਾਲਰਸ਼ਿਪ 'ਤੇ ਜਪਾਨ ਜਾ ਕੇ ਬੁੱਧੀਜ਼ਮ ਤੋਂ ਇੰਨਾ ਜ਼ਿਆਦਾ ਇੰਪ੍ਰੈਸ ਹੋਇਆ ਕਿ ਇਹ ਬੋਧੀ ਬਣ ਗਿਆ ਉਹ ਇਹ ਚੀਜ਼ ਡਰੈਸ ਪਾ ਲਈ ਬੋਧੀਆਂ ਦੇ ਉਸ ਸੈਟਅਪ ਦੇ ਵਿੱਚ ਹੀ ਉਹ ਰਹਿਣ ਲੱਗ ਪਿਆ ਇੱਕ ਬੋਧੀਆਂ ਵਾਲਾ ਜੀਵਨ ਜਿਉਣ ਲੱਗ ਪਿਆ ਇੱਥੋਂ ਇੱਕ ਸਵਾਮੀ ਜੀ ਗਏ ਉੱਥੇ ਸ਼ਾਇਦ ਰਾਮਤੀ ਉੱਥੇ ਜਾਂ ਸਮਥਿੰਗ ਮੈਨੂੰ ਹੁਣ ਉਹਨਾਂ ਦਾ ਪੂਰਾ ਪ੍ਰੋਪਰ ਨਾਮ ਨਹੀਂ ਯਾਦ ਬਟ ਪਤਾ ਲੱਗ ਸਕਦਾ ਉਹ ਉੱਥੇ ਗਏ ਉਹਨਾਂ ਨੇ ਵੇਦਾਂਤ ਬਾਰੇ ਉੱਥੇ ਜਾ ਕੇ ਗੱਲਾਂ ਕੀਤੀਆਂ ਇਹਨੇ ਕੰਪੇਅਰ ਕੀਤਾ ਉਹਦੇ ਨਾਲ ਅਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਲੱਗਿਆ ਆਹ ਬੈਟਰ ਹੈ ਇਹ ਗੇਰਵੇਂ ਪਾ ਕੇ ਵਸਤਰ ਹੋਣ ਅਤੇ ਸੰਨਿਆਸੀ ਹੋਵੇ ਫਿਰ ਇਹਨਾਂ ਨੇ ਉਹ ਜ਼ਿੰਦਗੀ ਹੰਡਾਈ ਜਿਹੜੀ ਵੇਦਾਂਤ 'ਤੇ ਬੇਸਡ ਸੀ ਅਤੇ ਇੱਥੇ ਅੰਬਾਲੇ ਕੋਲ ਡੀ ਏ ਵੀ ਕਾਲਜ ਕਿਤੇ ਉਹ ਐਜ ਏ ਪ੍ਰੋਫੈਸਰ ਜਾਂ ਪ੍ਰਿੰਸੀਪਲ ਵੀ ਕੰਮ ਕਰਦੇ ਰਹੇ ਉਸ ਤੋਂ ਬਾਅਦ ਉਹ ਦੇਹਰਾਦੂਨ ਫੋਰੈਸਟ ਰਿਸਰਚ ਇੰਸਟੀਚਿਊਟ ਵਿੱਚ ਇੱਕ ਸਾਇੰਟਿਸਟ ਦੇ ਤੌਰ 'ਤੇ ਕੰਮ ਕਰਦੇ ਰਹੇ ਰਿਸਰਚ ਸਾਇੰਟਿਸਟ ਮਤਲਬ ਵੈਰੀ ਐਜੂਕੇਟਡ ਪਰਸਨ ਫਿਰ ਕੀ ਹੁੰਦਾ ਹੈ ਅੰਮ੍ਰਿਤਸਰ ਇੱਕ ਕਾਨਫਰੰਸ ਹੁੰਦੀ ਹੈ ਇਹ ਉਹਦੇ 'ਚ ਪਾਰਟ ਲੈਣ ਜਾਂਦੇ ਉੱਥੇ ਭਾਈ ਵੀਰ ਸਿੰਘ ਮਿਲ ਜਾਂਦੇ ਆ ਭਾਈ ਵੀਰ ਸਿੰਘ ਨਾਲ ਕੁਐਸਚਨਾਂ ਬਿਤਾਉਂਦੇ ਹੈ ਅਤੇ ਕੁਝ ਕਾਨਸੈਪਟਸ ਸ਼ੇਅਰ ਹੁੰਦੇ ਹੈ ਕਹਿੰਦੇ ਬਸ ਉਹ ਤੋਂ ਬਾਅਦ ਸਿੱਖੀਜ਼ਮ ਨੂੰ ਰੀਅਡੋਪਟ ਕਰਦੇ ਆ ਹਾਲਾਂਕਿ ਪਹਿਲਾਂ ਵੀ ਸਿੱਖੀਜ਼ਮ ਮਤਲਬ ਇੱਕ ਸਿੱਖ ਪਰਿਵਾਰ ਚੋਂ ਸੀ ਲੇਕਿਨ ਫਿਰ ਜਦੋਂ ਸਾਰੀ ਗੱਲ ਸਮਝ ਕੇ ਕੰਪੇਅਰ ਕਰਕੇ ਫਿਰ ਇਸ 'ਚ ਆਉਂਦੇ ਹੈ ਫਿਰ ਉਸ ਤੋਂ ਬਾਅਦ ਜੋ ਬੁੱਕਸ ਲਿਖਦੇ ਹੈ ਉਹ ਇਕੱਲੀ ਸ਼ਰਧਾ ਨਹੀਂ ਇੰਨੀ ਸ਼ਰਧਾ ਨਹੀਂ ਲੌਜਿਕ 'ਤੇ ਦਲੀਲ 'ਤੇ ਕੰਪੈਰੇਟਿਵ ਸਟੱਡੀਜ਼ ਦੇ ਉੱਤੇ ਬੇਸਡ ਅਤੇ ਜ਼ਿੰਦਗੀ ਦੇ ਵਿੱਚ ਜਿਹੜੇ ਅਸਲ ਸੱਚਾਈਆਂ ਉਹਨਾਂ ਦੇ ਆਧਾਰ 'ਤੇ ਜਿਹੜੇ ਬੰਦੇ ਨੇ ਕਦੇ ਠੇਡਾ ਖਾਧਾ ਨਾ ਹੋਵੇ ਉਹ ਦੂਜੇ ਨੂੰ ਇਹੀ ਦੱਸ ਸਕਦਾ ਯਾਰ ਕਹਿੰਦੇ ਵੀ ਇੱਥੇ ਮਾੜਾ ਬਚਾ ਕੇ ਚੱਲੀ ਸੱਟ ਵੱਜ ਜਾਂਦੀ ਹੈ ਅਤੇ ਜਿਹਨੇ ਕਦੇ ਖਾਧਾ ਹੋਵੇ ਉਹ ਸਹੀ ਤੌਰ 'ਤੇ ਤੁਹਾਨੂੰ ਦੱਸ ਸਕਦਾ ਕਿ ਕਿਵੇਂ ਵੱਜਦੀ ਹੈ ਅਤੇ ਕਿੰਨੀ ਪੀੜ ਹੁੰਦੀ ਹੈ ਅਤੇ ਫਿਰ ਮਗਰੋਂ ਕੀ ਕੁਛ ਹੁੰਦਾ ਨਹੀਂ ਸੋ ਦੈਟ ਇਜ਼ ਵਾਈ ਆਈ ਵੈਲਿਊ ਦਿਸ ਪਰਸਨ ਇਹ ਜੋ ਲਿਖ ਰਹੇ ਆ ਆਪਣੇ ਨਿੱਜੀ ਤਜਰਬੇ 'ਚੋਂ ਲਿਖ ਰਹੇ ਆ ਇਕੱਲਾ ਕਿਤਾਬੀ ਗਿਆਨ ਨਹੀਂ ਹੈ ਹੋਰ ਕੁਛ ਮੈਂ ਗੱਲਾਂ ਕਰੂੰਗਾ ਉਹ ਇਸ ਕਿਤਾਬ 'ਚੋਂ ਹੈ ਮੈਨ ਸਰਚ ਫੋਰ ਮੀਨਿੰਗ ਇਹਦਾ ਰਾਈਟਰ ਹੈ ਵਿਕਟਰ ਫਰੈਂਕਲ ਵਿਕਟਰ ਫਰੈਂਕਲ ਇੱਕ ਯਹੂਦੀ ਹੈ ਇਹ ਇੱਕ ਡਾਕਟਰ ਸੀ ਸਾਈਕੈਟ੍ਰਿਸਟ ਸੀ ਨਾਜ਼ੀਆਂ ਨੇ ਜਦੋਂ ਵਰਲਡ ਵਾਰ ਹੋਈ ਨਾਜ਼ੀਆਂ ਨੇ ਯਹੂਦੀਆਂ ਨੂੰ ਫੜ ਕੇ ਕੰਸੈਂਟਰੇਸ਼ਨ ਕੈਂਪਾਂ 'ਚ ਇਕੱਠੇ ਕਰਤਾ ਹਿਟਲਰ ਕਹਿੰਦਾ ਇਹ ਨਸਲ ਹੀ ਮਕਾਉਣੀ ਹੈ ਇਹ ਕੰਮ ਦੀ ਹੈ ਹੀ ਇਹਨਾਂ ਦੀ ਨਸਲਕੁਸ਼ੀ ਕਰਨੀ ਜੀਨੋਸਾਈਡ ਲਫ਼ਜ਼ ਹੀ ਸ਼ੁਰੂ ਉਦੋਂ ਹੋਇਆ ਜੀਨੋਸਾਈਡ ਮਤਲਬ ਨਸਲਕੁਸ਼ੀ ਕਰਨੀ ਹੈ ਯਹੂਦੀਆਂ ਦੀ ਇੱਕ ਵੀ ਨਹੀਂ ਛੱਡਣਾ ਬਚਣਾ ਨਹੀਂ ਰਹਿਣਾ ਨਹੀਂ ਚਾਹੀਦਾ ਫਿਰ ਉੱਥੇ ਇਹ ਨਹੀਂ ਹੁੰਦਾ ਵੀ ਇਹ ਬਹੁਤ ਪੜ੍ਹਿਆ ਲਿਖਿਆ ਡਾਕਟਰ ਹੈ ਜਾਂ ਕਈ ਯਹੂਦੀ ਵੀ ਉਦੋਂ ਆਏ ਸਮਝਦੇ ਸੀ ਵੀ ਸਾਡੀ ਤਾਂ ਜਰਮਨ ਚਾਂਸਲਰ ਦੇ ਨਾਲ ਹਿਟਲਰ ਨਾਲ ਸਾਡਾ ਲੰਚ ਇਕੱਠਾ ਹੁੰਦਾ ਚਾਹ ਇਕੱਠੀ ਵੀ ਨਹੀਂ ਸਾਨੂੰ ਕਿਸੇ ਨੇ ਪੁੱਛਣਾ ਪਰ ਜਦੋਂ ਇਹੋ ਜਿਹੀ ਬਣਦੀ ਹੈ ਨਾ ਫਿਰ ਉਦੋਂ ਇਹ ਨਹੀਂ ਦੇਖਿਆ ਜਾਂਦਾ ਵੀ ਕੌਣ ਕੀ ਹੈ ਅਤੇ ਕੌਣ ਕੀ ਹੈ ਉਦੋਂ ਇੱਕੋ ਚੀਜ਼ ਆਈਡੈਂਟੀਫਾਈ ਹੋ ਜਾਂਦੀ ਉਦੋਂ ਸਾਰੇ ਯਹੂਦੀ ਇੱਕੋ ਤਕੜੀ 'ਚ ਤੁਰ ਗਏ ਸੀ ਜਿਵੇਂ 84 ਵੇਲੇ ਜਨਰਲ ਅਰੋੜਾ ਕੀ ਅਤੇ ਖੁਸ਼ਵੰਤ ਸਿੰਘ ਕੀ ਅਤੇ ਗਿਆਨੀ ਜੈਲ ਸਿੰਘ ਵੀ ਆਪਦੀ ਜਾਨ ਬਚਾਉਂਦੇ ਫਿਰਦੇ ਸੀ ਸਿਰਫ ਇੱਕੋ ਗੱਲ ਕਰਕੇ ਕਿਉਂਕਿ ਉਹ ਸਰਦਾਰ ਸੀ ਅਤੇ ਅਗਲੇ ਕੋਲ ਵੋਟਰ ਲਿਸਟਾਂ ਸੀਗੀਆਂ ਉਹਨਾਂ ਨੂੰ ਇਹ ਨਹੀਂ ਪਤਾ ਸੀ ਕੌਣ ਕਾਂਗਰਸ ਦੀ ਅਤੇ ਕੌਣ ਕੀ ਹੈ ਸੋ ਮਤਲਬ ਜਦੋਂ ਇਹੋ ਜਿਹਾ ਕੁਛ ਬਣਦਾ ਨਾ ਉਦੋਂ ਹਜੂਮ ਫਿਰ ਦੂਜੀਆਂ ਆਈਡੈਂਟੀਆਂ ਭੁੱਲ ਜਾਂਦਾ ਵਿਕਟਰ ਫਰੈਂਕਲ ਵੀ ਇੱਕ ਚੰਗਾ ਡਾਕਟਰ ਹੋਣ ਦੇ ਬਾਵਜੂਦ ਵੀ ਜਰਮਨੀ ਦੇ ਵਿੱਚ ਬਹੁਤ ਸੇਵਾ ਕਰਨ ਦੇ ਬਾਵਜੂਦ ਵੀ ਇਹਦੇ ਨਿੱਕੇ ਚੜ੍ਹ ਗਿਆ ਕੰਸੈਂਟਰੇਸ਼ਨ ਕੈਂਪਾਂ 'ਚ ਲੈ ਗਏ ਕੈਂਪਾਂ 'ਚ ਕੀ ਹੁੰਦਾ ਇਸ ਨੇ ਵਰਣਨ ਕੀਤਾ ਉਸ ਚੀਜ਼ ਦਾ ਕੈਂਪਾਂ 'ਚ ਕੀ ਕਰਦੇ ਸੀ ਕੁੜੀਆਂ ਨੂੰ ਅਤੇ ਬੱਚਿਆਂ ਨੂੰ ਕਹਿੰਦਾ ਤੁਸੀਂ ਗੈਸ ਚੈਂਬਰਾਂ 'ਚ ਪਾਓ ਬਸ ਇਹਨਾਂ ਦਾ ਧੂੰਆਂ ਹੀ ਨਿਕਲਦਾ ਕਿਸੇ ਜਿਹੜੇ ਬੰਦੇ ਸਿਹਤਮੰਦ ਆ ਉਹਨਾਂ ਨੂੰ ਅੱਡ ਕੱਢ ਲਓ ਜਿਹੜੇ ਇਹਨਾਂ ਦੇ ਬਿਮਾਰ ਜੇ ਇਹਨਾਂ ਨੂੰ ਬਿਮਾਰ ਦਿਓ ਜਿਹੜੇ ਸਿਹਤਮੰਦ ਹੈ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਖਾਣਾ ਖੁਣਾ ਦੇ ਕੇ ਅਤੇ ਇਹਨਾਂ ਤੋਂ ਮੋਰਚੇ ਮਾਰਚੇ ਪਟਾਓ ਹੋਰ ਕੰਮ ਧੰਦੇ ਕਰਾਓ
जो डाउन हो गए इन्हों भी खत्म करते जाओ, अल्टीमेट भी खत्म ही करना है, पर जिन्हें चर काम रहा काम लो। हम उन्होंने कैंपा के जिने दिन यह रहा इन्हें इन्हें वो लिखा भी मैं किवें जिया, एक बुक है इन्हें आप जो हंडाया वह लिखा है भी एक डॉक्टर है भी साइकैट्रिस्ट कि साडा दिमागी रिवाजन की कहना जी आप एक गल करते ना चढ़ती गल बहुत बहुत ताकतवर लफ्ज है ये कई ने पूरी पूरी किताब लाती है मेरे गलत समझा नित्रे मिस्टीक बहुत पर सवाल ते जवाब ये नाल जरूरी है, कला नित्रे करना नहीं सवाल करने क्यों पूछना क्यों दा पता होना जरूरी है। हमने बसंत जी ने गल की ना क्यों विक्टर फ्रेंकल भी कहता है कहता जे जिंदगी का थोड़े को वाहे है ना बर्दाश्त करनी सौखी हो जाती है जो थोड़ा वाहे का पता होगा कि तुम क्यों कर रहे हो। चलो कि काम है इट इज नॉट द एबिलिटीज बट द चॉइसेस साड़ी चोन एक गलते मेरे ना सहमत हो कि असि चोन आपकी खुद करते हैं सहमत हो सवेर वे उठने वे अस चुनते हैं कि नहीं चुनते उठिए कि थोड़ा चिर होर सवेर तो ही लग पे ना कभी जित जाने कद हार जाने पर चोन डिसाइड करती है सा दिन किमें लंघूगा उठन तो लैके रात के सौन तक असि चोन करते हैं साढ़े को राह ही राह होंगे बिचों असं एक चुनना एक छड़ना कई छड़ने हैं एक चुनना होंगे कई छड़ने होंगे देयर इज ऑलवेज वन बेस्ट वे ऑफ डूइंग अ थिंग वो वन बेस्ट वे असं भलना होंगे तो वह वन बेस्ट वे हरेक लिए इको जानी होंगे ये भी मैं दस देना मेरे लिए इस वेले कुछ करना बेहतर हो सकता है लेकिन थोड़े तो वेले थोड़े तो वास्ते इस वेले कुछ होर करना बेहतर हो सकता है राइट पर इस मोमेंट ते थोड़े तो वास्ते भी मेरे वास्ते भी कोई ना कोई बेहतर ऑप्शन हैगा कोई ना कोई बेस्ट ऑप्शन हैगा वो ऑप्शन नु लभना है। नेक्स्ट ये मेरे हाथ च है छड़ने का की होगा छड़ने का की होगा थले टिकू उत्ते तो नहीं जाऊ ये तो महीना पहला यह काम करता फिर की होना सी आह कुछ ही होना सी इतों दिन जाए मुक्तसर जाके ये काम करा फिर की हो मतलब ना तो जगह का फर्क पैना है ना समय का फर्क पैना है तो मेरी बजाय जो थोड़े चो कोई आके करे फिर की हो फिर भी आप उसी हो। सो ये जिहड़ा लॉ है ये जिहड़ा कानून है कुदरत का नैचुरल लॉ है जिहड़ा इट इज नॉट डिपेंडेंट अपॉन प्लेस परसन और टाइम ओके ना तो यह समय से डिपेंड करता है ये समय तो बाहर है क्योंकि पहला तो होंदा आ रहा है तो हुण भी हो रहा है तो अगां नूं भी उम्मीद अगां ही होगा ये किसी परसन पर डिपेंड नहीं करता फलाना छिड़ता तो ठा जाती है दूजा छिड़ता तो ठा होती है नहीं वो बच्चा छिड़ता तो ठा जाती है जो कोई बुढ़ा छिड़ता थले नहीं एज का कोई फैक्टर नहीं है समय का कोई फैक्टर नहीं है सर्दियां चाहे करो तो थले जाता गर्मियां चाहे करो तो थाना लगे हैं
law of gravity है ना, इसी तरह universal laws है, physical laws कहने आप आए ना, ये physical laws है साढ़े दिन लागू होंगे, हमने कितनों होना है simple जी का दसो, थोड़े school या college के बीच college ही 9 बजे लगाया करूँगा या school जरा 9 बजे लगाया करूँगा, एक करोड़ है वहाँ पर, हमने करोड़ मुझे बदलना हो भाई तुझे बदल सकते हो, कौन बदलूगा प्रिंसिपल बदल सकता है, क्योंकि प्रिंसिपल जो कानून बनाया है वो ही बदल सकता है, जेड़ा कानून मैं बनाया वो मैं ही बदल सकता है, जेड़ा कानून प्रिंसिपल ने बनाया वो प्रिंसिपल बदल सकता है, जेड़ा कानून समाज ने बनाया वो समाज बदल सकता है, जेड़ा कानून किसी देश की कॉन्स्टिट्यूशन ने बनाया वो तेरे भी बदल गया अपने पुराने वाली होती हूं दीदी ने जो कितने भी बदल दिया उन्होंने, पर जेड़े कानून रब ने बनाए हैं बंदा बदलने की कोशिश ना करे बदले जाने नहीं रब ही बदलूगा जे बदलने पहला राइट ਹੁਣ ਫਿਰ ਜਦੋਂ ਆਪਾਂ ਇਹਨਾਂ ਕਾਨੂੰਨਾਂ ਨੂੰ ਬਦਲ ਨਹੀਂ ਸਕਦੇ ਆਪਾਂ ਆਖੀਏ ਵੀ ਕੰਧ ਸੌਫਟ ਹੋ ਜੇ ਅਸੀਂ ਮੁੱਕੀਆਂ ਮਾਰਨੀਆਂ ਪਰ ਕੰਧ ਸੌਫਟ ਹੋ ਜੇ ਕੰਧ ਨਹੀਂ ਸੌਫਟ ਹੋਣੀ ਹੱਥ ਬਣਾ ਦਿੰਦੇ ਆਹਾ ਕੁਝ ਹੋਊਗਾ ਸੋ ਬਿਹਤਰ ਹੈ ਕਿ ਇਸ ਕਾਨੂੰਨ ਦੀ ਉਲੰਘਣਾ ਨਾ ਕਰੋ ਪਾਲਣਾ ਕਰੋ ਇਹਦੀ ਇਹਦਾ ਰਿਗਾਰਡ ਕਰੋ ਤੇ ਜ਼ਿੰਦਗੀ ਸੌਖੀ ਹੋਊਗੀ ਇਜ਼ਨਟ ਕੁਦਰਤ ਦੇ ਕਾਨੂੰਨ ਨੂੰ रिस्पेक्ट दो नेचर के लॉज नो रिगार्ड दो तो जिंदगी सौखी हो जाऊगी क्योंकि इन्हों तो बिना कोई मतलब इन्हों की उलंघना च साडा कोई फायदा नहीं हो सकता वैसे भी असि नेचुरल लॉज है नेचुरल लॉज के विच ही साडी सर्वाइवल पॉसिबल है जिवें एक फोन है इहदे मैनुफैक्चरर ने इहदे नाल एक मैनुअल दित्ता हुंदा यूजर मैनुअल ਉਹਦੇ ਅਗੇਂਸਟ ਜੇ ਇਹਦੇ ਵਿੱਚ ਚਾਰਜਿੰਗ ਵੱਧ ਕਰ ਦਈਏ ਬੈਟਰੀ ਹੋਰ ਪਾ ਦਈਏ ਇਹਦੀ ਕੋਈ ਗਰੰਟੀ ਨਹੀਂ ਹੈ ਕਿ ਸਰਵਿਸ ਚੰਗੀ ਦੇਊਗਾ ਜਾਂ ਜ਼ਿਆਦਾ ਚਿਰ ਰਹੂਗਾ ਯੈਸ ਮੈਂ ਲੱਗਦਾ ਮੈਨੂੰ ਹੁਣ ਨਾ ਘਟਾਉਣਾ ਚਾਹੀਦਾ ਕੰਮ ਵਾਸੀਆਂ ਆਉਣ ਲੱਗ ਪਈਆਂ ਮੈਂ ਦੱਸ ਦੇ ਜਿੱਥੇ ਕਿਤੇ ਬੰਦ ਕਰਨਾ ਹੋਵੇ ਆਪਾਂ ਉੱਥੇ ਬੰਦ ਕਰ ਦਿਆਂਗੇ ਹੋ ਜਾਂਦਾ ਕਿ ਮੇਰੀ ਡਿਊਟੀ ਕਰਵਾ ਦਿਓ ਚਲੋ ਇਹ बस थोड़ा जा इना का ख्याल रखियो कि जिवें फिजिकल लॉज है गया ना ते जे असी ओना दा ध्यान रखिए कि कोठे तो ग्रेविटी है कि है असी थल्ले आए नहीं जा सकते असी केड़ा आए उड़ के जाना भी साथ असी ता सट वजूगी आपा ना जाइए मतलब कि आपा बच गए ठीक है औड़ियां थणी आ जाओ हौली हौली फिर इवें हो जे जेड़े जेड़े लॉज है कि अगले विच हाथ पावांगे सड़ूगा आपा नहीं पाउंदे क्योंकि अग दा नेचर है रब ने बनाया है मतलब असी बदल नहीं सकते सो जदों असी फिजिकल लॉज नु रिस्पेक्ट ते रिगार्ड करके जिंदगी सौखी कर सकते हां एवें ही देयर आर अनडिनायबल स्पिरिचुअल लॉज जिहड़े फिजिकली साडे ते एक्ट करदे आ ओवें ही कुछ साडे ते रूहानी तौर ते भी कुछ कानून लागू होंदे आ जे असी उहनां कानूनां नु पछाण लईए जे असी उहनां कानूनां दे मुताबक आपदे आप नु कर लईए जिंदगी सौखी टेंशन फ्री ਆਪਾਂ ਕੁਝ ਹੋਰ ਕੀ ਆ ਹੁਣ ਦੱਸੋ ਆਪਾਂ ਉਹਨੇ ਗੱਲ ਕਰਕੇ ਹਟੇ ਆ ਵੀ ਇਹ ਕਾਨੂੰਨ ਸਭ ਤੇ ਲਾਗੂ ਹੁੰਦੇ ਆ ਇੱਥੇ ਵੀ ਹੁੰਦੇ ਆ ਅਫਰੀਕਾ ਚ ਵੀ ਹੁੰਦੇ ਆ ਸਦੀਆਂ ਪਹਿਲਾਂ ਵੀ ਹੁੰਦੇ ਸੀ ਤੇ ਹੁਣ ਵੀ ਹੋ ਰਹੇ ਆ ਤੇ ਗਾਹਾਂ ਵੀ ਹੋਣਗੇ ਕਾਲਿਆਂ ਤੇ ਵੀ ਹੁੰਦੇ ਗੋਰਿਆਂ ਤੇ ਵੀ ਹੁੰਦੇ ਆ ਮਤਲਬ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਤੇ ਜੇ ਸੌਖੇ ਰਹਿਣਾ ਤਾਂ ਕਿਉਂ ਸਚਿਆਰਾ ਹੋਈਆ ਕਿਉਂ ਕੂੜਾ ਟੁੱਟੇ ਬਾਲ ਕਿਸ ਹੁਕਮ ਦੀ ਰਜ਼ਾ ਤੇ ਚੱਲ ਬਾਬਾ ਨਾਨਕ ਹਾਊਸ ਇਨ ਸੱਚ ਅ ਸਿੰਪਲ ਵੇ ਇੰਨੀ 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 ਮਤਲਬ ਇਹ ਜੀ ਗੱਲ ਆਈ ਤੇ ਪਹਿਲੀ ਮੋੜੀ ਚੀ ਸਮਝਾ ਗਏ ਸਾਨੂੰ ਹਜੇ ਨਹੀਂ ਹਜਮ ਨਹੀਂ ਹੋਈ ਗੱਲ ਹਾਜ਼ਮ ਕਰਨ ਵਾਸਤੇ ਵੀ ਹਾਜ਼ਮਾ ਚਾਹੀਦਾ ਹੈ ਪਹਿਲੀ ਬੋਡੀ 'ਚ ਜਦੋਂ ਕਹਿੰਦੇ ਆ ਨਾ ਫਿਰ ਸਚਿਆਰਾ ਹੋਈ ਹੈ ਉਦੋਂ ਪਹਿਲਾਂ ਵਾਲੀਆਂ ਪੜ੍ਹੋ ਅਤੇ ਉਹਦੇ 'ਚੋਂ ਵੇਖੋ ਆਪਾਂ ਕੀ ਛੱਡਿਆ ਸੋਚਿਆ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਸਾਡੀਆਂ ਮੱਸਿਆ ਹਜੇ ਵੀ ਚੱਲਦੀਆਂ ਅਸੀਂ ਇਸ ਕਰਕੇ ਨਹੀਂ ਨਾ ਹੋ ਜਾਂਦੇ ਕਿ ਉੱਥੇ ਸਾਰੀਆਂ ਮਤਲਬ ਅਸੀਂ ਵਿਤਕਰੇ ਖਤਮ ਕਰਨ ਚੱਲੇ ਹਾਂ ਵਾਲੀਆਂ ਟਰਾਲੀਆਂ ਛੱਡ ਕੇ ਹੋ ਜਾਂਦੀਆਂ ਵੀ ਨਹਾਈ ਦਾ ਹੁੰਦਾ ਭਾਈ ਮੱਸਿਆ ਤੇ ਮਾਂ ਕੀ ਤੇ ਵੀ ਇਹ ਪਵਿੱਤਰ ਹੋ ਜਾਂਦਾ ਪਾਪ ਧੋਤੇ ਜਾਂਦੇ ਆ ਚੁੱਪ ਹੈ ਚੁੱਪ ਨਾ ਹੋ ਗਈ
ਸੋਨਮਨ ਬਹੁਤ ਤੁਰੇ ਫਿਰਦੇ ਆ, ਘੁੱਟ ਗਏ ਸਾਰੇ, ਆਪਾਂ ਪਤਾ ਬੜੇ ਯਾਰ ਨਿਸ਼ਾਨ ਦਾ ਚੁੱਕ ਗਏ, ਉਹਨੇ ਪਤਾ ਲੱਗਦਾ ਫਲਾਣੇ ਨੇ ਪਤਾ ਨੀ ਸਪਰੇ ਪੀ ਲਈ, ਪਤਾ ਨੀ ਕਿਸੇ ਨੇ ਕੀ ਕਰ ਲਿਆ, ਅੰਦਰ ਨੀ ਚੁੱਪ ਕੀਤਾ ਉਹਨਾਂ ਦਾ, ਤੇ ਭੁੱਖਿਆ ਭੁੱਖ ਨਾ ਉਤਰੀ ਵਾਲਾ ਤਾਂ ਕੋਈ ਅੰਤ ਹੀ ਨੀ, ਪਤਾ ਨੀ ਕਿੰਨੇ ਹਜ਼ਾਰ ਕਰੋੜ ਲੈ ਕੇ ਉਹ ਬਾਹਰ ਟੱਪ ਕੇ, ਹਜੇ ਕਹਿੰਦੇ ਨਹੀਂ ਸਾਨੂੰ ਅਜੇ ਸਾਡਾ ਤਾਂ ਹੋਰ ਇੱਥੇ ਬਾਕੀ, ਉਹ ਵੀ ਲੈ ਗਿਆ, ਰੱਜੇ ਤਾਂ ਉਹ ਨੀ ਅਜੇ। ਫਿਰ ਕਹਿੰਦੇ ਸਹਿਸ ਸਿਆਣਪ ਅਲੱਗ, ਇਹੋ ਜਿਹੀਆਂ ਹੋਰ ਲੱਖਾਂ ਸਿਆਣਪਾਂ ਵੀ ਆਏ ਆਏ ਭੁੱਖਿਆਂ ਦੀ ਭੁੱਖ ਲੈ ਜਾਂਦੀ ਹੈ, ਆਏ ਚੁੱਪ ਪੀਕਿਆਂ ਚੁੱਪ ਹੋਇਆ ਜਾਂਦਾ, ਆਏ ਆਏ ਪਾਪ ਧੋਤੇ ਜਾਂਦੇ, ਇਹੋ ਜਿਹੀਆਂ ਲੱਖਾਂ ਸਿਆਣਪਾਂ ਚੱਕੀ ਫਿਰ ਉਹ ਇੱਕ ਤਾਂ ਚੱਲੇ ਨਾਲ, ਕਦੇ ਕਿਸ ਚਿਆਰਾ ਹੋਈ ਹੈ, ਬਸ ਇੱਕੋ ਹੀ ਹੱਲ ਹੈ, ਕੁਛ ਨੀ ਸਿੰਪਲ, ਜ਼ਿੰਦਗੀ ਨੂੰ ਕੁਦਰਤ ਦੇ ਅਨੁਸਾਰ ਕਰ ਲਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਸਚਿਆਰਾ ਹੀ ਸਚਿਆਰਾ, ਤੂੰ ਤੇਰੇ ਜਿੰਨਾ ਪਛਾਣਾ ਕੋਈ ਨੀ, ਜੇ ਤੂੰ ਆਪਦੇ ਆਪ ਨੂੰ ਸਿੰਕਰੋਨਾਈਜ਼ ਹਾਰਮੋਨਾਈਜ਼ ਕਰ ਲਿਆ ਨੇਚਰ ਲਿਆ। ਕੁਝ ਇੱਕ ਆਪਾਂ ਪ੍ਰਿੰਸੀਪਲ ਡਿਸਕਸ ਕਰਾਂਗੇ ਜੋ ਮੈਨੂੰ ਇਸ ਬੁੱਕ ਚੋਂ ਮਿਲੇ ਸੀ, ਤੇ ਕਾਫੀ ਹੱਦ ਤੱਕ ਉਹ ਪ੍ਰਿੰਸੀਪਲ ਮੈਨੂੰ ਇਸ ਬੁੱਕ ਚੋਂ ਮਿਲਦੇ, ਜਦੋਂ ਮੈਂ ਉਹ ਪ੍ਰਿੰਸੀਪਲ ਪੜ੍ਹੇ, ਤੇ ਇਹਦੇ ਵਿੱਚ ਇਹਨੇ ਐਗਜ਼ਾਮਪਲਸ ਵੀ ਦਿੱਤੇ ਹੋਏ ਹੈ ਪੈਟਾਗੋਸ ਨੇ, ਉਦਾਹਰਨ ਨਾਲ ਦੇ ਕੇ ਸਮਝਾਇਆ ਵੀ ਆਹ ਦੇਖੋ ਇੱਥੇ ਇਹਨਾਂ ਨੇ ਆਏ ਕੀਤਾ, ਆਏ ਆਹ ਹੋ ਸਕਦਾ, ਮੈਨੂੰ ਕੁਛ ਪਾਸੇ ਮਾਣ ਵੀ ਹੋਇਆ ਤੇ ਕੁਛ ਪਾਸੇ ਅਫਸੋਸ ਵੀ ਹੋਇਆ। ਅਫਸੋਸ ਇਸ ਗੱਲ ਦਾ, ਮਤਲਬ ਮਾਣ ਇਸ ਗੱਲ ਦਾ ਹੋਇਆ ਵੀ ਇਹ ਕਿਹੜੇ ਐਗਜ਼ਾਮਪਲ ਹੈ, ਤੂੰ ਐਗਜ਼ਾਮਪਲ ਸਾਥੋਂ ਪੁੱਛਦਾ, ਤੇ ਅਫਸੋਸ ਇਸ ਗੱਲ ਦਾ ਵੀ ਅਸੀਂ ਇਹਨੂੰ ਦੱਸ ਨਹੀਂ ਸਕੇ। ਆਪਾਂ ਹੌਲੀ ਹੌਲੀ ਅੱਗੇ ਡਿਸਕਸ ਕਰਦੇ ਹਾਂ, ਕਰਿਓ ਜੀ। ਪਹਿਲਾ ਹੈ ਐਕਸਰਸਾਈਜ਼ ਦਾ ਫਰੀਡਮ ਟੂ ਚੂਜ਼ ਯੋਰ ਐਟੀਟਿਊਡ। ਹੁਣ ਵਿਕਟਰ ਫ੍ਰੈਂਕਲ ਕਹਿੰਦਾ ਕਹਿੰਦਾ ਬੰਦੇ ਦਾ ਸਭ ਕੁਝ ਖੋਲੋ, ਸਭ ਕੁਝ ਖੋਲੋ ਉਹਦਾ। ਜਦੋਂ ਇਹ ਕੰਸੈਂਟ੍ਰੇਸ਼ਨ ਕੈਂਪਾਂ ਦੇ ਵਿੱਚ ਲੈ ਗਏ ਸੀ, ਆਜ਼ਾਦੀ ਤਾਂ ਖਤਮ ਸੀ, ਇਹਨਾਂ ਦੇ ਨੀੜੇ ਵੀ ਲਵਾ ਰਹੇ ਸੀ, ਇਹਨਾਂ ਨੂੰ ਉਹ ਕੈਦੀਆਂ ਵਾਲੇ ਕੁਛ ਦਿੱਤੇ ਸੀ, ਪੱਟੇ ਚੀਟੇ ਜੋ ਜਾਂ ਕੁਛ ਵੀ ਸੀ, ਰੋਟੀ ਪਾਣੀ ਵੀ ਨਾ ਬਰਾਬਰ ਸੀ, ਮਤਲਬ ਕਿ ਕਿਹੜੀ ਚੀਜ਼ ਆ ਜਿਹੜੀ ਉੱਤੇ ਬੰਦਾ ਮਾਣ ਕਰ ਸਕਦਾ, ਉਹ ਇਹਨਾਂ ਕੋਲ ਕੁਛ ਵੀ ਹੈ ਨਹੀਂ ਸੀ। ਕਹਿੰਦਾ ਤੁਸੀਂ ਬੰਦੇ ਤੋਂ ਸਭ ਕੁਝ ਖੋ ਸਕਦੇ ਹੋ ਪਰ ਇੱਕ ਚੀਜ਼ ਨਹੀਂ ਖੋ ਸਕਦੇ, ਕੀ ਪਤਾ ਇੱਕ ਆਜ਼ਾਦੀ ਹੈ ਜਿਹੜੀ ਬੰਦੇ ਕੋਲ ਅਲਟੀਮੇਟ ਅਖੀਰ ਤੱਕ ਰਹਿੰਦੀ ਹੈ। ਕਿਸੇ ਨੂੰ ਸ਼ੇਅਰ ਯਾਦ ਹੈ ਤਾਂ ਮੈਨੂੰ ਸੁਣਾ ਦਿਓ, ਕਿਸ ਦਸੇ ਕੋਈ ਮਕਤਲ ਮੈਂ ਗਿਆ, ਮਾੜਾ ਜਿਹਾ ਵੀਰ ਜੀ ਥੈਂਕ ਯੂ, ਇਹ ਮਾੜਾ ਜਿਹਾ ਬੋਲਿਓ, ਇਹ ਮੌਤ ਤੋਂ ਆਣੀ ਜਾਣੀ ਹੈ, ਜਾਨ ਤੋਂ ਆਣੀ ਹੈ, ਨਹੀਂ ਮੈਂ ਇੰਨੀ ਯਾਦ ਉਹ ਸ਼ਾਨ ਸਲਾਮਤ ਰਹਿੰਦੀ ਹੈ, ਇਹ ਮੈਂ ਦੱਸ ਦਿੰਦਾ, ਹੁਣ ਦੱਸ ਦਿੰਦਾ, ਮੈਂ ਦੱਸ ਦਿੰਦਾ ਇੱਕ ਮਿੰਟ, ਇਹ ਜਾਨ ਮੈਨੂੰ ਲੱਗਦਾ ਆਈ ਹੈ ਵੀ ਇਹ ਜਾਨ ਤੋਂ ਆਣੀ ਜਾਣੀ ਹੈ, ਪਰ ਕਿਸ ਦਜ ਸੇ ਕੋਈ ਮਕਤਲ ਮੈਂ ਗਿਆ, ਉਹ ਜਿਸ ਦਜ ਸੇ ਕੋਈ ਮਕਤਲ ਮੈਂ ਗਿਆ ਉਹ ਸ਼ਾਨ ਸਲਾਮਤ ਰਹਿਤੀ ਹੈ। ਮਰਨਾ ਤਾਂ ਹਰੇਕ ਨੇ ਹੈ, ਪਰ ਜਿਹੜਾ ਕੌਣ ਕਿਵੇਂ ਮਰਿਆ ਉਹ ਮੈਟਰ ਕਰਦਾ। ਸੁਕਰਾਤ ਨੂੰ ਕਹਿੰਦੇ ਤੂੰ ਆਹ ਜਿਹੜੀਆਂ ਗੱਲਾਂ ਕਰੀਆਂ ਨਾ ਨਾ ਆਹ ਜੀ ਅਲਟੀਮੇਟ ਟਰੁੱਥ ਤੇ ਆ ਸਾਰਾ ਕੁਛ ਸਜਾਈ ਦੀਆਂ ਇਹ ਛੱਡ ਦੇ ਤੇ ਤੇਰਾ ਸਭ ਮਾਫ, ਤੂੰ ਕਿਤੇ ਹੋਰ ਜਾਂਦਾ ਰਹਿ ਤਾਂ ਵੀ ਤੈਨੂੰ ਮਾਫ, ਕਹਿੰਦਾ ਉੱਥੇ ਵੀ ਤੁਹਾਡੇ ਅੱਗੇ ਹੀ ਹੋਣਗੇ, ਕਹਿੰਦਾ ਫਿਰ ਕਿਤੇ ਜ਼ਹਿਰ ਦਾ ਪਿਆਲਾ ਪੀਣਾ ਪਊ, ਲਿਆਓ ਕਹਿੰਦੇ ਪੀ ਲੈਂਦੇ। ਸੱਚ ਪਿੱਛੇ ਸੱਚ ਤੇ ਖੜ ਕੇ, ਮਤਲਬ ਇਹ BC ਦੀ ਗੱਲ ਹੈ, ਅਬਾਊਟ 400 BC, ਉਹ ਕਹਿੰਦੇ ਪਹਿਲਾ ਸ਼ਹੀਦ ਹੈ ਜਿਹੜਾ ਸੱਚ ਤੇ ਸ਼ਹੀਦ, ਜੋ ਰਿਕਾਰਡਡ ਹਿਸਟਰੀ ਦੇ ਵਿੱਚ ਆ, ਹੋਣਗੇ ਹੋਰ ਵੀ ਲੇਕਿਨ ਰਿਕਾਰਡਡ ਹਿਸਟਰੀ ਦੇ ਵਿੱਚ, ਕਹਿੰਦਾ ਨਹੀਂ ਸੱਚ ਤੇ ਕੋਈ ਕੰਪਰੋਮਾਈਜ਼ ਨਹੀਂ, ਪਹਿਲਾ ਮੰਜ਼ੂਰ ਹੈ। ਤਾਂ ਉਹ ਕਹਿੰਦਾ ਸਭ ਕੁਝ ਖੋਲਿਆ ਗਿਆ, ਤੁਸੀਂ ਇਮੈਜਿਨ ਕਰੋ, ਬਹੁਤ ਮਤਲਬ ਹੁਣ ਇਹਦੇ ਕੋਲੇ ਉੱਥੇ ਕੈਂਪ ਦੇ ਵਿੱਚ ਕੁਝ ਵੀ ਨਹੀਂ ਹੈ, ਐਂਡ ਹੀ ਇਜ਼ ਫੇਸਿੰਗ ਸਰਟਨ ਡੈਥ, ਯਕੀਨੀ ਮੌਤ ਹੈ ਉਸ ਜਗ੍ਹਾ ਤੇ। ਹੁਣ ਇਹਦੇ ਕੋਲੇ ਹਜੇ ਵੀ ਇੱਕ ਫਰੀਡਮ ਆਉਂਦੀ ਹੈ,
the freedom to choose his attitude. ਆਪਦਾ ਵਤੀਰਾ ਜਿਹੜਾ ਨਾ, ਆਪਦਾ ਨਜ਼ਰੀਆ ਜਿਹੜਾ ਹੈ, ਉਹ ਹਜੇ ਵੀ ਇਹ ਖੁਦ ਰੱਖ ਸਕਦਾ ਜਿਵੇਂ ਸੁਕਰਾਤ ਨੇ ਰੱਖਿਆ ਸੀ। ਮੌਤ ਕੋਈ ਗੱਲ ਨੀ, ਨਜ਼ਰੀਆ ਮੇਰਾ ਮੇਰੇ ਕੋਲ ਰੋਗ, ਤੁੰਬਾ ਤੁੰਬਾ ਕਰ ਦਿਓ, ਮੇਰੇ ਸਰੀਰ ਨੂੰ ਜਮਾ ਖਤਮ ਕਰ ਦਿਓ, ਸਾੜ ਦਿਓ, ਮਾਰ ਦਿਓ, ਵੱਢ ਦਿਓ, ਜੋ ਮਰਜ਼ੀ ਕਰੋ, ਲੇਕਿਨ ਜੋ ਮੇਰਾ ਐਟੀਟਿਊਡ ਹੈ ਨਾ, ਇੱਕ ਚੀਜ਼ ਹੈ ਜਿਹੜੀ ਕਿਸੇ ਦੀ ਪਤਾ ਖੋ ਨਹੀਂ ਸਕਦਾ। This is the freedom that God has given to each one of us. ਉਸ ਵਾਹਿਗੁਰੂ ਨੇ, ਪਰਮਾਤਮਾ ਨੇ ਇਹ ਸਾਨੂੰ ਹਰੇਕ ਨੂੰ ਆਹ ਫਰੀਡਮ ਦਿੱਤਾ ਹੋਇਆ ਹੈ। ਫਾਂਸੀ ਦੇ ਤਖ਼ਤਿਆਂ ਤੇ ਖੜੇ ਤੁਸੀਂ ਸੁਣੇ ਹੋਣੇ, ਕਹਿੰਦੇ ਹਾਂ ਅਸੀਂ ਕੀਤਾ ਇਹ ਕੰਮ। ਇਹਨੂੰ ਮਾੜਾ ਜਿਹਾ ਪੜ੍ਹ ਲੈਂਦੀ ਤਰ੍ਹਾਂ। Fear has two meanings. ਪਹਿਲਾ ਤਾਂ ਹੈ F for forget, E for everything, A for end, run. ਡਰ ਕੇ ਸਭ ਕੁਝ ਭੁੱਲ ਜਾਓ ਤੇ ਭੱਜ ਜਾਓ। ਪਰ ਦੂਜੇ ਪਾਸੇ ਫੇਸ ਐਵਰੀਥਿੰਗ ਐਂਡ ਰਾਈਜ਼। ਹੁਣ ਇੱਥੇ ਫਿਰ ਪਹਿਲਾਂ ਦੀ ਗੱਲ ਯਾਦ ਰੱਖਿਓ, ਜਿਹੜੀਆਂ ਪਹਿਲਾਂ ਸਲਾਈਡਾਂ ਦੇ ਵਿੱਚ ਜਿਹੜੀਆਂ ਕੋਟੇਸ਼ਨਾਂ ਪਾਈਆਂ ਸੀ, ਐਵੇਂ ਨਹੀਂ ਪਾਈਆਂ ਸੀ। ਮੈਂ ਇਹ ਦ੍ਰਿੜ ਕਰਾਉਣਾ ਚਾਹੁੰਦਾ ਤੁਹਾਨੂੰ ਕਿ ਚੋਇਸ ਤੁਹਾਡੇ ਹੱਥ 'ਚ ਹੈ, ਚੋਇਸ ਤੁਹਾਡੇ ਹੱਥ 'ਚ ਹੈ, ਅਤੇ ਚੋਇਸ ਨੇ ਤੁਹਾਡੀ ਡੈਸਟੀਨੀ, ਤੁਹਾਡਾ ਭਵਿੱਖ ਸ਼ੇਪ ਕਰਨਾ, ਕਿਸੇ ਹੋਰ ਬੰਦੇ ਦੇ ਹੱਥ 'ਚ ਨਹੀਂ ਗਾ। ਤੁਹਾਡਾ ਭਵਿੱਖ, ਤੁਹਾਡਾ ਭਵਿੱਖ ਤੁਹਾਡੀ ਆਪਦੀ ਡਿਸੀਜਨ ਮੇਕਿੰਗ ਦੇ ਵਿੱਚ ਹੈ, ਤੁਹਾਡੀਆਂ ਚੋਇਸਿਸ ਦੇ ਵਿੱਚ ਹੈ। ਚੋਇਸ ਇਜ਼ ਯੂਅਰਸ, ਤੁਸੀਂ ਇਹ ਨਹੀਂ ਲਿਖਣਾ ਬਾਅਦ 'ਚ ਲਿਖਿਆ ਜੀ। The choice is yours. ਇਹ ਸਾਖੀ ਬਾਰੇ ਪਤਾ ਸਾਰਿਆਂ ਨੂੰ ਕਿ ਮੈਂ ਦੱਸਣੀ ਪਊਗੀ? ਜਿਹਨੂੰ ਨਹੀਂ ਪਤਾ ਹੱਥ ਖੜਾ ਕਰ ਲਿਓ। ਓਕੇ, ਅਨੰਦਪੁਰ ਸਾਹਿਬ ਦਾ ਕਿਲਾ ਹੈ, ਬਾਹਰੋਂ ਘੇਰਾ ਪਾਇਆ ਹੋਇਆ, ਕਈ ਮਹੀਨੇ ਹੋ ਗਏ ਘੇਰਾ ਪਾਏ ਨੂੰ। ਦੁਸ਼ਮਣ ਨੇ ਸਕੀਮ ਬਣਾ ਲਈ, ਅੰਦਰ ਗੁਰੂ ਸਾਹਿਬ ਹੈਗੇ ਹੈ, ਸਿੰਘ ਹੈਗੇ ਹੈ ਨਾਲ। ਦੁਸ਼ਮਣ ਨੇ ਸਕੀਮ ਬਣਾ ਲਈ ਵੀ ਆਪਾਂ ਇਹ ਕਰੀਏ, ਇੱਕ ਕਿਲਾ ਲੋਹ ਗੜਦਾ ਹੈ ਜਿਹਦੇ ਵਿੱਚ ਇਹਨਾਂ ਦਾ ਨਾ ਹਥਿਆਰ ਬਣਾਉਣ ਦਾ ਕਾਰਖਾਨਾ ਹੈ, ਆਪਾਂ ਉਹਦਾ ਗੇਟ ਭੰਨੀਏ। ਤੇ ਗੇਟ ਭੰਨਣ ਵਾਸਤੇ ਇੱਕ ਹਾਥੀ ਦੇ ਉੱਤੇ ਲੋਹਾ ਮੜ ਕੇ ਤੇ ਉਹਨੂੰ ਸ਼ਰਾਬ ਪਿਆ ਕੇ ਮਸਤ ਕਰਕੇ ਆਪਾਂ ਨਾ ਉਧਰ ਨੂੰ ਭਜਾ ਲਿਆਂਗੇ, ਜਦੋਂ ਦਰਵਾਜ਼ੇ ਦੇ ਵਿੱਚ ਵੱਜੂਗਾ ਤੇ ਉਹ ਤੋੜ ਦਊਗਾ, ਤੇ ਫਿਰ ਉਹ ਤੋਂ ਬਾਅਦ ਆਪਾਂ ਇਹਨਾਂ ਨੂੰ ਕਰ ਲਾਂਗੇ। ਹੁਣ ਇਹ ਜਦੋਂ ਜੰਗੀ ਨੁਕਤੇ ਹੁੰਦੇ ਹੈ, ਹਰੇਕ ਕੋਲੇ ਸੂਝੀ ਹੁੰਦੇ ਹੈ, ਹਰੇਕ ਕੋਲੇ ਆਪਦੇ ਸਪਾਈਸ ਹੁੰਦੇ ਹੈ, ਤੇ ਇਵੇਂ ਗੁਰੂ ਸਾਹਿਬ ਦੇ ਜਿਹੜੇ ਸਿੰਘ ਸੀ ਇਹਨਾਂ 'ਚ ਵੀ ਇਹ ਕੈਪੇਬਿਲਿਟੀ ਸੀਗੀ, ਕਾਬਲੀਅਤ ਸੀਗੀ। ਕਈ ਇਹੋ ਜਿਹੇ ਸੇਵਾਦਾਰ ਵੀ ਸੀ ਜੋ ਇਹ ਸੇਵਾ ਨਿਭਾ ਰਹੇ ਸੀ, ਤਾਂ ਉਹ ਜਿਹੜੀ ਇਨਫੋਰਮੇਸ਼ਨ ਦੁਸ਼ਮਣ ਦੀ ਅੰਦਰ ਪਹੁੰਚ ਗਈ, ਪਲਾਨ ਦਾ ਪਤਾ ਲੱਗ ਗਿਆ। ਹੁਣ ਬੰਦਾ ਭਾਲਣਾ ਸੀ ਕਿਹੜਾ ਉਹ ਸਾਥੀ ਨੂੰ ਫੇਸ ਕਰੂਗਾ। ਇੱਕ ਬੰਦਾ ਸੀ ਦੁਨੀ ਚੰਦ, ਪੂਰਾ ਤਕੜਾ, ਗੁਰੂ ਸਾਹਿਬ ਕਹਿੰਦੇ ਉਹ ਹਾਥੀ ਦਾ ਸਾਡਾ ਹਾਥੀ ਫੇਸ ਕਰੂਗਾ। ਪਰ ਦੁਨੀ ਚੰਦ ਦੀ ਚੋਇਸ ਪਹਿਲਾਂ ਵਾਲੀ ਸੀ, ਫੋਰਗੈਟ ਐਵਰੀਥਿੰਗ ਐਂਡ ਰਨ। ਫੀਅਰ, ਫੋਰਗੈਟ ਐਵਰੀਥਿੰਗ ਐਂਡ ਰਨ। ਉਹ ਕਹਿੰਦੇ ਚਲੋ ਕੋਈ ਗੱਲ ਨੀ। ਬਚਿੱਤਰ ਸਿੰਘ ਛੋਟੇ ਜਿਹੇ ਕਰਦਾ, ਸਲਿਮ ਜਿਹਾ ਬੰਦਾ ਸੀ, ਕਹਿੰਦੇ ਫਿਰ ਚੰਗਾ ਬਚਿੱਤਰ ਸਿੰਘ ਕਰੂਗਾ ਇਹ ਕੰਮ। ਕਿਉਂ ਵੀ ਬਚਿੱਤਰ ਸਿੰਘ ਕਰੇਗਾ, ਕਹਿੰਦੇ ਮਤਲਬ ਕੀ ਗੱਲਾਂ, ਸਿਰਫ ਆਪਣੀਆਂ ਕਿਆ ਸਲਾਹੀਆਂ ਹੈ, ਆਪਾਂ ਉਹਨੂੰ ਸੀਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਆਪਾਂ ਕਿਹੜਾ ਕੋਲੇ ਸੀ ਕਿ ਉਹਨਾਂ ਨੇ ਕੀ ਕਿਹਾ ਹੋਣਾ, ਬਟ ਆਈ ਫੀਲ ਕਿ ਹੀ ਮਸਟ ਹੈਵ ਸੈਡ ਇਟ ਬੈਕ। ਕਹਿੰਦਾ ਗੁਰੂ ਸਾਹਿਬ ਤੁਹਾਡਾ ਥਾਪੜਾ ਹੋਵੇ ਤੇ ਇਸ ਕੱਟੇ ਨੂੰ ਮੈਂ ਨਹੀਂ ਜਾਣਦਾ, ਮਤਲਬ ਸੀ ਦਾ ਕੌਨਫੀਡੈਂਸ। ਫੇਸ ਐਵਰੀਥਿੰਗ ਐਂਡ ਰਾਈਜ਼, ਤੇ ਜਦੋਂ ਉਹਨੇ ਇਹ ਚੋਇਸ ਕੀਤੀ, ਉਸ ਚੋਇਸ ਦੇ ਰਿਜ਼ਲਟ ਇਤਿਹਾਸ 'ਚ ਦਰਜ ਹੋ ਗਏ। ਘੋੜੇ ਤੇ ਚੜਿਆ, ਆ ਨਾਗਣੀਆਂ ਉਹਦੇ ਕੋਲ, ਦੇਖੋ ਇਹ ਖਾਸ ਤਰ੍ਹਾਂ ਦਾ ਸਪੀਅਰ ਹੁੰਦਾ, ਵਰਛਾ ਹੁੰਦਾ ਹੈ, ਰਕਾਬਾਂ ਦੇ ਵਿੱਚ ਪੈਰ ਰੱਖ ਕੇ, ਕਿਉਂਕਿ ਖੁਦ ਹਾਈਟ ਛੋਟੀ ਸੀ, ਰਕਾਬਾਂ ਦੇ ਵਿੱਚ ਪੈਰ ਰੱਖ ਕੇ ਘੋੜੇ ਤੇ ਖੜਾ ਹੋ ਗਿਆ, ਤੇ ਉਸ ਪਾਵਰ ਆਫ ਬਿਲੀਫ ਨਾਲ, ਉਹ ਜਿਹੜੀ ਪਿੱਛੇ ਤਾਕਤ ਕੰਮ ਕਰ ਰਹੀ ਸੀ ਨਾ, ਉਹ ਤੇ ਯਕੀਨ ਹੀ ਇੰਨਾ ਸੀ ਕਿ ਉਹ ਹੈ ਮੇਰੇ ਨਾਲ, ਉਸ ਪਾਵਰ ਦੇ ਨਾਲ ਉਹਨੇ ਜਦੋਂ ਉਹ ਸਪੀਅਰ ਆਏ ਉਹਦੇ ਮਾਰਿਆ, ਤੇ ਉਹ ਜਿਹੜਾ ਲੋਹੇ ਦਾ ਅੱਗੇ ਸੀਗਾ ਸੰਜੋਗ ਦੇ ਬਿਜਲੀ ਹੁੰਦਾ ਹੋਇਆ, ਜਦੋਂ ਮੱਥੇ 'ਚ ਵੱਜਿਆ, ਹਾਥੀ ਦੀਆਂ ਚੀਕਾਂ ਨਿਕਲ ਗਈਆਂ, ਪੁੱਠਾ ਮੁੜ ਗਿਆ, ਜਿਹੜੇ ਫੌਜੀਆਂ ਨੇ, ਜਿਹੜੀ ਫੌਜ ਨੇ ਘੱਲਿਆ ਸੀ ਉਹਨਾਂ ਨੂੰ ਗਰੜਤਾ ਜਾ। ਐਟੀਟਿਊਡ, ਕਿਸੇ ਵੀ ਸਿਚੁਏਸ਼ਨ ਦੇ ਵਿੱਚ ਤੁਹਾਡਾ ਐਟੀਟਿਊਡ, ਤੁਹਾਡੇ ਕੋਲ ਹੈ ਚੋਇਸ ਕੀ ਰੱਖਣਾ।
टू चूज योर एटीट्यूड इज योर चॉइस, एक फ्रीडम है। जिन्ना इस स्पेस नु वधा लोगे, मतलब बाहरों एक थोड़े ते एक इंपल्स आई, तुसी उहदा रिस्पोंड करना है। वो इंपल्स ते रिस्पोंड दे विच जिहड़ा गैप है ना, वो हुंदा एटीट्यूड चूज करन दा गैप। ते जिन्ना इस गैप नु आपां वध तों वध वरतना शुरू कर देंगे, उवें उवें अपना फ्रीडम वधदा जाऊगा, उवें उवें अपनी पावर वधदी जाऊगी। Choose the attitude, the freedom to choose the attitude. Next, please. The freedom to choose the attitude. जान तो आनी जानी है, जिस हज से कोई मक्तल में गया वो शान सलामत रहती है। फिर भी सही कर लिया जी, तुसी है वो जब तुसी जिस दर से कोई मक्तल में गया हाँ? वो शान सलामत रहती है, ये जान तो आनी जानी है, इस जान की तो कोई बात नहीं, इस जान की तो कोई बात नहीं। जान तो मरना तो हरेक ने है, पर कोई किवे मरिया ये गल मैंने रखी है, कि वो किवे मरिया उसकी चॉइस है, वो चॉइस उस गैप दे विच है। ये कहना सी कल डॉक्टर साहब ने गल हुई सी डॉक्टर मनदीप सिंह नाल, कहते इन्हू ऑफर किया गया सी, कहते बंदा सिंह तेरी सारी वो जड़ी तेरी जायदाद है तेनू माफ, तेरा परिवार गिवन, तेरा तेरी पावर एवरीथिंग गिवन, एक बच्चा है तेरी गोदी च बैठा है, इनू मार दे। ये कहना मजूम मसूम ते मजलूम ते वार करन दा हुक्म नहीं है, ते ये तां की जे तेरा बच्चा बैठा हुंदा मैं तां वी नहीं मार सकदा सी। So I have made my choice, my attitude is clear, do what you want. Tu jo karna kar hun, mere maniyo ta response clear ho gaya. Next. Examples hi is kitab ch nahi hai. Is ch bhi kuch hor nahi hai, kuch hor kitabaan ch paiyan hai saariyan, ek kitabaan hai. Befitting examples, बच्चियां दे टोटे सामने करवा के गलां च हार पोए जा रहे हैं, पर नहीं सुकरात को जो सच है सच रहूगा, जहर दे गले को बैठ नहीं जाते। नेक्स्ट, सेकंड है रियलाइज द वे टू मीनिंग। ਇਹ ਦੁਨੀਆ ਦੇ ਵਿੱਚ ਨਾ ਜਿਹੜੇ ਸਾਈਕੋਲੋਜਿਸਟ ਹੈ ਕੁਝ ਨਾ ਕੁਝ ਇਸ ਤੇ ਸਟੱਡੀ ਕਰਦੇ ਰਹਿੰਦੇ ਵੀ ਹੈ ਕੀ ਚੀਜ਼ ਜਿਹੜੀ ਬੰਦੇ ਨੂੰ ਡਰਾਈਵ ਕਰਦੀ ਹੈ, ਇਹ ਜੀ ਕਿਹੜੀ ਚੀਜ਼ ਹੈ ਜਿਹੜੀ ਬੰਦੇ ਨੂੰ ਕੰਮ ਕਰਾਉਂਦੀ ਹੈ। ਸਿਗਮੰਡ ਫਰੂਡ ਹੋਇਆ ਇੱਕ, ਉਹ ਕਹਿੰਦਾ ਇਟ ਇਜ਼ ਵਿਲ ਟੂ ਪਲੇਜਰ। ਬੰਦਾ ਹਰੇਕ ਚੀਜ਼ ਚੋਂ ਆਨੰਦ ਭਾਲਦਾ ਹੈ, ਹਰੇਕ ਚੀਜ਼ ਚੋਂ ਖੁਸ਼ੀ ਭਾਲਦਾ ਹੈ, ਇਸੇ ਲਈ ਉਹ ਕੁਛ ਕਰਦਾ ਹੈ। ਪਰ ਚੱਕਰ ਇਹ ਹੈ ਵੀ ਇਹ ਚੀਜ਼ਾਂ ਤਾਂ ਬਾਹਰੀ ਸੋਰਸਿਸ ਤੇ ਡਿਪੈਂਡ ਕਰਦੀਆਂ, ਬੰਦੇ ਦੇ ਵੱਸ ਦੀਆਂ ਨਹੀਂ, ਤੇ ਥੋੜ ਚਿਰੀਆਂ ਹੁੰਦੀਆਂ। ਤੁਹਾਨੂੰ ਇੱਕ ਵਾਰੀ ਪਲੇਜਰ ਮਿਲ ਗਿਆ, ਉਸ ਤੋਂ ਬਾਅਦ ਫਿਰ ਪਲੇਜਰ, ਤੇ ਪਲੇਜਰ ਤੇ ਪਲੇਜਰ ਜਿੰਨਾ ਚਿਰ ਮਿਲਦਾ ਨਹੀਂ ਉਨਾ ਚਿਰ ਹੀ ਮੈਨੂੰ ਲੱਗਦਾ ਉਦੋਂ ਤੱਕ ਦੌੜ ਹੁੰਦੀ ਹੈ। ਜਦੋਂ ਪਲੇਜਰ ਤੇ ਪਹੁੰਚ ਜਾਂਦਾ ਬੰਦਾ, ਉਦੋਂ ਉਹਦੀ ਹਾਲਤ ਕਦੇ ਮਹਿਸੂਸ ਕਰਕੇ ਵੇਖੋ ਕੀ ਹੁੰਦੀ ਹੈ ਵੀ ਹੁਣ ਕੀ ਕਰੀਏ। ਪਲੇਜਰ ਤੇ ਪਹੁੰਚਣਾ ਇੱਕ ਹੋਰ ਗੱਲ ਹੈ, ਪਲੇਜਰ ਤੇ ਪਹੁੰਚ ਕੇ ਪਲੇਜਰ ਨਹੀਂ ਹੁੰਦਾ। ਇਹ ਇਸ ਚੀਜ਼ ਨੂੰ ਥੋੜ੍ਹਾ ਜਿਹਾ ਘਟਾਈ ਨਾ ਕਦੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰਿਆ ਜੇ, ਕੋਈ ਕੋਈ ਚੀਜ਼ ਆਪਣੀ ਖੁਸ਼ੀ ਵਾਸਤੇ ਕਰਿਆ ਜੇ, ਤੇ ਜਦੋਂ ਉਹ ਚੀਜ਼ ਕਰ ਲਈ ਨਾ, ਫਿਰ ਵੇਖਿਆ ਜੀ ਕਿੰਨੀ ਖੁਸ਼ੀ ਹੁੰਦੀ ਹੈ। ਬਸ ਕਰਮ ਤੱਕ ਹੀ ਸੀ, ਹੁਣ ਹੋ ਗਈ, ਹੁਣ ਕੋਈ ਖੁਸ਼ੀ। ਸੋ ਇਹ ਥਿਊਰੀਆਂ ਫੇਲ। ਐਡਲਰ ਹੈ ਇੱਕ ਹੋਰ ਸਾਈਕੋਲੋਜਿਸਟ, ਉਹ ਕਹਿੰਦਾ ਨਹੀਂ ਭਾਈ, ਬੰਦੇ ਨੂੰ ਜੋ ਕੁਛ ਵੀ ਕਰਾਉਂਦਾ ਹੈ ਨਾ, ਉਹਦੀ ਇੱਕ ਵਿਲ ਟੂ ਪਾਵਰ ਹੈ। ਕਿ ਉਹ ਕਹਿੰਦਾ ਮੇਰੇ ਕੋਲ ਇੱਕ ਪਾਵਰ ਹੋਵੇ। ਅਸਲੀ ਬੰਦਾ ਜਿਹੜਾ ਕਹਿੰਦਾ ਇਨਸਿਕਿਉਰ ਹੈ, ਇਨਫੀਰੀਅਰਟੀ ਕੰਪਲੈਕਸ ਦਾ ਮਾਰਿਆ ਹੋਇਆ, ਤੇ ਇਹ ਆਪ ਦੇ ਆਪ ਨੂੰ ਤਕੜਾ ਸਾਬਤ ਕਰਨਾ ਚਾਹੁੰਦਾ। ਇਸੇ ਕਰਕੇ ਜਿਹੜਾ ਵੱਧ ਪੈਸਾ ਕਮਾਉਣਾ, ਉਹ ਵੀ ਕਿਉਂਕਿ ਉਹ ਗਿਣਿਆ ਮਿਣਿਆ ਜਾ ਸਕਦਾ ਤੇ ਲੋਕਾਂ ਨੂੰ ਵਿਖਾਇਆ ਜਾ ਸਕਦਾ ਕਿ ਮੈਂ ਤੇਰੇ ਨਾਲੋਂ ਵੱਡਾ, ਯਾਨੀ ਕਿ ਆਪਦੇ ਆਪ ਨੂੰ ਵੱਡਾ, ਆਪਦੇ ਆਪ ਨੂੰ ਤਗੜਾ, ਆਪ ਵਿਲ ਟੂ ਪਾਵਰ।
ਕਹਿੰਦਾ ਹਾਂ ਜੀ ਡਰਾਈਵ ਕਰ ਦਈਏ ਬੰਦੇ ਨੂੰ। ਪਾਵਰ ਵਾਸਤੇ ਉਹ ਕੀ ਕਰਦਾ, ਕਈ ਤਰ੍ਹਾਂ ਦੇ ਸਿੰਪਟਮਸ ਵੀ ਦੇਖੇ ਜਾਂਦੇ ਆ, ਫਿਰ ਉਹ ਬੁਲੀ ਕਰਦੇ ਆ ਦੂਜਿਆਂ ਨੂੰ। ਜਿਹੜੇ ਪਾਵਰ ਜਿਨ੍ਹਾਂ ਨੂੰ ਇਹ ਡਰਾਈਵ ਕਰ ਰਿਹਾ ਹੁੰਦਾ, ਇਹ ਹੈਗੇ ਕੁਛ ਲੋਕ ਜਿਹੜੇ ਪਾਵਰ ਕਰਕੇ ਆਪਦੇ ਮਤਲਬ ਡਰਾਈਵਰ ਹੈਗੇ ਆ, ਜਿਨ੍ਹਾਂ ਦੇ ਪਿੱਛੇ ਮੋਟਿਵ ਜਾਂ ਮਕਸਦ ਜਿਹੜਾ ਉਹਨਾਂ ਨੂੰ ਉਹਨਾਂ ਤੋਂ ਕੰਮ ਕਰਵਾ ਰਿਹਾ, ਉਹ ਪਾਵਰ ਹੈ। ਤਾਂ ਪਾਵਰ ਕਰਕੇ ਕੀ ਕਰ ਰਹੇ ਆ, ਉਹ ਲੋਕਾਂ ਨੂੰ ਬੁਲੀ ਕਰਦੇ ਆ, ਲੋਕਾਂ ਨੂੰ ਦਬਕਾਉਂਦੇ ਆ, ਲੋਕਾਂ ਨੂੰ ਬਦਨਾਮ ਕਰਕੇ ਨੀਵੇਂ ਵਿਖਾਉਂਦੇ ਆ, ਲੋਕਾਂ ਦੇ ਬਾਰੇ ਗਲਤ ਫਹਿਮੀਆਂ ਫੈਲਾ ਕੇ, ਲੋਕਾਂ ਦੇ ਬਾਰੇ ਹਾਸੋ ਹੀਣੇ ਚੁਟਕਲੇ ਬਣਾ ਕੇ ਉਹਨਾਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਆ। ਕਿ ਤਾਂ ਕਿ ਕਿਉਂਕਿ ਜਦੋਂ ਵੀ ਕੋਈ ਬੰਦਾ ਪਾਵਰ 'ਚ ਹੈ, ਮੰਨ ਲਓ ਅੱਜ ਪਾਵਰ 'ਚ ਆ ਵੀ ਗਿਆ, ਫਿਰ ਵੀ ਉਹਦਾ ਕੋਈ ਨਾ ਕੋਈ ਓਪੋਨੈਂਟ ਤਾਂ ਹੋਊਗਾ ਹੀ ਨਾ। ਜੇ ਤੁਸੀਂ ਫਸਟ ਆ ਗਏ, ਤੁਹਾਨੂੰ ਸੈਕਿੰਡ ਵਾਲਾ ਹਮੇਸ਼ਾ ਦੀਦਾ ਰਹੂਗਾ, ਵੀ ਉਹ ਵੀ ਤਾਂ ਪੜ੍ਹੀ ਜਾਂਦਾ। ਜੇ ਮੈਂ ਥੋੜ੍ਹਾ ਜਿਹਾ ਵੀ ਅਵੇਸਰ ਹੋ ਗਿਆ, ਤੁਹਾਨੂੰ ਫਸਟ ਆ ਜਾਂਦਾ, ਮੈਂ ਫਿਰ ਸੈਕਿੰਡ। ਹੁਣ ਤੁਸੀਂ ਫਸਟ ਆਉਣ ਪਿੱਛੇ ਤੁਹਾਨੂੰ ਸੈਕਿੰਡ ਵਾਲੇ ਵੀ ਝੱਕੀ ਜਾਂਦੇ, ਤੁਸੀਂ ਦੈਟਸ ਨਾਟ ਅ ਗੁੱਡ ਫੀਲਿੰਗ। ਉੱਥੇ ਆਨੰਦ ਵਾਲੀ ਕੋਈ ਗੱਲ ਨਹੀਂ, ਫਸਟ 'ਚ ਟੋਰਚਰ ਆ ਉੱਥੇ। ਜੇ ਸੈਕਿੰਡ ਵਾਲਾ ਨਾ ਤਕੀਬ ਦਾ, ਥਰਡ ਵਾਲਾ ਹੀ ਸਿੱਧਾ ਫਸਟ 'ਤੇ ਆ ਜਾਏ, ਮੈਂ ਤਾਂ ਖਤਰੇ 'ਚ ਹੀ ਖਤਰੇ 'ਚ ਹਾਂ। ਐਂਡ ਪਾਵਰ ਇਜ਼ ਨਾਟ ਅਲਟੀਮੇਟ। ਵਿਕਟਰ ਫਰੈਂਕਲ ਕਹਿੰਦਾ, ਅਸਲ ਚੀਜ਼ ਪਾਵਰ ਨਹੀਂ, ਅਸਲ ਚੀਜ਼ ਪਲੇਜਰ ਨਹੀਂ, ਅਸਲ ਚੀਜ਼ ਕਹਿੰਦਾ ਜ਼ਿੰਦਗੀ ਦੇ ਵਿੱਚ ਮਕਸਦ ਹੈ। ਫਿਰ ਉਹ ਪ੍ਰੂਵ ਕਰਦਾ, ਕਹਿੰਦਾ ਜ਼ਿੰਦਗੀ ਦੇ ਵਿੱਚ ਜਦੋਂ ਸਾਨੂੰ ਜ਼ਿੰਦਗੀ ਦਾ ਮਕਸਦ ਮਿਲ ਜਾਂਦਾ ਨਾ, ਜਾਂ ਕਿਸੇ ਵੀ ਕੰਮ ਕਰਨੇ ਪਿੱਛੇ ਸਾਨੂੰ ਵਾਏ ਪਤਾ ਲੱਗ ਜਾਂਦੀ ਹੈ ਨਾ, ਵਾਏ ਪਤਾ ਲੱਗ ਜਾਂਦੀ ਹੈ ਜਦੋਂ, ਫਿਰ ਹਉ ਮੈਟਰ ਨਹੀਂ ਕਰ ਸਕਦਾ। ਉਹ ਹਉ ਦੇ ਵਿੱਚ ਸਾਨੂੰ ਕਿੰਨੀ ਪੀੜ ਹੋਊਗੀ, ਜਾਂ ਸਾਨੂੰ ਪਾਵਰ ਮਿਲੂਗੀ ਜਾਂ ਨਹੀਂ ਮਿਲੂਗੀ, ਪਲੇਜਰ ਮਿਲੂਗਾ ਜਾਂ ਨਹੀਂ ਮਿਲੂਗਾ, ਇਟ ਡਸਨਟ ਮੈਟਰ। ਮੀਨਿੰਗ ਹੈਗਾ ਨਾ ਬਸ, ਇਟ ਇਜ਼ ਮੀਨਿੰਗ ਦੈਟ ਡਰਾਈਵਸ। ਤੁਸੀਂ ਸੋਚੋ, ਤੁਹਾਨੂੰ ਇੱਥੋਂ ਤੁਹਾਨੂੰ ਕਿਹਾ ਜਾਵੇ ਪੂਰੀ ਗਈ ਭੱਜਣਾ ਉੱਥੋਂ ਤਾਈਂ, ਪੋਲ ਟੂ ਪੋਲ ਫੁੱਟਬਾਲ ਦਾ ਫੀਲਡ ਹੈ ਜਿਹੜਾ, ਤੁਸੀਂ ਭੱਜੇ ਮੰਨ ਲਿਆ, ਪਰ ਬਾਅਦ 'ਚ ਤੁਹਾਨੂੰ ਪੁੱਛਿਆ ਕਿਵੇਂ ਲੱਗਿਆ, ਬਸ ਜੀ ਕਿਵੇਂ ਲੱਗਣਾ, ਤੁਸੀਂ ਕਹਿ ਦਿੱਤਾ ਸੀ ਭੱਜ ਲਏ, ਤੁਹਾਨੂੰ ਨਹੀਂ ਪਤਾ ਉਹਦੇ ਪਿੱਛੇ ਕੀ ਮਕਸਦ ਸੀ, ਕਿਉਂ ਭਜਾਇਆ ਸੀ, ਕਿਉਂ ਨਹੀਂ ਭਜਾਇਆ ਸੀ, ਤੁਸੀਂ ਉਸ ਪਾਸੇ ਪਹੁੰਚ ਗਏ। ਹੁਣ ਕੁਦਰਤੀ ਉਸ ਪਾਸੇ ਕੁੱਤਾ ਪੈ ਗਿਆ ਤੁਹਾਡੇ ਨਾਲ, ਹੁਣ ਤੁਸੀਂ ਬਿਨਾਂ ਕਹੇ ਭੱਜੇ, ਪਹਿਲਾਂ ਨਾਲੋਂ ਕਿਤੇ ਕਹੇ ਭੱਜੇ, ਤੇ ਇੱਧਰ ਆ ਕੇ ਬਾਕੀ ਸਾਰੇ ਖੜੇ ਸੀ, ਕੁੱਤਾ ਵੀ ਪਿਛਾਂਹ ਖੜ ਗਿਆ, ਇੱਥੇ ਆ ਕੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ? ਸ਼ੁਕਰ ਹੈ, ਉਹ ਪੇਨ ਨਹੀਂ ਮਹਿਸੂਸ ਹੋਈ, ਨਾ ਉਹ ਲੈਕ ਆਫ ਪਾਵਰ ਤੁਹਾਨੂੰ ਕੋਈ ਉਹ ਆਏ ਲੱਗੀ ਵੀ ਕੀ ਸਾਨੂੰ ਅਸੀਂ ਤਾਂ ਕੋਈ ਹਨ ਕੀ, ਬਟ ਦੇਰ ਵਾਜ਼ ਅ ਸਟਰੋਂਗ ਮੀਨਿੰਗ ਬਿਹਾਈਂਡ ਇਟ, ਆਈ ਹੈਵ ਟੂ ਸੇਵ ਮਾਈ ਸਕਿਨ। ਤੇ ਫਿਰ ਜਦੋਂ ਤੁਸੀਂ ਭੱਜ ਰਹੇ ਸੀ, ਤੇ ਭੱਜਣ ਤੋਂ ਬਾਅਦ ਹਾਉ ਸੈਟਿਸਫਾਈਡ ਯੂ ਵਰ ਕਿ ਹਾਂ ਆਈ ਹੈਵ ਅਚੀਵਡ ਇਟ, ਨਹੀਂ ਸੋ ਦੇਰ ਹੈਜ਼ ਟੂ ਬੀ ਅ ਮੀਨਿੰਗ। ਵਿਕਟਰ ਫ੍ਰੈਂਕਲ ਕਹਿੰਦਾ ਪਾਵਰ ਇਜ਼ ਨਥਿੰਗ, ਪਲੇਜਰ ਇਜ਼ ਨਥਿੰਗ, ਸ਼ਾਰਟ ਲਿਵਡ ਹੈ। ਪਾਵਰ ਦੇ ਖਤਰੇ ਬਹੁਤ ਹੈ ਕਿਉਂਕਿ ਪਾਵਰ ਦੇ ਨਾਲ ਓਪੋਨੈਂਟਸ ਬਹੁਤ ਹੈ, ਪਲੇਜਰ ਦੇ ਖਤਰੇ ਬਹੁਤ ਹੈ ਕਿਉਂਕਿ ਪਲੇਜਰ ਸਦੀਕ ਹੀ ਨਹੀਂ ਹੈ, ਇੱਕ ਮੁੱਕ ਗਿਆ ਦੂਜਾ ਦੂਜਾ ਭੁੱਖਿਆ ਭੁੱਖ ਨਾ ਉਤਰੀ, ਇਟਸ ਨੈਵਰ ਐਂਡਿੰਗ ਪ੍ਰੋਸੈਸ। ਤੁਸੀਂ ਉਹ ਜਿਹੜੀ ਅਸੀਮ ਖੁਸ਼ੀ ਦੀ ਭਾਲ ਕਰ ਰਹੇ ਹੋ ਤੁਹਾਨੂੰ ਮਿਲਣੀ ਨਹੀਂ, ਕਿਉਂਕਿ ਇਹ ਨੈਵਰ ਐਂਡਿੰਗ ਹੈ। ਮੀਨਿੰਗ ਜਿਹੜਾ ਹੈ ਨਾ ਜ਼ਿੰਦਗੀ ਦੇ ਵਿੱਚ, ਮਕਸਦ ਜ਼ਰੂਰੀ ਹੈ। ਅੱਜ ਜੋ ਹੋ ਰਿਹਾ, ਮੈਂ ਸਮਾਂ 15 ਮਿੰਟ ਹੀ ਰਹਿ ਗਏ, ਸੱਤ ਹੈ ਤੇ ਆਪਾਂ ਦੂਜੇ ਦੇ ਹਾਂ, ਚਲੋ ਆਈ ਟਰਾਈ ਟੂ ਗੋ ਫੋਰ ਇਟ ਬੇਕਲੀ। ਇਹਨਾਂ ਵਾਂਗੀਆਂ 22 ਮਿੰਟ ਹੈ, ਤੁਸੀਂ ਭਾਵੇਂ ਮੈਨੂੰ 5 ਮਿੰਟਾਂ ਬਾਅਦ ਕਹਿ ਦਿਓ ਜੀ ਬਸ ਕਰੋ ਜੀ। ਐਗਜ਼ਿਸਟੈਂਸ਼ੀਅਲ ਵੈਕਿਊਮ, ਜਦੋਂ ਅਸੀਂ ਕਹਿੰਦੇ ਨਾ ਬਾਜੀ ਟਾਈਮ ਪਾਸ, ਉਹ ਵੀ ਕਿਵੇਂ ਚੱਲਦਾ ਬਾਜੀ ਟਾਈਮ ਪਾਸ, ਸਾਡੇ ਕੋਲ ਕੋਈ ਮਕਸਦ ਨਹੀਂ। ਜਦੋਂ ਸਾਡੇ ਕੋਲ ਕੋਈ ਮਕਸਦ ਨਹੀਂ ਨਾ,
वो एक वैक्यूम होंगे साढ़े को क्यों का जवाब है नहीं अस की करी जाने क्यों करी जाने असि जी जाने क्यों जी जाने असि स्कूल च पढ़ने क्यों पढ़ी जाने असि कोई काम करी जाने क्यों करी जाने क्यों का जवाब है नहीं ना दैट इज अ वैक्यूम उसे खाली थां आ गई उस खाली थां करके दो तरह के हालात बन जाते हैं एक ट्रैजिक ट्रायड कहते हैं ट्राइंगल है एक न्यूरोटिक ट्रायड हम ट्रैजिक की है दुख तकलीफ बहुत महसूस होती है जे वजह ना पता होंगे ताई दादे है ना किसी कंटा चुभे ते भी चीक निकल जाती है ते कोई बंद बंद करके आ गई कहना कोई नहीं हौली हौली गिल्ट फीलिंग होती है असि आप आप चाहे आप गिल्टी मनी जाने सू पुछना लगे हूं काका की करता तू सा तक मकसद नहीं तो अभी सोचा भी नहीं तो अभी प्लान भी नहीं किया जे किसी ने पूछ लिया अभी जवाब देवे एक्सपेक्टेशन बनिया नहीं बहुत है साढ़े कोई जवाब नहीं गिल्टी हो गए असि डेथ इन ट्रैजिक ट्रायड मेन मीनिंगलैस लाइफ करके अज के हालात असं सब कुछ देख रहे हैं दूजा हैगा न्यूरोटिक ट्रायड साडे न्यूरो सिस्टम ते जिहड़ा अफेक्ट करता है उस की हुंदा है असीं तीन तरह का बिहेवियर शो करते हैं जां तां असीं डिप्रेशन च चले जाने हैं मीनिंग ही है नहीं की करिए कुछ है ही नहीं करन की वो डिप्रेशन च चले जाते लोग बड़ी बड़ी मीनिंगलैस लाइफ जां असीं अग्रेशन च चले जाने हैं की पै जिंदगी ते आ जा देख लांगे जा मर जांगे जा मार देंगे है ना मैं नहीं करना है जाओ कर लो जो करना है नो आई डोंट केयर अग्रेसिव हो गए सी बिकॉज ऑफ मीनिंगलेसनेस की हो जाऊंगा फिर की हो जाऊंगा नहीं मैं करता अग्रेसिव एंड द थर्ड इज एडिक्शन खाओ पियो ऐश करो की पै जिंदगी च खाओ पियो ऐश करो कर लो जो होंगे फिर नहीं लैन दिता आई टाइम है अस खेड लो दिस इज एडिक्शन ये तीन तरह का बिहेवियर मीनिंगलैसनैस तो निकलता है ये तीन तरह के जो सिमटम्स कोई इन्होंने तिना चो कोई एक सिमटम तुम किसी आपके साथी चेखो थोड़ी मदद की लड़ है जिंदगी कोई मकसद नहीं मिल रहा हेल्प करांगे तो निकलूगा नहीं तो नहीं निकलता गुस्सा करन का खिजन का जो नफरत करने की कोई वजह नहीं बेचारा मीनिंगलैसनैस का शिकार है हमदर्दी करके आदर लाना पड़ूंगा नेक्स्ट फ्रैंकल कहता है कि तीन तरीकों नाल जिंदगी दे विच मीनिंगफुल जिंदगी जीनी जा सकती है तीन तरीके हो सकते हैं मीनिंगफुल जिंदगी जीवन के एक ना ये कि आप कुछ क्रिएट कर रहे हैं आप कुछ बना रहे हैं किसी भी आप किसी कुछ दे रहे हैं है ना वी आर गिविंग और कंट्रीब्यूटिंग समथिंग टू द वर्ल्ड थ्रू अवर वर्क तुम एक वधिया इंजीनियर बन गए थोड़े करके कि दुनिया फायदा तुम एक वधिया डॉक्टर बन गए चाहे तुम अभी फीस लै रहे हो प्रॉब्लम बट कि लोगों का इलाज तो हो रहा है तुम एक वधिया साइंटिस्ट बन गए कि वधिया वधिया काढ़ा कढ़िया लोगों की जिंदगी सौखी करती तुम एक वधिया टीचर बन गए कि किन्ने जने सेहत दे के सही जिंदगी जीने चाहती सो तुसी आपकी एक क्रिएटिविटी के राही तुसी कुछ क्रिएट करके आपके काम के राही तुसी दुनिया को कुछ देन जोगे हो तो थोड़ी लाइफ मीनिंगफुल होगी एक तरीका ए लाइफ को मीनिंगफुल बनाने का दूजा तरीका होंगे कि यू एक्सपीरियंस समथिंग और एनकाउंटरिंग और एनकाउंटरिंग समथिंग एक्सपीरियंसिंग उदो भी आप जिंदगी मतलब लिखता है मकसद लिखता है जो अभी कुछ एक्सपीरियंस करते हैं We love someone. Someone loves us. We help someone.
someone helps us, that is meaningful. किसी ने मेरे मेरे के गलत कितने बहुत बढ़िया लग गया, meaningful. So encountering, experiencing, वो meaningful हो सकता है. पर तीजी चीज ये है कि ना तो कुछ क्रिएट कर रहे हैं ते ना ही कुछ इस तरह की भावनात्मक साड़ी कोई सांझ है किसी दे नाल, फिर मीनिंग के में आओ कहना चूजिंग ए करेजियस एटीट्यूड टुवर्ड्स अनअवॉइडेबल सफरिंग. अनअवॉइडेबल सफरिंग कहना ये मैं नहीं कहना कि सफरिंग दे विच ही मीनिंग है, लेकिन जे सफरिंग अवॉइड हो सकती है करो, पर जे सफरिंग एहोजी है तुहाडे हाल एहोजे बन गए कि अवॉइड ही नहीं हो सकते, अवॉइड ही नहीं हो सकते, फिर ओदे विच तुसी ओहो आपदा फ्रीडम टू एटीट्यूड जिहड़ा ओ चूज करो. फ्रीडम टू चूज योर एटीट्यूड, उदों करेजियस एटीट्यूड चूज करो. किसी की लत वटी गई, दोवें लत्त वटियां गई, बथेरे तुसी ये टेड टॉक्स दे विच वेखो जी यूट्यूब ते बहुत एहोजे तुहानू इंस्पायरिंग टॉकर्स जां इंस्पायरिंग एहोजे बंदे मिलदे आ. दलीप जी बड़ा भाई जी एक्सीडेंट हो गया जी, लत्तां कटियां गईयां जी, पैरालिसिस हो गया जी, अज जो कहिंदे फिर की हो गया जो हो गया, तां असीं बहुत कुछ नहीं कर सकते पर हजे भी असीं बहुत कुछ कर सकते. तो इट इज हाउ यू लुक एट थिंग्स, हां इट इज हाउ यू लुक एट थिंग्स. ਤੁਸੀਂ ਇੱਕ ਐਕਸਰਸਾਈਜ਼ ਕਰੋਗੇ, ਹੁਣ ਰੱਬ ਨਾ ਕਰੇ, ਰੱਬ ਨਾ ਕਰੇ, ਪਰ ਤੁਸੀਂ ਘੱਟੋ ਘੱਟ ਤਿੰਨ ਚਾਰ ਪੁਆਇੰਟਸ ਲਿਖਣੇ ਹੈ ਵੀ ਐਕਸੀਡੈਂਟ ਹੋ ਗਿਆ, ਸਭ ਤੋਂ ਮਾੜਾ ਕੀ ਹੋ ਸਕਦਾ, ਸਭ ਤੋਂ ਮਾੜਾ ਕੀ ਹੋ ਸਕਦਾ, ਤੁਹਾਡਾ ਐਕਸੀਡੈਂਟ ਹੋ ਗਿਆ, ਸਭ ਤੋਂ ਮਾੜਾ ਤੁਹਾਡੇ ਨਾਲ ਕੀ ਹੋ ਸਕਦਾ, ਇੱਕ ਜਣਾ ਦੱਸਿਓ. ਐਕਸੀਡੈਂਟ ਹੋ ਗਿਆ ਮੰਨ ਲਾ, ਨਹੀਂ ਆਪਾਂ ਪਰਮਾਤਮਾ ਨੂੰ ਅਰਦਾਸ ਕਰਕੇ ਗੱਲ ਕਰ ਰਹੇ ਹਾਂ ਵੀ ਇਹ ਜਿਹਾ ਕੁਛ ਹੋਵੇ ਨਾ, ਮਿਹਰ ਰੱਖੀ, ਪਰ ਜੇ ਐਕਸੀਡੈਂਟ ਹੋ ਗਿਆ ਕੀ ਸਮਝਣਾ ਕਿ ਸਭ ਤੋਂ ਮਾੜਾ ਵੀ ਆਹ ਨਾ ਹੋਵੇ ਮੇਰੇ ਨਾਲ, ਨਹੀਂ ਯਾਰ ਭੋਲੀ ਗੱਲ ਬਣੀ, ਉਹ ਤਾਂ ਹੋਊਗਾ. ਹਾਂਜੀ ਮਥਾਜੀ ਹੋਣਾ, ਕਿਸੇ ਦੇ ਅਧੀਨ ਹੋਣਾ ਹੀ ਮਥਾਜ ਹੋ ਗਿਆ, ਮਤਲਬ ਕੋਈ ਅੰਗ ਮਰ ਗਿਆ. ਸਾਨੂੰ ਆਪਾਂ ਇੱਕ ਚੀਜ਼ ਮੰਨਦੇ ਚਲੋ ਐਕਸੀਡੈਂਟ ਹੋਇਆ ਕੁਦਰਤੀ, ਚਲੋ ਬਾਕੀ ਸਭ ਕੁਝ ਠੀਕ ਹੈ, ਅੱਖਾਂ ਗਈਆਂ ਖਤਰਨਾਕ ਨਹੀਂ, ਖਤਰਨਾਕ ਹੈ ਨਾ, ਡਰ ਲੱਗਦਾ ਨਾ ਵੀ ਅੱਖਾਂ ਹੀ ਗਈਆਂ ਬਸ, ਤੇ ਹੁਣ ਇਹ ਕੁਛ ਨਹੀਂ ਹੋ ਸਕਦਾ ਫਰ ਦ ਰੈਸਟ ਆਫ ਯੋਰ ਲਾਈਫ. ਹੁਣ ਜੇ ਤੁਹਾਨੂੰ ਕਿਹਾ ਜਾਵੇ ਵੀ ਇੱਥੇ ਪੰਜ ਪੋਜ਼ਿਟਿਵ ਪੁਆਇੰਟ ਲਿਖੋ, ਤਾਂ ਕੀ ਲਿਖੋਗੇ ਮੈਂ ਨਹੀਂ ਤੁਹਾਨੂੰ ਦੱਸੋ, ਲਿਖਣ ਲਿਖਣਾ ਛੱਡੋ, ਆਪਾਂ ਗੱਲਬਾਤ ਨਾਲ ਹੀ ਨਿਬੇੜੀਏ ਛੇਤੀ. ਬੋਲੀ ਚੱਲਿਓ ਯਾਰ, ਅੱਖਾਂ ਗਈਆਂ ਸਭ ਕੁਛ ਹੀ ਗਿਆ, ਅੱਖਾਂ ਗਈਆਂ ਜਾਣ ਹੀ ਗਿਆ, ਆਪਾਂ ਤਾਂ ਹੈਗੇ ਹਾਂ ਉਹ ਜਹਾਨ ਗਿਆ ਜਿਹੜਾ ਅੱਖਾਂ ਮੂਹਰੇ ਸੀ, ਅੱਖਾਂ ਗਈਆਂ ਨਾ ਤਾਂ ਉਹ ਜਹਾਨ ਗਿਆ ਜਿਹੜਾ ਅੱਖਾਂ ਮੂਹਰੇ ਸੀ, ਅੱਖਾਂ ਤੋਂ ਬਿਨਾਂ ਵੀ ਤੁਸੀਂ ਕਿਤੇ ਉਹ ਹੈਲਨ ਕੈਲਰ ਦੀ ਸਟੋਰੀ ਪੜ੍ਹਿਆ ਜੀ, ਬੋਲੋ ਬੋਲੋ. ਹਾਂ ਪੋਜ਼ਿਟਿਵ, ਹਾਂਜੀ ਮੈਂ ਮਤਲਬ ਮੈਂ ਇਹ ਸੋਚਿਆ ਵੀ ਨਹੀਂ ਸੀ ਕਿ ਚਲੋ ਯਾਰ ਖੇੜਾ ਛੱਡਿਆ ਇੱਥੇ ਵੇਖਣ ਨੂੰ ਸੀ ਵੀ ਕੀ. ਨੰਬਰ 2 ਕੰਨ ਤਾਂ ਹੈਗੇ ਹੈ, ਕਿੰਨੀ ਵਧੀਆ ਗੱਲ ਹੈ, ਸ਼ੁਕਰ ਹੈ ਰੱਬਾ ਤੇਰਾ, ਕੰਨ ਤਾਂ ਹੈਗੇ ਹੈ, ਜਵਾਨ ਵੀ ਹੈਗੀ, ਦਿਮਾਗ ਵੀ ਠੀਕ ਹੈ, ਹੱਥ ਵੀ ਹੈਗੇ ਹੈ, ਮੈਮਰੀ ਵੀ ਠੀਕ ਹੈ, ਭੁੱਲੇ ਵੀ ਕੁਛ ਨਹੀਂ, ਲੱਤਾਂ ਵੀ ਹੈਗੀਆਂ, ਹਾਜ਼ਮਾ ਵੀ ਠੀਕ ਹੈ, ਕਿੱਦਾਂ ਕੋਈ ਠੀਕ ਹੈ ਯਾਰ, ਅੱਖਾਂ ਵਜੋਂ ਫਿਰ ਕਿਉਂ ਯਾਰ. ਐਟੀਟਿਊਡ ਮੇਕਸ ਇਟ ਮਾਈਨਰ, ਕਿਸੇ ਚੀਜ਼ ਨੂੰ ਕਿੱਡਾ ਵੱਡਾ ਬਣਾ ਲਓ ਭਾਵੇਂ ਕਿੱਡਾ ਛੋਟਾ ਬਣਾ ਲਓ, ਸਾਰਾ ਕੁਝ ਉੱਥੇ ਹੀ ਆ ਜਾਂਦੀਗਾ, ਰਾਈਟ. ਸੋ ਚੂਜ਼ਿੰਗ ਅ ਕਰੇਜਸ ਐਟੀਟਿਊਡ ਟੁਵਰਡਸ ਅਨਅਵੋਇਡੇਬਲ ਸਫਰਿੰਗ, ਇਹ ਵੀ ਜ਼ਿੰਦਗੀ ਨੂੰ ਮੀਨਿੰਗ ਦਿੰਦਾ ਹੈ, ਮਕਸਦ ਦਿੰਦਾ ਹੈ. ਨੈਕਸਟ
ਇਹ ਸਾਰਾ ਕੁਛ ਹੈ ਕੀ? ਕਿਸੇ ਨੇ ਨਹੀਂ ਤੁਹਾਨੂੰ ਕਹਿਣਾ ਕੁਛ ਕਰੋ, ਕਿਸੇ ਨੇ ਨਹੀਂ ਕਹਿਣਾ। ਹਰੇਕ ਪੁੱਤਰ ਨੂੰ ਆਪਦੀ ਪੂਜ ਦੇ ਹਿਸਾਬ ਨਾਲ ਆਪਦਿਆਂ ਨੂੰ ਆਪ ਹੀ ਕੰਟਰੋਲ ਕਰਨਾ ਪੈਣਾ। ਓਕੇ, ਈਜ਼ੀ। ਬਾਬਰ ਕਹਿੰਦਾ, ਬਾਬਾ ਛੋਟੀ ਜਿਹੀ ਜ਼ਿੰਦਗੀ ਹੈ, ਕਿਹੜੇ ਚੱਕਰਾਂ ਚ ਪਿਆ, ਫੜ ਪਿਆਲਾ ਐਸ਼ ਕਰ। ਬਾਬਾ ਜੀ ਕਹਿੰਦੇ, ਬਾਬਰ ਛੋਟੀ ਜਿਹੀ ਜ਼ਿੰਦਗੀ ਹੈ, ਹੋਸ਼ ਕਰ, ਐਸ਼ ਨਹੀਂ ਹੋਸ਼ ਕਰ। ਪੈਰਾਡਾਈਮ ਚੇਂਜ। ਇੱਕ ਬੰਦਾ ਜ਼ਿੰਦਗੀ ਨੂੰ ਹੋਰ ਤਰੀਕੇ ਨਾਲ, ਉਹ ਪਲੇਜ਼ਰ ਹੈ, ਵਿਲ ਟੂ ਪਲੇਜ਼ਰ ਤੇ ਵਿਲ ਟੂ ਪਾਵਰ ਦਾ ਮਾਰਿਆ ਪਿਆ। ਇਹ ਕਹਿੰਦੇ ਮੀਨਿੰਗ ਭਾਲ ਵਿੱਚ ਗੱਲ ਦਾ। ਵਿਕਟਰ ਫ੍ਰੈਂਕਲ ਨੇ ਆਪਣੀ ਕਿਤਾਬ ਚ ਲਿਖੀ ਸੀ, ਮੈਂ ਕਿਹਾ ਬਾਬਾ ਜੀ ਸਾਨੂੰ 500 ਸਾਲ ਪਹਿਲਾਂ ਸਮਝਾ ਕੇ, ਅਸੀਂ ਐਂ ਸਮਝ ਹੀ ਨਹੀਂ ਸੀ। ਇਹਨੂੰ ਇਸ ਗੱਲ ਪਤਾ ਨਹੀਂ ਸੀ, ਨਹੀਂ ਤਾਂ ਮੈਂ ਸ਼ਰਤੀਆ ਕਹਿਣਾ ਵੀ ਇਹ ਐਗਜ਼ਾਮਪਲ ਇਹਨੇ ਦੇ ਵਿੱਚ ਫਿੱਟ ਕਰਨਾ ਸੀ, ਇਹ ਅਸੀਂ ਦੱਸ ਨਹੀਂ ਸਕੇ। ਦੱਸਾਂਗੇ ਕਿਵੇਂ? ਅਸੀਂ ਆਪ ਉਹਨੇ ਤਾਂ ਚੱਜ ਨਾਲ ਪੜ੍ਹਿਆ ਨਹੀਂ ਕੁਛ, ਅਤੇ ਕਿਸੇ ਨੂੰ ਵੀ ਦੱਸਾਂਗੇ ਕਿ ਸਾਡੇ ਕੋਲ ਆਹ ਕੁਛ ਹੈ। ਅਨਅਵਾਇਡੇਬਲ ਸਫਰਿੰਗ ਹੈ, ਕੱਟਣਾ ਹੀ ਕੱਟਣਾ ਹੈ। ਉਹ ਕਹਿੰਦਾ ਫਿਰ ਠੀਕ ਹੈ, ਕੱਟਣਾ ਤਾਂ ਡਰੋਂ ਚੱਜ ਨਾਲ ਹੀ ਕੱਟ। ਨੋ ਫੀਅਰ, ਕਿਉਂ? ਪਿੱਛੇ ਮਕਸਦ ਹੈ, ਮਕਸਦ ਕੀ ਹੈ? ਕੌਮ ਲਈ, ਉਹਨਾਂ ਮਾਸੂਮਾਂ ਲਈ, ਉਹਨਾਂ ਨਿਰਦੋਸ਼ਾਂ ਲਈ ਬੰਦ ਬੰਦ ਕਟਾਇਆ ਜਾ ਰਿਹਾ, ਉਸ ਹੱਕ ਸੱਚ ਦੀ ਲੜਾਈ ਲਈ ਬੰਦ ਬੰਦ ਕਟਾਇਆ ਜਾ ਰਿਹਾ। ਇਹਦੇ ਪਿੱਛੇ ਇੱਕ ਮਕਸਦ ਹੈ ਹੱਥ ਵਧਾਉਣ 'ਚ, ਐਵੇਂ ਹੱਥ ਵਧਾਉਣ ਦਾ ਕਿਹਦਾ ਜ਼ਿਕਰ? ਜੇ ਬਲੱਡ ਟੈਸਟ ਨਾ ਕਰਾਉਣਾ ਹੋਵੇ ਤੇ ਆਪਾਂ ਨੂੰ ਕੋਈ ਮੂੰਹ ਆ ਕੇ ਆਖੇ ਨਾ, ਮੈਂ ਮਾੜੀ ਜਿਹੀ ਸੂਈ ਮਾਰ ਕੇ ਵੇਖਣੀ ਤੇਰੇ ਕੁਛ ਆਪਾਂ ਮਾਰਨ ਦਿਆਂਗੇ? ਉਹ ਤਾਂ ਬਲੱਡ ਟੈਸਟ ਵਾਸਤੇ ਡਾਕਟਰ ਦੀ ਮਜਬੂਰੀ ਹੁੰਦੀ ਹੈ, ਕਰਾਉਣਾ ਪੈਂਦਾ, ਅਦਰਵਾਈਜ਼ ਕੌਣ ਕਿਸੇ ਕਿਤੇ ਜਾ ਕੇ ਆਏ ਤੇਰੇ ਹੱਥ ਮਾਰਦਾ? ਪਰ ਮਕਸਦ ਹੋਵੇ ਫਿਰ ਐਨੀ ਹਾਓ, ਮਕਸਦ ਜਿੱਡਾ ਵੱਡਾ ਹੋਊਗਾ ਉਹਨੇ ਆ ਹਾਓ ਛੋਟੇ ਹੋ ਜਾਣਗੇ, ਇਹ ਤਕਲੀਫਾਂ, ਇਹ ਔਕੜਾਂ, ਇਹ ਪਰੇਸ਼ਾਨੀਆਂ ਆਉਣੀਆਂ ਛੋਟੀਆਂ ਹੋ ਜਾਣਗੀਆਂ। ਇਹਨਾਂ ਕੋਲ ਸੁਦੇਵ ਸਿੰਘ, ਸ਼ਾਹਬਾਜ ਸਿੰਘ ਸਰਕਾਰੀ ਅਫਸਰ ਸੀ, ਚੰਗੇ ਅਹੁਦਿਆਂ 'ਤੇ ਸੀ, ਪਰ ਜਿੱਥੇ ਆ ਕੇ ਆਈਡੀਅਲਸ ਦਾ ਕਲੈਸ਼ ਆ ਗਿਆ, ਉੱਥੇ ਵਿਲ ਟੂ ਪਾਵਰ ਵੀ ਛੱਡੀ, ਵਿਲ ਟੂ ਪਲੇਜ਼ਰ ਵੀ ਛੱਡੀ। ਕਹਿੰਦੇ ਮਕਸਦ ਨਹੀਂ ਇੱਥੇ ਹੱਲ ਹੋ ਰਿਹਾ ਸਾਡਾ, ਇਸ ਕਰਕੇ ਆ ਚਰਖੜੀ ਠੀਕ ਹੈ, ਸਾਨੂੰ ਇਹ ਚਾਹੀਦੀ ਹੈ। ਮੰਗ ਕੇ ਲਈਆਂ ਇਹੋ ਜਿਹਾ ਕੁਛ ਇਹਨਾਂ ਨੇ, ਅਸੀਂ ਔਕੜਾਂ ਤੋਂ ਜਿਹੜੇ। ਨੈਕਸਟ ਥਰਡ ਹੈਗਾ, ਡਿਟੈਕਟ ਦ ਮੀਨਿੰਗ ਆਫ ਲਾਈਫ ਮੂਮੈਂਟ। ਓਨਲੀ ਯੂ ਕੈਨ ਆਂਸਰ ਫੋਰ ਯੂਰ ਲਾਈਫ। ਤੁਹਾਡੀ ਜ਼ਿੰਦਗੀ ਬਾਰੇ ਸਿਰਫ ਤੁਸੀਂ ਹੀ ਜਵਾਬ ਦੇ ਸਕਦੇ ਹੋ, ਕੋਈ ਹੋਰ ਨਹੀਂ ਦੇ ਸਕਦਾ। ਕਿਵੇਂ? ਬਾਈ ਡਿਟੈਕਟਿੰਗ ਦਾ ਮੀਨਿੰਗ ਐਟ ਐਨੀ ਗਿਵਨ ਮੂਮੈਂਟ। ਹਰ ਪਲ ਜ਼ਿੰਦਗੀ ਆਪਾਂ ਕਹਿੰਦੇ ਨਾ, ਮੈਨੂੰ ਜ਼ਿੰਦਗੀ ਨੇ ਕੀ ਦਿੱਤਾ, ਕਈ ਵਾਰੀ ਕਹਿੰਦਾ ਮੈਂ ਮੈਨੂੰ ਕੀ ਮਿਲਿਆ ਜ਼ਿੰਦਗੀ ਨੂੰ। ਕਹਿੰਦੇ ਇਹਦੀ ਬਜਾਏ ਇਹ ਕਿਉਂ ਸੋਚੋ ਕਿ ਜ਼ਿੰਦਗੀ ਹਰ ਪਲ ਉਹ ਚੈਸ ਦੀ ਗੇਮ ਵਾਂਗੂ ਨਾ ਇੱਕ ਗੇਮ ਹੈ, ਇੱਕ ਮੂਵ ਕਰਦੀ ਹੈ। ਹੁਣ ਜ਼ਿੰਦਗੀ ਨੇ ਤੁਹਾਡੇ ਸਾਹਮਣੇ ਆਹ ਸਵਾਲ ਪਾਇਆ, ਇਹਦਾ ਹੱਲ ਕੱਢੋ। ਤੁਸੀਂ ਇਹ ਕੱਢਤਾ, ਗੁੱਡ, ਰਿਕਾਰਡ ਹੋ ਗਿਆ। ਹੁਣ ਆਹ ਸਵਾਲ ਪਾਤਾ, ਇਹਦਾ ਹੱਲ ਕੱਢੋ। ਕੱਢਤਾ, ਗੁੱਡ, ਰਿਕਾਰਡ ਹੋ ਗਿਆ ਤੁਹਾਡਾ। ਜੇ ਆਪਾਂ ਕਹਿੰਦੇ ਨਾ ਕਣਕ ਬੀਜੀ ਸੀ, ਵੱਢ ਲਈ, ਦਾਣੇ ਘਰੇ ਆ ਗਏ, ਸਾਹਮਣੇ ਜਿਹੜਾ ਵੱਢ ਵੀ ਦੀਦਾ ਉਹਨੂੰ ਵੇਖ ਕੇ ਤਾਂ ਆਪਾਂ ਪਰੇਸ਼ਾਨ ਨਹੀਂ ਨਾ ਹੁੰਦੇ, ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜਾ ਖਾਲੀ ਖੇਤ ਦੀਦਾ ਹੈ ਇਹ ਐਵੇਂ ਨਹੀਂ ਦੀਦਾ, ਇਹਦੇ ਚੋਂ ਦਾਣੇ ਸਾਡੇ ਘਰੇ ਪਏ ਆ। ਜੋ ਜੋ ਅਸੀਂ ਕਰੀ ਜਾਂਦੇ ਹਾਂ ਨਾ, ਅਸੀਂ ਵੱਢੀ ਜਾਂਦੇ ਹਾਂ, ਸਾਡੇ ਔਗਰੇਨ ਵਿੱਚ ਸਟੋਰ ਹੋਈ ਜਾਂਦਾ। ਜਿਹੜੇ ਚੰਗੇ ਕੰਮ ਅਸੀਂ ਕਰੀ ਜਾਂਦੇ ਹਾਂ ਉਹ ਫੋਰ ਐਵਰ ਲਈ ਸਟੋਰ ਹੋ ਗਏ ਪਿੱਛੇ, ਤੇ ਸਾਨੂੰ ਅਗਾਂਹ ਲਈ ਉਹਨਾਂ ਦੇ ਮਾਣ ਰਹੂਗਾ। ਪਰ ਇਹਦੇ ਨਾਲ ਇੱਕ ਗੱਲ ਹੋਰ ਵੀ ਹੈ, ਜੋ ਅਸੀਂ ਪਿੱਛੇ ਗਲਤੀਆਂ ਕੀਤੀਆਂ, ਇਹਦੀ ਖੂਬਸੂਰਤੀ ਜ਼ਿੰਦਗੀ ਦੀ ਇਹ ਹੈ ਕਿ ਉਹਨਾਂ ਨੂੰ ਸੁਧਾਰਨ ਦੇ ਮੌਕੇ ਅਜੇ ਹੋਰ ਵੀ ਹੈਗੇ। ਜੋ ਚੰਗੀਆਂ ਚੀਜ਼ਾਂ ਕਰ ਲਈਆਂ ਉਹ ਤਾਂ ਸਾਨੂੰ
ਜਿਵੇਂ ਆਪਾਂ ਕਹਿ ਦਈਏ ਵੀ ਪੇਪਰ 'ਚ ਨੰਬਰ ਘੱਟ ਆਏ ਇੰਪਰੂਵਮੈਂਟ ਦਾ ਚਾਂਸ ਮਿਲ ਜਾਏਗਾ। ਜਿਹੜੇ ਪੇਪਰ 'ਚ ਪਹਿਲਾਂ ਹੀ 90% ਤੋਂ ਉੱਤੇ ਆ ਗਏ ਜਾਂ 95% ਆ ਗਏ ਉਹ ਤਾਂ ਸਾਡਾ ਰਿਕਾਰਡ ਹੋ ਗਿਆ ਨਾ, ਅਤੇ ਜਿਹੜੇ 'ਚ ਘੱਟ ਆਏ ਇੰਪਰੂਵਮੈਂਟ ਦਾ ਚਾਂਸ ਦਿੰਦੀ ਹੈ ਜ਼ਿੰਦਗੀ, ਇੰਪਰੂਵਮੈਂਟ ਕਰ ਲਓ। ਪਰ ਜੋ ਕਰਤਾ ਉਹ ਢਾਹ ਨਹੀਂ ਸਕਦਾ ਕੋਈ, ਜੋ ਚੰਗਾ ਕੰਮ ਤੁਸੀਂ ਕਰਤਾ ਉਹਨੂੰ ਕੋਈ ਢਾਹ ਨਹੀਂ ਸਕਦਾ। ਹਿਸਟਰੀ 'ਚ ਇਹ ਬਦਲ ਨਹੀਂ ਸਕਦੇ ਹਿਸਟਰੀ ਨੂੰ। ਮੈਂ ਇੱਕ ਕਿਤਾਬ ਹੋਰ ਅੱਜ ਲਿਆਇਆ ਨਹੀਂ, ਰਾਜਮੋਹਨ ਗਾਂਧੀ ਦੀ ਲਿਖੀ ਹੋਈ ਕਿਤਾਬ ਹੈ, ਇਹ ਜਿਹੜਾ ਮੋਹਨਦਾਸ ਕਰਮਚੰਦ ਗਾਂਧੀ ਦਾ ਪੋਤਾ ਹੈ ਯੂਨੀਵਰਸਿਟੀ ਦੇ ਵਿੱਚ USA ਦੇ ਵਿੱਚ ਪ੍ਰੋਫੈਸਰ ਹੈ ਸ਼ਾਇਦ ਹਿਸਟਰੀ ਦੇ ਸੋਸ਼ੀਓਲੋਜੀ ਦਾ ਜਾਂ ਸਮਝ, ਉਹ ਆਪਦੀ ਕਿਤਾਬ 'ਚ ਲਿਖਦਾ ਕਹਿੰਦਾ 1799 ਤੋਂ ਲੈ ਕੇ 1849 ਤੱਕ ਜਿਹੜਾ ਖਾਲਸਾ ਰਾਜ ਰਿਹਾ 50 ਸਾਲ, ਉਸ ਤੋਂ ਬਾਅਦ ਜਦੋਂ ਅੰਗਰੇਜ਼ ਟੇਕ ਓਵਰ ਕਰਦੇ ਹੈ ਤੇ ਕੋਈ ਦੇਰ ਬਾਅਦ ਉਹ ਮਰਦਮਸ਼ੁਮਾਰੀ ਕਰਾਉਂਦੇ ਉਸ ਇਲਾਕੇ ਦੀ, ਉਸ ਇਲਾਕੇ ਦੀ ਜਦੋਂ ਮਰਦਮਸ਼ੁਮਾਰੀ ਹੁੰਦੀ ਹੈ ਉੱਥੇ ਸਿੱਖਾਂ ਦੀ ਗਿਣਤੀ 15%, ਹਿੰਦੂਆਂ ਦੀ ਗਿਣਤੀ 35% ਤੇ ਜਾਂ 33%, ਮੁਸਲਮਾਨਾਂ ਦੀ ਗਿਣਤੀ ਜਿਹੜੀ ਹੈ ਉਹ ਮਤਲਬ 51-52% ਸਮਥਿੰਗ ਆਏ ਉਹ ਦੱਸ ਰਿਹਾ, ਉਹਨੇ ਤਾਂ ਇਹ ਆਂਕੜੇ ਦੱਸ ਕੇ ਤੇ ਖਤਮ ਹੋ ਗਿਆ ਕੰਮ। ਮੈਨੂੰ ਵੈਸੇ ਹੀ ਖਿਆਲ ਆਇਆ ਮਨਾਂ ਵੀ ਜਿਹੜੀ ਇਹ 50 ਸਾਲ ਰਾਜ ਕੀਤਾ ਸੀ ਕੋਈ ਵੋਟਾਂ ਲੈ ਕੇ ਤਾਂ ਕੀਤਾ ਨਹੀਂ ਸੀ, ਕੁਰਬਾਨੀਆਂ ਦੇ ਕੇ ਕੀਤਾ ਸੀ, ਤਲਵਾਰ ਦੇ ਜ਼ੋਰ ਤੇ ਕੀਤਾ ਸੀ, ਤੇ 50 ਸਾਲ ਦੇ ਰਾਜ ਤੋਂ ਬਾਅਦ ਵੀ 15% ਗਿਣਤੀ ਕਿਉਂ ਰਹੀ, ਕਿਉਂ ਤਾਂ ਭਾਵੇਂ ਸਾਰਿਆਂ ਨੂੰ ਖਤਰੇ ਪਵਾ ਤੇ। ਪਰ ਇਹਦੇ ਉਲਟ ਜਦੋਂ ਅਸੀਂ ਉਸ 'ਚ ਪੜ੍ਹਦੇ ਹਾਂ ਉਹ ਕਹਿੰਦਾ ਇਹਨਾਂ ਨੇ ਰਾਜ ਭਾਗ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਤੇ ਸਿੱਖਾਂ ਨੂੰ ਸਾਰਿਆਂ ਨੂੰ ਬਰਾਬਰ ਦਾ ਸ਼ੇਅਰ ਦਿੱਤਾ ਰਾਜ ਮਾਨਣ ਦਾ। ਫਕੀਰ ਅਜ਼ੀਜ਼ੁਦੀਨ ਸਾਡੇ ਫੋਰਨ ਮਿਨਿਸਟਰ ਸੀ, ਐਡਵਾਈਜ਼ਰ ਸੀ ਮੇਨ, ਦੀਵਾਨ ਟੋਡਰਮੱਲ ਜੀ ਅਤੇ ਧਿਆਨ ਚੰਦ ਹੋਰੀ, ਹਨਾ, ਦੇ ਵਰ ਆਲ ਅ ਪਾਰਟ ਆਫ ਦ ਗਵਰਨਮੈਂਟ। ਜਦੋਂ ਕੁਰਬਾਨੀਆਂ ਕਰ ਰਹੇ ਸੀ ਜੰਗਲਾਂ ਦੇ ਵਿੱਚ, ਘੱਲੂਘਾਰੇ ਹੋ ਰਹੇ ਸੀ ਉਦੋਂ ਆਪਦੇ ਕਰਵਾਏ, ਲੇਕਿਨ ਜਦੋਂ ਰਾਜ ਆਇਆ ਤਾਂ ਸ਼ੇਅਰ ਕੀਤਾ। ਤੇ ਕਨਵਰਸ਼ਨ ਸਾਨੂੰ ਹੁਕਮ ਹੀ ਨਹੀਂ ਹੈ ਕਿ ਅਸੀਂ ਕਨਵਰਟ ਕਰੀਏ ਕਿਸੇ ਨੂੰ ਜ਼ਬਰਦਸਤੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਸੇਜ ਜਿਹੜਾ ਦੁਨੀਆਂ ਨੂੰ ਦਿੱਤਾ ਹੈ ਉਹ ਤਾਂ ਦਿੱਤਾ ਹੀ ਦਿੱਤਾ, ਸਾਨੂੰ ਤਾਂ ਬਾਉਂਡ ਕਰ ਗਏ ਨਾ ਕਿ ਨਹੀਂ ਫਰੀਡਮ ਆਫ ਥਾਟ ਐਵਰੀਬਡੀ ਹੈਜ਼ ਇਟ ਐਂਡ ਯੂ ਸ਼ੁੱਡ ਰਿਸਪੈਕਟ ਇਟ। ਇੱਥੇ ਇੱਕ ਛੋਟੀ ਜਿਹੀ ਗੱਲ ਮੈਂ ਨਾਲ ਇਹਦੇ ਐਡ ਕਰਨੀ ਚਾਹੂੰਗਾ ਤਾਂ ਕਿ ਇਹ ਗੱਲ ਕਲੀਅਰ ਹੋ ਜਾਏ, ਇਹ ਕਿਉਂ ਹੈ। ਤੁਸੀਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੁੱਕ 'ਚੋਂ ਪੜ੍ਹਿਆ ਜੇ ਵੀ ਜਦੋਂ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਉਹਨਾਂ ਨੂੰ ਮੁੱਲੇ ਪੁੱਛਦੇ ਆ ਜਿਹੜੇ ਉੱਥੇ ਕਾਜ਼ੀ ਹੈਗੇ, ਉਹ ਕਹਿੰਦੇ ਕਿ ਪੀਰ ਮਜ਼ਹਬ ਹਮਾਰਾ ਖੂਬ ਕਿ ਤੁਹਾਡਾ ਖੂਬ, ਤਾਂ ਉਹਨਾਂ ਨੇ ਅੱਗੋਂ ਕੀ ਕਿਹਾ ਤੇ ਕਿਉਂ ਕਿਹਾ। ਸੋ ਇੱਥੇ ਹੈ ਕਿ ਐਟ ਐਵਰੀ ਮੋਮੈਂਟ, ਹਰ ਪਲ ਜ਼ਿੰਦਗੀ ਸਾਡੇ ਸਾਹਮਣੇ ਆਪਸ਼ਨਸ ਰੱਖ ਰਹੀ ਹੈ, ਅਸੀਂ ਉਹਨਾਂ 'ਚ ਇੱਕ ਆਪਸ਼ਨ ਚੁਣਦੇ ਹਾਂ ਬਾਕੀ ਛੱਡ ਦਿੰਦੇ ਹਾਂ, ਅੱਗੇ ਵੱਧਦੇ ਹਾਂ, ਫਿਰ ਅੱਗੇ ਆਪਸ਼ਨਸ ਰੱਖਦੀ ਹੈ, ਅਸੀਂ ਉਹਨਾਂ 'ਚ ਇੱਕ ਆਪਸ਼ਨ ਚੁਣਦੇ ਹਾਂ ਬਾਕੀ ਛੱਡ ਦਿੰਦੇ ਹਾਂ। ਸੋ ਜ਼ਿੰਦਗੀ ਹਰ ਪਲ ਸਾਨੂੰ ਸਵਾਲ ਕਰ ਰਹੀ ਹੈ, ਅਸੀਂ ਉਹਨਾਂ ਦੇ ਕਈ ਜਵਾਬਾਂ ਦੇ ਵਿੱਚੋਂ ਇੱਕ ਸਹੀ ਜਵਾਬ ਚੁਣ ਕੇ ਅਗਾਂਹ ਵੱਧ ਰਹੇ ਹਾਂ। ਜਿਹੋ ਜਿਹੀਆਂ ਸਾਡੀਆਂ ਚੋਇਸਿਸ ਹੁੰਦੀਆਂ ਸਾਡੀ ਜ਼ਿੰਦਗੀ ਦੀ ਪਿਕਚਰ ਉਵੇਂ ਬਣਦੀ ਜਾਂਦੀ ਹੈ, ਕਿਸੇ ਦੀ ਸੋਹਣੀ ਬਣਦੀ ਹੈ ਕਿਸੇ ਦੀ ਨਹੀਂ ਬਣਦੀ, ਇਹ ਉਹਦੀਆਂ ਉਹ ਜ਼ਿੰਦਗੀ ਦੇ ਜਿਹੜੇ ਪਾਏ ਹੋਏ ਸਵਾਲਾਂ ਦੇ ਜਵਾਬ ਦੇ ਆਧਾਰ ਤੇ। ਸੋ ਡੋਂਟ ਆਸਕ ਲਾਈਫ ਵਟ ਇਟ ਹੈਜ਼ ਫੋਰ ਯੂ, ਆਸਕ ਯੋਰ ਸੈਲਫ ਵਟ ਇਜ਼ ਯੋਰ ਆਨਸਰ ਟੂ ਲਾਈਫ, ਐਂਡ ਦ ਮੋਰ ਚੈਲੇਂਜਸ ਯੂ ਹੈਵ ਦ ਬੈਟਰ ਓਪਰਚੁਨਿਟੀਜ਼ ਯੂ ਹੈਵ। ਸੋਚੋ ਜੇ ਕਿਤੇ ਛੋਟੇ ਸਾਹਿਬਜ਼ਾਦਿਆਂ ਦੀ ਜ਼ਿੰਦਗੀ 'ਚ ਕੋਈ ਤਕਲੀਫ ਆਈ ਨਾ ਹੁੰਦੀ ਤਾਂ ਕੀ ਆਪਾਂ ਅੱਜ ਉਹਨਾਂ ਨੂੰ ਐਂ ਯਾਦ ਕਰਦੇ, ਸੋਚੋ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵਿੱਚ ਕੋਈ ਸਟਰਗਲ ਨਾ ਹੁੰਦਾ ਤਾਂ ਕੀ ਉਹ ਅੱਜ ਇੰਨੇ ਆਪਾਂ ਉਹਨਾਂ ਨੂੰ ਐਂ ਯਾਦ ਕਰਦੇ। ਰਾਦਰ ਪੈਰਾਡੌਕਸ ਇਹ ਉਹਦੀ ਉਲਟ ਹੈ, ਵੇਅਰ ਦੇਰ ਇਜ਼ ਪ੍ਰੋਬਲਮ ਦੇਰ ਇਜ਼ ਪ੍ਰੋਗਰੈਸ।
ਕਿਹੜੇ ਮੂਮੈਂਟ ਤੇ ਮੈਨੂੰ ਕੀ ਕਰਨਾ ਚਾਹੀਦਾ ਹੈ। ਬਹੁਤ ਸਾਰੇ ਆਪਸ਼ਨ ਨੇ, ਉਹ ਕੰਮ ਉਹ ਕਰੀ ਜਾਂਦੇ, ਉਹ ਕੰਮ ਉਹ ਕਰੀ ਜਾਂਦੇ, ਆਪਾਂ ਕਰ ਲੈਂਦੇ ਹਾਂ। ਹੁਣ ਆਹ ਕੰਮ ਕਰਨ ਤਾਂ ਲੱਗਦੇ, ਪਾਣੀ ਤਾਂ ਮੈਂ ਇੱਧਰ ਪਿਆਉਣ ਜਾਂਦਾ ਸੀ, ਮਾਂ ਇੱਧਰੋਂ ਵੱਜ ਗਈ। ਇਸ ਮੂਮੈਂਟ ਤੇ ਮੈਂ ਜ਼ਿੰਦਗੀ ਨੂੰ ਕੀ ਜਵਾਬ ਦੇਵਾਂ? ਫਿਰ ਭਾਈ ਕਨੀਏ ਨੇ ਕੀ ਜਵਾਬ ਦਿੱਤਾ? ਗੁਰੂ ਦਾ ਹੋ ਮੈਂ ਤੂੰ ਵੀ ਪਤਕੜੀ ਰੱਖਣਾ, ਲੋੜਵੰਦ ਦੀ ਸੇਵਾ ਕਰਨੀ ਹੈ, ਮੈਨੂੰ ਗੁਰੂ ਦਾ ਹੋ ਤੋਂ ਮੈਂ ਜ਼ਿੰਦਗੀ ਨੂੰ। ਉਹਨੇ ਉਹ ਜਵਾਬ ਦਿੱਤਾ, ਉਹ ਰਿਕਾਰਡ ਹੋ ਗਿਆ, ਤੇ ਜਿਹੜਾ ਉਹ ਰਿਕਾਰਡ ਹੋ ਗਿਆ ਪਤਾ ਨਹੀਂ ਰਹਿੰਦਾ ਕਿਸੇ ਦੇ ਢਾਂ ਨਹੀਂ ਰਹਿੰਦਾ। ਇੱਕ ਡਿਸੀਜਨ ਲਿਆ ਸੀ, ਜਿਹੜੇ ਪੋਜ਼ਿਟਿਵ ਮੂਮੈਂਟਸ ਰਿਕਾਰਡ ਹੋ ਗਏ ਫੋਰਐਵਰ ਰਿਕਾਰਡ ਹੋ ਗਏ, ਸਦਾ ਵੀ ਸਾਨੂੰ ਉਹਨਾਂ ਤੇ ਮਾਣ ਹੈ। ਜੇ ਅਸੀਂ ਕੋਈ ਨੈਗੇਟਿਵ ਵੀ ਕੀਤਾ ਹੈ, ਜ਼ਿੰਦਗੀ ਸਾਨੂੰ ਆਫਰ ਕਰਦੀ ਹੈ, ਫਿਰ ਚਾਂਸਸ ਅਸੀਂ ਉਹਨਾਂ ਨੂੰ ਖੁਦ ਕਰ ਸਕਦੇ ਹਾਂ ਤੇ ਮਕਸਦ ਬੇਦਾਵਾ ਕਲੀਅਰ ਕਰਾ ਕੇ ਉਹ ਵੀ ਪੋਜ਼ਿਟਿਵ 'ਚ ਕਨਵਰਟ ਹੋ ਗਿਆ, ਲਾਈਫ ਮੀਨਿੰਗਫੁਲ ਬਣ ਗਈ। ਜੇ ਉਹ ਪਲੇਜਰ ਕਰਕੇ ਹੁੰਦੇ ਜਾਂ ਪਾਵਰ ਕਰਕੇ ਹੁੰਦੇ, ਆਪਦੇ ਘਰੇ ਜਾ ਵੜੇ ਸੀ, ਆਰਾਮ ਨਾਲ ਰਹਿ ਸਕਦੇ ਸੀ। ਇੱਥੇ ਆ ਕੇ ਮੌਤ ਕਬੂਲ ਲਈ, ਕਿਉਂਕਿ ਜ਼ਿੰਦਗੀ ਮਕਸਦ ਨੂੰ ਪੂਰੀ ਨਾ ਬਣ ਸਕਦੀ ਸੀ। ਮਕਸਦ ਜ਼ਰੂਰੀ ਹੈ, ਜਿਉਣਾ ਜ਼ਰੂਰੀ ਨਹੀਂ। ਜਿਉਣ ਜਿਉਣਾ ਤਾਂ ਹੈ ਹੀ ਨਹੀਂ, ਜਿਉਣਾ ਤਾਂ ਜਾਨ ਤੋਂ ਆਉਣੀ ਜਾਣੀ ਹੈ। ਦਿੱਲੀ ਜਿੱਤ ਲਈ, ਅੰਮ੍ਰਿਤਸਰ ਇਕੱਠ ਹੋਣਾ, ਹਰ ਸਾਲ ਹੁੰਦਾ ਸੀ, ਹੁਣ ਐਤਕੀ ਕਿਵੇਂ ਹੋਊਗਾ? ਕਿਉਂ ਬਈ ਐਤਕੀ ਕਿਉਂ ਨਾ ਹੋਊਗਾ? ਹੁਣ ਦਿੱਲੀ ਕਰਕੇ ਥੋੜਾ ਬੈਠੇ ਰਹਿੰਦੇ, ਦਿੱਲੀ ਦਾ ਕੀ ਹੈ? ਯਾਦ ਰੱਖਿਓ, ਜੇ ਅੰਮ੍ਰਿਤਸਰ ਕੋਲੇ ਹੈ ਤਾਂ ਦਿੱਲੀਆਂ ਕਿਤੇ ਨਹੀਂ ਗਈਆਂ, ਤੇ ਜੇ ਅੰਮ੍ਰਿਤਸਰ ਫਸ ਗਿਆ ਫਿਰ ਦਿੱਲੀਆਂ ਵੀ ਨਹੀਂ ਆਉਣੀਆਂ। ਸੋ ਅੰਮ੍ਰਿਤਸਰ ਉਹਨਾਂ ਨੇ ਉਦੋਂ ਡਿਸੀਜਨ ਲਿਆ, ਇੱਕ ਮੀਨਿੰਗਫੁਲ ਡਿਸੀਜਨ ਜਿਹੜਾ ਰਿਕਾਰਡ ਹੋਇਆ। ਲੈਫਟ ਦਾ ਪਾਵਰ, ਲੈਫਟ ਦਾ ਪਲੇਜਰ, ਚੂਜ਼ ਦਾ ਮੀਨਿੰਗ। ਨੈਕਸਟ ਇਜ਼ ਡੋਂਟ ਵਰਕ ਅਗੇਂਸਟ ਯੋਰਸੈਲਫ। ਜਿਹਨੂੰ ਅਸੀਂ ਕੰਮ ਕਰਦੇ ਹਾਂ, ਅਸੀਂ ਇੰਨੇ ਜਨੂਨੀ ਹੋ ਜਾਂਦੇ ਹਾਂ, ਕਈ ਵਾਰ ਇੰਨੇ ਜਨੂਨੀ ਹੋ ਜਾਂਦੇ ਹਾਂ, ਅਸੀਂ ਆਪਦੇ ਅਗੇਂਸਟ ਕੰਮ ਕਰਨ ਲੱਗ ਪੈਂਦੇ ਹਾਂ। ਖਾਸ ਕਰ ਜਦੋਂ ਟੀਮ ਦੇ ਵਿੱਚ ਕੰਮ ਕਰਦੇ ਹਾਂ, ਸਾਨੂੰ ਐਂ ਹੁੰਦਾ ਅਸੀਂ ਜਲਦੀ ਰਿਜ਼ਲਟਸ ਦੇਈਏ, ਅਸੀਂ ਜਲਦੀ ਰਿਜ਼ਲਟਸ ਦੇਈਏ। ਉਹਦੇ ਨਾਲ ਕੀ ਹੁੰਦਾ ਕਿ ਇੱਕ ਬੰਦਾ ਜਿਹੜਾ ਨਹੀਂ ਰਿਜ਼ਲਟ ਥੋੜ੍ਹਾ ਜਿਹਾ ਪਿੱਛੇ ਚੱਲ ਰਿਹਾ, ਅਸੀਂ ਉੱਥੇ ਜ਼ੋਰ ਲਾਉਣ ਲੱਗ ਪਏ, ਉਹ ਵੈਸੇ ਹੋਰ ਆਪਦੇ ਆਪ ਨੂੰ ਆਏ ਫੀਲ ਕਰਨ ਲੱਗ ਪੈਂਦਾ, ਉਹ ਹੋਰ ਪਿਛਾਂ ਹੋ ਜਾਂਦਾ। ਕਰਦੇ 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 ਕੀ ਹੈ, ਮਤਲਬ ਜੋ ਰਿਜ਼ਲਟ ਅਸੀਂ ਚਾਹੁੰਦੇ ਹੁੰਦੇ ਹਾਂ ਉਹ ਨਹੀਂ ਮਿਲਦਾ। ਕਿਉਂ? ਜਦੋਂ ਅਸੀਂ ਟੀਮ 'ਚ ਕੰਮ ਕਰਦੇ ਹਾਂ, ਹਰ ਬੰਦਾ ਮੀਨਿੰਗ ਡਰਾਈਵਰ ਹੈ, ਹਰ ਬੰਦਾ ਮਕਸਦ ਨਾਲ ਹੀ ਚੱਲ ਸਕਦਾ, ਬਿਨਾਂ ਮਕਸਦ ਤੋਂ ਚੱਲਣਾ ਬਹੁਤ ਔਖਾ ਹੈ। ਤੇ ਜਿੰਨਾ ਚਿਰ ਤੁਸੀਂ ਮਕਸਦ ਸਾਰਿਆਂ ਨਾਲ ਸ਼ੇਅਰ ਨਹੀਂ ਕਰਦੇ, ਜਿੰਨਾ ਚਿਰ ਸਾਰੇ ਇਕੁਅਲੀ ਮੀਨਿੰਗ ਨੂੰ ਨਹੀਂ ਡਿਸਕਵਰ ਕਰਦੇ। ਇੱਕ ਟੀਮ ਦੇ ਚਾਰ ਬੰਦੇ ਕੰਮ ਕਰ ਰਹੇ ਆ, ਚਾਰ ਬੰਦੇ ਇਸ ਮਕਸਦ ਨਾਲ ਸਹਿਮਤ ਹੈ ਕਿ ਹਾਂ ਆਪਾਂ ਨੂੰ ਆਹ ਕੰਮ ਕਰਨਾ ਚਾਹੀਦਾ, ਇੱਕੋ ਜਿੰਨੇ ਸਹਿਮਤ ਹੈ, ਤਾਂ ਫਿਰ ਜਦੋਂ ਮੀਨਿੰਗ ਸ਼ੇਅਰ ਕਰ ਲਿਆ ਟਾਰਗੇਟ ਵੀ ਅਚੀਵ ਹੋ ਸਕਦਾ। ਪਰ ਜੇ ਕਿਸੇ ਤੋਂ ਕਹੀਏ ਵੀ ਮੀਨਿੰਗ ਤਾਂ ਮੇਰਾ, ਤੁਸੀਂ ਕੰਮ ਕਰੋ, ਇਸ ਦੁਨੀਆਂ ਦੇ ਵਿੱਚ ਸੰਦ ਬਣਨਾ ਕੋਈ ਵੀ ਪਸੰਦ ਨਹੀਂ ਕਰਦਾ, ਵੀ ਮੈਨੂੰ ਕੋਈ ਸੰਦ ਦੇ ਤੌਰ ਤੇ ਵਰਤ ਲੈ, ਮੇਰੇ ਕੋਲ ਅਕਲ ਹੈ ਬਸ, ਮੈਨੂੰ ਜਿਵੇਂ ਤੁਸੀਂ ਕਹੋਗੇ ਮੈਂ ਤੁਹਾਨੂੰ ਕਰਕੇ ਦੇ ਚੱਲੂਗਾ, ਮੈਨੂੰ ਪੈਸੇ ਦੇ ਚੱਲੂ, ਨਹੀਂ ਕੋਈ ਉਹਦੀ ਮਜਬੂਰੀ ਹੋ ਸਕਦੀ ਕੁਛ ਸਮੇਂ ਲਈ, ਅਦਰਵਾਈਜ਼ ਅੰਦਰੂਨੀ ਤੌਰ ਤੇ ਮਾਨਸਿਕ ਤੌਰ ਤੇ ਕੋਈ ਬੰਦਾ ਕਿਸੇ ਦਾ ਸੰਦ ਬਣ ਕੇ ਕੰਮ ਕਰਨ ਨੂੰ ਤਿਆਰ ਨਹੀਂ। ਹਾਈਪਰ ਇੰਟੈਂਟਿਵ ਤੇ ਹਾਈਪਰ ਰਿਫਲੈਕਟਿਵ ਨਹੀਂ ਹੋਣਾ ਚਾਹੀਦਾ। ਨੈਕਸਟ ਪੇਜ, ਦੋ ਸੌ ਤੀਹ ਸਾਲ ਲੱਗ ਗਏ ਇੱਥੋਂ ਤੱਕ ਸੀਸ ਮੂਮੈਂਟ ਤੱਕ ਆਉਣ ਦੇ। ਇੱਕ ਪ੍ਰੋਸੈਸ ਹੁੰਦਾ ਹੈ ਗ੍ਰੈਜੂਅਲ, ਇੱਕੋ ਦਮ ਨਹੀਂ ਵੀ ਮੈਂ ਹੋਣਾ ਸਹੀ ਕੰਮ ਹੈ ਬਸ ਇਹ ਛੇਤੀ ਹੋ ਜਾਣਾ ਚਾਹੀਦਾ, ਉਹਦਾ ਇੱਕ ਪ੍ਰੋਸੈਸ ਹੈ। ਹਾਈਪਰ ਰਿਫਲੈਕਟਿਵ ਤੇ ਹਾਈਪਰ ਇੰਟੈਂਟਿਵ ਨਾ ਹੋਈਏ। ਪੰਜਵਾਂ, ਛੇਵਾਂ ਤੇ ਸੱਤਵਾਂ ਦਾ ਗ੍ਰੈਜੂਏਸ਼ਨ, ਹਿਊਮਨ ਬੀਇੰਗ ਪੋਜ਼ੈਸ ਦ ਕੈਪੈਸਿਟੀ, ਲੁੱਕ ਐਟ ਯੋਰਸੈਲਫ ਫਰੋਮ ਅ ਡਿਸਟੈਂਸ, ਆਪਦੇ ਆਪ ਨੂੰ ਵੀ ਥੋੜ੍ਹਾ ਜਿਹਾ ਪਛਾਣ ਤੋਂ ਹਟ ਕੇ ਵੇਖੋ, ਥੋੜ੍ਹਾ ਜਿਹਾ ਆਪਦੇ ਆਪ 'ਤੇ ਹੱਸ ਲਓ, ਆਪਦੀਆਂ ਗਲਤੀਆਂ 'ਤੇ ਚੁਟਕਲੇ ਬਣਾ ਕੇ ਆਪ ਹੱਸ ਲਓ। ਜਿਹੜੀ ਜਿਹੜੀ ਕੌਮ ਆਪਦੇ ਆਪ 'ਤੇ ਹੱਸ ਸਕਦੀ ਹੈ ਨਾ, ਉਹ ਸਟ੍ਰੈਸ ਫਰੀ ਹੈ। ਆਪਾਂ ਕਲੀਅਰ ਕਰਦੇ ਨਹੀਂ, ਉਹ ਕੀ ਕੰਮ ਬਣਾ ਦਿੱਤਾ ਯਾਰ ਮੈਂ,
बताएं हासिल बजाए कि कोई हम कहे है ना, why don't you admit it? फिर ह्यूमर दे देखो किन्ने औखे समय सी जदों बोले बनाए है ना, जिहड़े छोले हुण बादाम कित्थों मिलने सी, छोलियां नूं बादाम कहण लग पए, होर की कोशिश करियो बोले मतलब कई इस तरह दे है ना, जिहड़ा थोड़ा मिलदा सी उह कहिंदे सवा लख कख होए नूं सवाया जी सवाया, और थोड़ी थोड़े दिनों की गल ही है, एक बंदा कह रहा सी कोई फर्स्ट टाइम कितने जा प्रेयर का होना है, कहना मैं आख्या सी बाबे नूं सवाया भुख बहुत लगी सी, उन्हें मैं चलो थोड़ा जिहा दिखा चल गया काम, पर यह सवाया लफ्ज बनाया गया सी उन्हां समय च कौम नूं डिप्रेशन चो कढ़न वास्ते ह्यूमर वरत्या गया, असी उन्हूं मतलब अटैक किया डिप्रेशन नूं ह्यूमर दे नाल, माड़े समय नूं असी मजाक दे नाल अटैक करके उन्हूं कवर कर गए, आप दे आप नूं सिचुएशन तों थोड़ा जिहा पासे हट के देखो। हाँ जी नेक्स्ट, हाँ नेक्स्ट छेवां है शिफ्ट योर फोकस of attention, shift your focus of attention, jadon koi kaam karde ho bahut takleef ho, eh Victor Frankl da example main de dena, inne aapdi kitab ch eh likhya kehna jadon assi camp ch hunde si na te saade na bas sab tori karde sara din, ek utthe thand si ek utthe sara matlab jivein ilaka pathreela si jivein vi si ek dinde khaan peen nu kuch nahi si, te sara sara din kaam kar raha saade pair suj gaye vich cheer pa gaye सोच के साथ बूटा च भी फस गए जो बूट दिते ने, तुरना भी बड़ा औखा हो मतलब जिंदगी कोई हाल नहीं उ भी जीवन का कोई हाल नहीं, मैं कहना मैं सोचा कि आप आपको डाइवर्ट करा, यह बंदा डॉक्टर से पहला साइकैट्रिस्ट इस करके टेक्नीक पता से, कहना मैं डाइवर्ट करा आप आपको, यह तुरै जाता ना, कहना मैं सोचने लग पाया कि मैं ना एक बहुत वधिया यूनिवर्सिटी के बहुत वधिया हॉल च खट के लोगों को दस रहा कि मेरे कंसंट्रेशन कैंप से की हो मेरे किमें पैर दुखते होंगे किमें पैर पट गए बूटा से फस गए बुरे हाल से, एक दिन सची यह गल कर किसी यूनिवर्सिटी के वधिया जे ऑडिटोरियम के लैक्चर हॉल से सैकड़ों की ऑडियंस में गल दसी भी आह चीज़ मैं उत्थे सोची सी, जो मैं ये चीज़ सोच लग पाया मैं पीड़ भुल गया, आपके आप उस सिचुएशन तो डिटैच कर लो, ये नहीं कि उस तो भज जाओ वो तो डिटैच कर लो साइकोलॉजिकली आपके आप को किसी होर चीज ना जोड़ लो। पिछे चल ये नहीं है कि इन्हों आरे की पीड़ नहीं होंगी होंगी या उबाले की मतलब कोई महसूस नहीं होंगे या वह, लेकिन इन ये साइकोलॉजिकली उत्थे है ही नहीं सी जिथे आरा चल रहा है, ये भी डॉक्टर फ्रैंकल वांगू ये सोच रहे थे गुरु की गोदी च बैठे हैं है ना, वट एवर दे मे बी थिंकिंग बट एटलीस्ट दे वर नॉट दिस, तो ये चीज हेल्प करती है सानू वड्डियां तो वड्डियां जिहड़ियां औकड़ां दे विचों लंघण च, एक्सटेंड बियॉन्ड योरसेल्फ, नाउ दिस इज व्हाट इट कम्स टू, आउंदे तौते तां पशु भी जिउंदे ने, गां मज आपके कट्टे बच्चे दुद्ध पिंदी है दूजे नेड़े नहीं आती, जे उस तल ते असी जिउणा है आपके लिए आपके परिवार आपके घर लई, फिर असी पशुआं दे तल ते जिउ रहे हैं, फिर असी गां नहीं आए, डॉक्टर फ्रैंकल कहिंदा है एक्सटेंड यू बियॉन्ड योर सेल्फ, अगर मकसद भरपूर जिंदगी जिउणी चाहुंदे हो तो बाहर निकलो, manifest human spirit at work by directing your attention and relating to something more than yourself, next kare bas last ke na kamyabi aim na karo, kamyabi ke aim na karo kyunki kamyabi bojh ban jandi hai te aaj mildi bhi nahi, the more you aim at it or make it a target the more you are going to miss it, is karke ki karo और सक्सेस जिन्हें खुशी होगी खुशी भी सक्सेस भी कैनॉट बी परस्यू, तुसी ये नहीं कहना देना आपको खुशी भी करना ही करना, खुशी नहीं करना तुसी, तुसी किसी की मदद करनी है उस चो खुशी निकलनी है, उदी चो खुशी निकलनी है तुसी मदद करनी है, तुसी मेहनत करनी है चंगे नंबर लेने हैं वधिया रिजल्ट ते खुशी ते सक्सेस तो बाद च उस चो बनना है उन्हें नवा देना है दुनिया ने भी ये सक्सेस है,
ਤੁਹਾਡੇ ਲਈ ਸਕਸੈਸ ਤਾਂ ਉਦੋਂ ਹੀ ਹੋ ਗਿਆ ਜਦੋਂ ਤੁਹਾਡੇ ਅੰਦਰ ਇੱਕ ਮਕਸਦ ਪਲਾਂਟ ਹੋ ਗਿਆ ਨਾ, ਜ਼ਿੰਦਗੀ ਦਾ ਇੱਕ ਮੀਨਿੰਗ ਪਲਾਂਟ ਹੋ ਗਿਆ ਤੁਹਾਡੇ ਵਾਸਤੇ ਸਕਸੈਸ। ਸੋ ਫੋਰ ਸਕਸੈਸ ਲਾਈਕ ਹੈਪੀਨੈਸ ਕੈਨ ਨਾਟ ਬੀ ਪਰਸਿਊਡ, ਕਦੇ ਇਹ ਪਿੱਛਾ ਨਾ ਕਰੋ ਇਹਨਾਂ ਦਾ, ਇਟ ਮਸਟ ਐਨਸਿਊ, ਐਨਸਿਊ ਮਤਲਬ ਵਿੱਚੋਂ ਨਿਕਲਦਾ ਹੈ ਇਹ, ਐਂਡ ਇਟ ਓਨਲੀ ਡਸ ਸੋ ਐਜ਼ ਦਾ ਅਨਇੰਟੈਂਡਡ ਸਾਈਡ ਇਫੈਕਟ। ਖੁਸ਼ੀ ਦੇ ਮਕਸਦ ਨਾਲ ਹੈਲਪ ਨਹੀਂ ਕੀਤੀ ਜਾਂਦੀ ਕਿਸੇ ਦੀ, ਹਮਦਰਦੀ ਦੇ ਮਕਸਦ ਨਾਲ ਅਸੀਂ ਹੈਲਪ ਕਰਦੇ ਹਾਂ, ਹੈਲਪ ਕਰਨ ਤੋਂ ਬਾਅਦ ਖੁਸ਼ੀ ਆਪੇ ਪਤਾ ਨਹੀਂ ਕਿੱਥੋਂ ਆ ਜਾਂਦੀ ਹੈ, ਮਨ ਨੂੰ ਤਸੱਲੀ ਜੀ ਹੋ ਜਾਂਦੀ ਹੈ। ਐਮ ਆਈ ਰਾਈਟ? ਸਾਈਡ ਇਫੈਕਟ ਆਫ ਵਨਸ ਡੈਡੀਕੇਸ਼ਨ ਟੂ ਅ ਕਾਜ਼ ਗ੍ਰੇਟਰ ਦੈਨ ਵਨਸ ਸੈਲਫ, ਕਿਸੇ ਉੱਚੇ ਮਕਸਦ ਲਈ ਆਪਦੇ ਆਪ ਨੂੰ ਡੈਡੀਕੇਟ ਕਰੋ, ਤੇ ਜਦੋਂ ਉਹ ਕੰਮ ਕਰੋਗੇ ਉਸ ਚੋਂ ਖੁਸ਼ੀ ਨਿਕਲੂਗੀ, ਉਸ ਚੋਂ ਸਕਸੈਸ ਨਿਕਲੂਗਾ। ਸਕਸੈਸ ਆਪੇ ਨਹੀਂ ਲਿਆ ਜਾ ਸਕਦਾ, ਔਰ ਟੂ ਅ ਔਰ ਐਜ਼ ਅ ਬਾਈ ਪ੍ਰੋਡਕਟ ਆਫ ਵਨ ਸਰੈਂਡਰ ਟੂ ਅ ਪਰਸਨ ਅਦਰ ਦੈਨ ਵਨ ਸੈਲਫ। ਖੁਸ਼ੀ ਤੇ ਸਕਸੈਸ ਜਦੋਂ ਸੀਸ ਲੈ ਕੇ ਭਾਈ ਦਇਆ ਸਿੰਘ ਜਾ ਵੜੇ ਨਾ, ਸਰੈਂਡਰ ਟੂ ਅ ਪਰਸਨ ਅਦਰ ਦੈਨ ਵਨ ਸੈਲਫ, ਤੇ ਪਰਸਨ ਵੀ ਕਿਹੜਾ ਚੁਣਿਆ, ਤੇ ਜਦੋਂ ਉਹਦੇ ਮੂਹਰੇ ਸਰੈਂਡਰ ਹੋ ਗਏ, ਸਕਸੈਸ ਕੀ ਤੇ ਹੈਪੀਨੈਸ ਕੀ ਤੇ ਸਾਰਾ ਕੁਝ, ਸਾਰਾ ਕੁਝ ਹੀ ਆ ਗਿਆ ਵਿੱਚ। ਲੈਣ ਹੈਪੀਨੈਸ ਤੇ ਸਕਸੈਸ ਨਹੀਂ ਗਏ ਸੀ, ਸਰੈਂਡਰ ਕੀਤਾ ਸੀ ਉਹਨਾਂ ਨੇ, ਉਹ ਚੀਜ਼ਾਂ ਮਿਲੀਆਂ ਬਸ। ਯੂ ਡੋਂਟ ਗੋ ਫੋਰ ਹੈਪੀਨੈਸ, ਯੂ ਡੋਂਟ ਗੋ ਫੋਰ ਸਕਸੈਸ, ਯੂ ਗੋ ਫੋਰ ਅ ਮੀਨਿੰਗ ਐਂਡ ਯੂ ਗੈਟ ਸਕਸੈਸ, ਯੂ ਗੈਟ ਹੈਪੀਨੈਸ, ਡੋਂਟ ਟ੍ਰਾਈ ਟੂ ਗੋ ਫੋਰ ਸਕਸੈਸ। Happiness must happen and the same holds true for success. You have to let it happen by not caring about it. Man de back of the mind mein rakha hai ki mujhe khushi milni chahiye, mainu kamyabi milni chahiye, nahi milti na mile aa kaam hona chahiye, mera jinna ho jaye utna hi sahi, na sir lagge koi gal nahi par main ek karna hai, right? Je success back of the mind mein rehta frustration na aaugi te ho sakda success jinna ho sakda utna hove nahi na. ਲੇਕਿਨ ਜਿਹੜੀ ਅੱਖ ਸਹੀ ਹੁੰਦੀ ਉਹ ਆਪਦਾ ਆਪ ਨਹੀਂ ਵੇਖ ਸਕਦੀ, ਜਿਹੜੀ ਅੱਖ ਸਹੀ ਹੁੰਦੀ ਹੈ ਉਹ ਸਿਰਫ ਦੁਨੀਆਂ ਨੂੰ ਸ਼ੀਸ਼ੇ ਦੀ ਗੱਲ ਹੋਰ ਹੈ, ਅਦਰਵਾਈਜ਼ ਅੱਖ ਆਪਦਾ ਆਪ ਨਹੀਂ ਵੇਖ ਸਕਦੀ। ਅਗਰੀ ਸਹਿਮਤ ਹੋ? ਅੱਖ ਆਪਦਾ ਵੇਖ ਸਕਦੀ ਹੈ? ਅੱਖ ਆਪਦਾ ਆਪ ਨਹੀਂ ਵੇਖ ਸਕਦੀ, ਇੱਕ ਹੈਲਦੀ ਅੱਖ ਜਿਹੜੀ ਹੈ ਉਹ ਆਪਦਾ ਆਪ ਨਹੀਂ ਵੇਖ ਸਕਦੀ। ਇੱਕ ਹੈਲਦੀ ਅੱਖ ਬਣੋ, ਦੁਨੀਆਂ ਨੂੰ ਆਪਦੇ ਆਪ ਨਹੀਂ ਉਹਨਾਂ ਵੇਖੀ ਜਾਈਏ। ਮੈਨ ਕੈਨ ਪੋਟੈਂਸ਼ਲੀ ਬਿਹੇਵ ਐਜ਼ ਅ ਸਪਾਈਨਲ ਸੈਂਟ, ਕਹਿੰਦਾ ਜਦੋਂ ਅਸੀਂ ਕੰਸਨਟ੍ਰੇਸ਼ਨ ਕੈਂਪ ਦੇ ਵਿੱਚ ਸੀਗੇ ਨਾ, ਜਿੰਨੇ ਉੱਥੇ ਕੈਦੀ ਸੀ ਸਾਰੇ ਵਿਚਾਰੇ ਨਹੀਂ ਸੀ ਉੱਥੇ, ਕਈ ਉਹਨਾਂ 'ਚ ਵੀ ਸ਼ੈਤਾਨ ਵਾਲੇ ਕੰਮ ਕਰੀ ਜਾਂਦੇ ਸੀ, ਇੱਕ ਦੂਜੇ ਨਾਲ ਹੀ, ਫਲਾਣੇ ਦੀ ਸ਼ਿਕਾਇਤ ਲਾ ਲਈ, ਫਲਾਣੇ ਦੀ ਚੋਰੀ ਕਰ ਲਈ, ਫਲਾਣੇ ਨੂੰ ਧੱਕਾ ਦੇ ਤਾ, ਫਲਾਣੇ ਨੂੰ ਗਾਲ ਕੱਢਤੀ, ਫਲਾਣੇ ਨਾਲ ਲੜ ਪਏ। ਮਤਲਬ ਕੈਦੀ ਹੈ, ਜ਼ਿੰਦਗੀ ਪਤਾ ਉਹਨਾਂ ਦੀ ਖਤਮ ਹੋਣੀ ਹੈ, ਫਿਰ ਵੀ ਉਹ ਆਦਤਾਂ ਨਹੀਂ ਛੱਡੀਆਂ ਉਹਨਾਂ ਨੇ, ਉਹ ਸਾਰੇ ਸੰਤ ਨਹੀਂ ਬਣ ਗਏ ਸੀ, ਤੇ ਕੁਛ ਇਹੋ ਜਿਹੇ ਵੀ ਸੀਗੇ ਜਿਹੜੇ ਕਹਿੰਦੇ ਸੀ ਨਹੀਂ ਯਾਰ ਛੱਡੋ ਕੀ ਪਿਆ ਇਹਨਾਂ ਕੰਮਾਂ 'ਚ, ਇੱਕ ਦੂਜੇ ਦੀ ਹੈਲਪ ਕਰੋ। ਸੋ ਕਿਹੋ ਜਿਹੇ ਵੀ ਹਾਲਾਤ ਹੋਣ, ਮੀਨਿੰਗ ਮੈਨ ਕੈਨ ਪੋਟੈਂਸ਼ਲੀ ਬਿਹੇਵ ਐਜ਼ ਅ ਸਵਾਈਨ ਔਰ ਐਜ਼ ਅ ਸੇਂਟ, ਵਿਚ ਵਨ ਇਜ਼ ਐਕਚੁਅਲਾਈਜ਼ਡ? ਪੋਟੈਂਸ਼ੀਅਲ ਬੰਦੇ 'ਚ ਦੋਵਾਂ ਚੀਜ਼ਾਂ ਦਾ ਹੈਗਾ, ਸਵਾਈਨ ਦਾ ਵੀ ਤੇ ਸੇਂਟ ਦਾ ਵੀ, ਲੇਕਿਨ ਦੋਵਾਂ 'ਚੋਂ ਕਿਹੜਾ ਐਕਚੁਅਲਾਈਜ਼ ਹੁੰਦਾ ਹੈ, ਕਿਹੜਾ ਸਾਹਮਣੇ ਆਉਂਦਾ ਹੈ, ਕਿਹੜਾ ਉੱਭਰਦਾ ਹੈ, ਕਿਹੜੇ ਨੂੰ ਅਸੀਂ ਪਾਲਦੇ ਹਾਂ, ਇਟ ਡਿਪੈਂਡਸ ਔਨ ਡਿਸੀਜਨਸ ਨਾਟ ਔਨ ਕੰਡੀਸ਼ਨਸ। ਇਹ ਹਾਲਾਤਾਂ ਤੇ ਨਹੀਂ ਡਿਪੈਂਡ ਕਰਦਾ ਅਸੀਂ ਇਹੋ ਜਿਹੇ ਬਣ ਗਏ, ਇਹ ਸਾਡੇ ਫੈਸਲਿਆਂ ਤੇ ਡਿਪੈਂਡ ਕਰਦਾ ਕਿ ਅਸੀਂ ਕਿਹੋ ਜਿਹੇ ਬਣ ਗਏ। ਹਾਲਾਤਾਂ ਨੂੰ ਲਾਂਭਾ ਦੇਣਾ ਛੱਡ ਦਈਏ। Meaning at its deepest level is found in self-transcendence, going beyond your own needs and desires to truly care for others. Next.
अपने तो बाहर आपके दुख तकलीफ नहीं वेखन का समा सी तू दुखी है तू मैं जीना है आप भी आप ताप नू वेख नहीं सकती और वो एक नेक्स्ट काले रही वसाखी तक आए अमृत छकाया फिर थले बह गए एक बैगर बन के मिनत नाल कि मैनू भी छकाओ आपके लिए नहीं आपकी तो जिंदगी ऐसे बहुत वधिया लंघ सकती सी फॉर अदरस के आ जड़े इन पुत्रन के शीस पर वार दिए सोच चार जिहड़ियां लाहियां पुछता है जे वो किसी ने बिल्कुल सही कहा कदे तुसीं इतिहास दीआं किताबां नूं पढ़ के एनालाइज करके कदे महसूस करके वेख्या जे कि ना कहूं आपकी ना कहूं जबकि घर ना होते गुरु गोबिंद सिंह तो सुन्नत होती सब की सलवारां पाईआं होणियां सी इत्थे वर्के पए होने सी ते बांगा होनिया सी मॉस्क दे विच मैं नहीं कहिंदा इस्लाम धर्म माड़ा है लेकिन ਤੁਸੀਂ ਨਾ ਚਾਹੁੰਦੇ ਹੋਏ ਵੀ ਉਸ 'ਚ ਹੋਣਾ ਸੀ ਕਿਉਂਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਸੀਗਾ ਈਰਾਨ ਵੀ ਕਦੇ ਮੁਸਲਮਾਨ ਦੇਸ਼ ਨਹੀਂ ਸੀਗਾ ਉਜ਼ਬੇਕਿਸਤਾਨ ਕਿਰਗਿਸਤਾਨ ਇਹ ਸਾਰੇ ਇਸਲਾਮੀ ਦੇਸ਼ ਨਹੀਂ ਸੀ ਅਫਗਾਨਿਸਤਾਨ ਲੇਕਿਨ ਬਣਾ ਤੇ ਗਏ ਜੇ ਇੱਥੇ ਨਹੀਂ ਬਣਿਆ ਇਹਦੇ ਕਰਕੇ ਨਹੀਂ ਬਣਿਆ ਨੈਕਸਟ ਇਟ ਇਜ਼ ਨਾਟ ਅਬਾਊਟ ਯੂ Your life is not about you. Life is about understanding that your creator wants and expects you to lead a life with purpose. ਐਵੇਂ ਨਹੀਂ ਜੰਮਿਆ ਕੋਈ ਇੱਥੇ ਤੁਹਾਨੂੰ ਬਣਾਉਣ ਵਾਲੇ ਨੇ ਇੱਕ ਮਕਸਦ ਤੁਹਾਡੇ ਨਾਲ ਅਟੈਚ ਕਰਕੇ ਭੇਜਿਆ ਉਹ ਹਰੇਕ ਨੇ ਇਨਵੈਂਟ ਨਹੀਂ ਕਰਨਾ ਆਪ ਨਹੀਂ ਬਣਾਉਣਾ ਅਸੀਂ ਡਿਸਕਵਰ ਕਰਨਾ ਮਕਸਦ ਹੈਗਾ ਹਰੇਕ ਦਾ ਅਲੱਗ ਅਲੱਗ ਹੋ ਸਕਦਾ ਹੈ ਉਹਨੂੰ ਡਿਸਕਵਰ ਕਰੀਏ ਸਾਡਾ ਕੀ ਹੈ ਅਸੀਂ ਕਿੱਥੇ ਫਿੱਟ ਹੁੰਦੇ ਹਾਂ ਅਸੀਂ ਕਿਵੇਂ ਕਰ ਸਕਦੇ ਹਾਂ ਹਰ ਬੰਦਾ ਇੱਕੋ ਤਰ੍ਹਾਂ ਦੀ ਸੇਵਾ ਵੀ ਨਹੀਂ ਕਰ ਸਕਦਾ ਤੁਸੀਂ ਇੰਜੀਨੀਅਰ ਬਣ ਕੇ ਕਰ ਸਕਦੇ ਹੋ ਤੁਸੀਂ ਡਾਕਟਰ ਬਣ ਕੇ ਕਰ ਸਕਦੇ ਹੋ ਤੁਸੀਂ ਫਾਰਮਰ ਬਣ ਕੇ ਕਰ ਸਕਦੇ ਹੋ ਤੁਸੀਂ ਹਾਊ ਮੈਨੀ ਵੇਜ ਖਾਲਸਾ ਏਡ ਨੂੰ ਡਾਕਟਰ ਸਾਹਿਬ ਨੇ ਸਾਰਾ ਇਹ ਡਿਸਕਸ ਕਰਨਾ ਮਤਲਬ ਯੂਰ ਕ੍ਰੀਏਟਰ ਵਾਂਟਸ ਐਂਡ ਐਕਸਪੈਕਟਸ ਯੂ ਟੂ ਲੀਡ ਅ ਲਾਈਫ ਵਿਦ ਅ ਪਰਪਸ ਅ ਲਾਈਫ ਦੈਟ ਸਰਵਸ ਹਿਮ ਦੂਜਿਆਂ ਲਈ ਜਿਉਂ ਹੀ ਜ਼ਿੰਦਗੀ ਹੀ ਮਕਸਦ ਭਰਪੂਰ ਜ਼ਿੰਦਗੀ ਹੈ ਇਹ ਜ਼ਿੰਦਗੀ ਇੱਕ ਸਫ਼ਰ ਹੈ ਜੋ ਤੁਸੀਂ ਵੱਢ ਲਿਆ ਉਹ ਤੁਹਾਡਾ ਸੇਵ ਹੋ ਗਿਆ ਜੋ ਗਲਤੀਆਂ ਹੋ ਗਈਆਂ ਤੁਹਾਡੇ ਕੋਲ ਚਾਂਸ ਹੈ ਕਿਹਾ ਕਿ ਉਹਨੂੰ ਤੁਸੀਂ ਰਿਡੀਮ ਕਰ ਸਕਦੇ ਹੋ ਰਿਵਿਊ ਕਰ ਸਕਦੇ ਹੋ ਸੁਧਾਰ ਸਕਦੇ ਹੋ ਜ਼ਿੰਦਗੀ ਇੱਕ ਇਸ ਵਜੋਂ ਇਸ ਗੱਲੋਂ ਬਹੁਤ ਵਧੀਆ ਸਾਨੂੰ ਮੌਕੇ ਦਿੰਦੀ ਹੈ ਇਸ ਕਰਕੇ ਮਕਸਦ ਗੁਆਚਿਆ ਨਹੀਂ ਕਿ ਪਿਛਲੀਆਂ ਗਲਤੀਆਂ ਕਰਕੇ ਅਸੀਂ ਗੱਡੀ ਵੇਚ ਲਈਏ ਨਹੀਂ ਹਜੇ ਮੌਕਾ ਹੈ ਸੁਧਾਰ ਲਾਂਗੇ ਪਹਿਲਾਂ ਐਡਮਿਟ ਕਰੀਏ ਫਿਰ ਇੰਪਰੂਵ ਕਰੀਏ ਸਭ ਕੁਛ ਹੋ ਸਕਦਾ ਇੰਨੀਆਂ ਕਿਤਾਬਾਂ ਪੜ੍ਹ ਕੇ ਆਹ ਗੱਲ ਫਿਰ ਚੰਗੀ ਤਰ੍ਹਾਂ ਸਮਝ ਆ ਗਈ ਵਿੱਚ ਦੁਨੀਆਂ ਸੇਵ ਕਮਾਈ ਹੈ ਦਰਗਾਹ ਦਰਗਾਹ ਕੋਈ ਥਾਂ ਨਹੀਂ ਗੀ ਉਹ ਸਟੇਟ ਆਫ ਮਾਇੰਡ ਹੈ ਜਿੱਥੇ ਆਨੰਦ ਹੀ ਆਨੰਦ ਹੈ ਜਿੱਥੇ ਕੋਈ ਪਰੇਸ਼ਾਨੀ ਨਹੀਂ ਉੱਥੇ ਨਿਵਾਸੀ ਬਣ ਜਾਂਦੇ ਹਾਂ ਅਸੀਂ ਔਰ ਇਹ ਕੋਈ ਕੱਲ੍ਹ ਨੂੰ ਨਹੀਂ ਬਣਨਾ ਸੇਵਾ ਕਰਦੇ ਕਰਦੇ ਅਸੀਂ ਵਾਸੀ ਹੁੰਦੇ ਹਾਂ ਉਸ ਥਾਂ ਦੇ ਕਿਉਂਕਿ ਮੈਂਟਲ ਸਟੇਟ ਸਾਡਾ ਉਦੋਂ ਹੀ ਉਹ ਹੋ ਜਾਂਦਾ ਜਦੋਂ ਅਸੀਂ ਡਾਇਰੈਕਟਲੀ ਇੰਟਰੈਕਟ ਹੋ ਜਾਂਦੇ ਹਾਂ ਨੈਕਸਟ ਪਲੀਜ਼ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੀ ਸਵਾਲਾਂ ਦਾ ਸਮਾਂ ਹੈ ਨਹੀਂ ਇਸ ਕਰਕੇ ਮੈਨੂੰ ਜਵਾਬ ਨਹੀਂ ਦੇਣੇ ਪੈਣੇ ਅਤੇ ਭੁੱਲਾਂ ਚੁਕਾਨੀ ਕਿਵਾਂ ਕੋਈ ਵੀ ਗੱਲ ਗੁਰਮਤ ਦੇ ਸਿਧਾਂਤ ਦੇ ਖਿਲਾਫ ਕਹੀ ਗਈ ਹੋਵੇ ਜਾਂ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਮੇਰਾ ਕੋਈ ਮਕਸਦ ਨਹੀਂ ਸੀ ਪਰਮਾਤਮਾ ਕਰੇ ਸਾਨੂੰ ਸਾਰੇ ਮਾਂ ਪਿਓ ਦੀ ਜ਼ਿੰਦਗੀ ਦੇ ਹਰ ਪਲ ਦਾ ਡਿਫਰੈਂਟ ਮਕਸਦ ਹੈ ਇੱਕ ਮਕਸਦ ਨਹੀਂ ਕਹਿ ਸਕਦੇ ਸੀ ਸਾਰੀ ਜ਼ਿੰਦਗੀ ਦਾ ਇਕੱਠਾ ਉਹ ਅਲਟੀਮੇਟ ਮੀਨਿੰਗ ਹੁੰਦਾ ਉਹ ਸਾਡੇ ਬਸ ਨਹੀਂ ਭੁੱਲਣਾ ਪਰ ਇੱਕ ਪਲ ਦਾ ਮਕਸਦ ਅਸੀਂ ਭਾਲ ਸਕਦੇ ਹਾਂ ਕਿ ਇਸ ਪਲ ਮੇਰੇ ਲਈ ਕੀ ਮਕਸਦ ਭਰਪੂਰ ਕੰਮ ਹੈ ਇਸ ਪਲ ਮੇਰੇ ਲਈ ਕੀ ਬੈਸਟ ਆਪਸ਼ਨ ਹੈ ਉਸ ਬੈਸਟ ਆਪਸ਼ਨ ਨੂੰ ਅਸੀਂ ਚੂਜ਼ ਕਰੀਏ ਅਤੇ ਉਹਦੇ ਮੁਤਾਬਕ ਆਪਦੇ ਐਟੀਟਿਊਡ ਨੂੰ ਫਿਕਸ ਕਰਕੇ ਅਸੀਂ ਚੱਲੀਏ ਸਕਸੈਸਫੁਲ ਦੀਆਂ ਵਿਸ਼ ਯੂ ਆਲ ਦਾ ਬੈਸਟ ਪੁੱਲਾ ਚੁੱਪਾ ਨਹੀਂ ਖੇਮਾ ਜੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ